ਕੈਪਟਨ ਅਮਰਿੰਦਰ ਸਿੰਘ ਨਾਜ ਫੇਸਬੁਕ ਤੇ ਲਾਈਵ ਹੋ ਕੇ ਜਿੱਥੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ ਉੱਥੇ ਹੀ ਆਜ਼ਾਦੀ ਦਿਹਾੜੇ ਤੇ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਵਧਾਈ ਵੀ ਦਿੱਤੀ ਹੈ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਤੋਂ ਬਚਾਅ ਸੰਬੰਧੀ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਸਿਆਸਤ ਤੇ ਵੀ ਸਵਾਲ ਚੁੱਕੇ ਹਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁਕ ਤੇ ਇਸ ਲਾਈਵ ਸੰਬੋਧਨ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਵੀ ਗੱਲ ਕੀਤੀ ਹੈ ਤੇ ਕਿਹਾ ਹੈ ਕਿ ਜਿੰਨੀ ਦੇਰ ਤੱਕ ਮੈਂ ਮੁੱਖ ਮੰਤਰੀ ਹਾਂ ਉਨੀ ਦੇਰ ਤੱਕ ਕਿਸਾਨਾਂ 'ਤੇ ਬਿਜਲੀ ਦੇ ਬਿੱਲ ਨਹੀਂ ਲੱਗਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਕੀ ਕੁਝ ਕਿਹਾ ਹੈ ਤੁਸੀਂ ਆਪ ਹੀ ਸੁਣੋ। ਹਿੰਦੁਸਤਾਨ ਦੇ 74ਵਾਂ ਸਾਡਾ ਆਜ਼ਾਦੀ ਦਾ ਦਿਹਾੜਾ ਹੈ। ਪਹਿਲਾਂ ਤਾਂ ਸਾਰਿਆਂ ਨੂੰ ਉਸ ਤੇ ਬਹੁਤ-ਬਹੁਤ ਵਧਾਈ ਹੋਵੇ। ਉਸ ਸਾਡੀ ਆਜ਼ਾਦੀ ਪਾਉਣ ਵਾਸਤੇ ਪੰਜਾਬੀਆਂ ਦੀ ਅਣਗਿਣਤ ਕੁਰਬਾਨੀਆਂ ਰਹੀਆਂ ਨੇ ਮੇਰਾ ਖਿਆਲ ਅਗਰ ਤੁਸੀਂ ਜਿੱਥੇ ਮਰਜੀ ਜਾਓ ਮੈਂ ਵੀ ਗਿਆ ਸੀ ਪਿਛਲੀ ਵਾਰ ਐਂਡਮਨ ਆਈਲੈਂਡਸ ਨੂੰ ਜਿੱਥੇ ਕਾਲਾ ਪਾਣੀ ਦੀ ਸਦਾ ਹੁੰਦੀ ਸੀ ਔਰ ਉਥੇ ਉਹ ਬੋਰਡ ਦੇ ਉੱਪਰ ਸੈਂਕੜੇ ਹੀ ਉਥੇ ਨਾਂ ਸਾਡੇ ਪੰਜਾਬੀਆਂ ਦੇ ਸੀ ਜਿਹੜੇ ਇੱਕ ਵਾਰ ਭੇਜੇ ਜਾਂਦੇ ਸੀ ਔਰ ਫਿਰ ਮੁੜ ਕੇ ਨਹੀਂ ਆਉਂਦੇ ਸੀ ਕਦੇ ਉਹਨਾਂ ਨੇ ਆਪਣੇ ਆਜ਼ਾਦੀ ਵਾਸਤੇ ਕੁਰਬਾਨੀ ਦਿੱਤੀ ਫੌਜ ਨੇ ਲੜੀ ਜੋ 1947 ਦੇ ਵਿੱਚ ਉਥੇ ਲੜੇ ਫੌਜੀ ਨੇ ਐਨਾ ਕੁਝ ਆਪਣੇ ਪੰਜਾਬੀ ਦਾ ਨਾਮ ਰੋਸ਼ਨ ਕੀਤਾ ਦੁਨੀਆ ਭਰ ਚ ਸਭ ਸਾਡਾ ਸੀ ਚਾਹੇ ਇਟਲੀ ਦੇ ਵਿੱਚ ਸੀ ਚਾਹੇ ਨਾਰਥ ਅਫਰੀਕਾ ਵਿੱਚ ਸੀ ਚਾਹੇ ਗ੍ਰੀਸ ਵਿੱਚ ਸੀ ਪੰਜਾਬੀਆਂ ਨੇ جنگ ਉੱਥੇ ਲੜਿਆ ਔਰ ਸਾਡਾ ਪੂਰੇ ਪੰਜਾਬ ਦਾ ਨਾਮ ਅੱਜ ਸਾਰੀ ਦੁਨੀਆ ਲੈਂਦੀ ਹੈ ਹੁਣ ਮੈਂ ਕਿਤਾਬ ਚ ਅੱਜ ਦੇਖ ਰਿਹਾ ਸੀ ਕਿ ਇਟਲੀ ਨੇ ਵੀ ਉੱਥੇ ਆਪਣੇ ਪੰਜਾਬੀਆਂ ਦਾ ਕੋਈ ਬੁਰਕ ਲਾਇਆ ਜਿੱਥੇ ਜਿਹੜੇ ਕੁਰਬਾਨੀ ਉਹਨਾਂ ਨੇ ਪਹਿਲੀ ਲੜਾਈ ਔਰ ਦੂਜੀ ਮਹਾਯੁੱਧ ਦੇ ਵਿੱਚ ਕੀਤਾ ਸੀ ਉਹਦੇ ਵਾਸਤੇ ਐਨੀ ਦੇਤ ਤੋਂ ਬਾਅਦ ਯਾਦ ਰੱਖਦੇ ਨੇ ਸੰਸ। ਸੋ ਇਹ ਅੱਜ ਆਪਾਂ ਉਸ ਦਿਨ ਨੂੰ ਮਨਾ ਰਹੇ ਆਂ ਆਜ਼ਾਦੀ ਤੋਂ ਬਾਅਦ ਪੰਜਾਬੀਆਂ ਨੇ ਕੋਈ ਕਸਰ ਨਹੀਂ ਛੱਡੀ। ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ 1947 ਦੀ ਲੜਾਈ ਕਸ਼ਮੀਰ ਛੋਏ ਚਾਹੇ ਬਾਟ ਦੀ ਚਾਈਨਾ ਦੇ ਨਾਲ ਚਾਹੇ ਫਿਰ ਆਪਣੀ ਹੋਈ ਪੈੜ ਦੀ ਲੜਾਈ ਇੱਥੇ ਪੰਜਾਬ ਦੇ ਵਿੱਚ ਇਹ ਕੱਤਰੀ ਦੀ ਲੜਾਈ ਵਿੱਚ ਪੰਜਾਬ ਵਿੱਚ ਵੀ ਔਰ ਬੰਗਲਾਦੇਸ਼ ਵਿੱਚ ਵੀ ਫਿਰ ਸਾਰੇ 99 ਦੇ ਵਿੱਚ ਆਪਣਾ ਕਾਗਿਲ ਦੀ ਸਾਰੇ ਸਾਡੇ ਬੰਦਿਆਂ ਨੇ ਉੱਥੇ ਪ੍ਰਾਪਤੀਆਂ ਕੀਤੀ ਆ ਹੁਣ ਦੇਖ ਲਓ ਚੀਨ ਦੇ ਵਿੱਚ ਸਾਡੇ ਮੁੰਡੇ ਜਿਹੜੇ ਸ਼ਹੀਦ ਹੋਏ ਨੇ ਹੁਣ ਤਿੰਨ ਪੰਜਾਬ ਦੀ ਆਪਣੀ ਰੈਜiment ਸੀ ਗੁਰਤੇਜ ਸਿੱਖ ਨੌਜਵਾਨ ਉਹਨਾਂ ਦੇ ਘਾਤਕ ਪਟੂਨ ਦਾ ਇੱਕ ਮੈਂਬਰ ਸੀਗਾ 25 ਸਾਲ ਦੀ ਉਹਦੀ ਉਮਰ ਸੀ ਔਰ ਚੀਨੀਆਂ ਨੇ ਜਦ ਹਮਲਾ ਕੀਤਾ ਬੰਦੇ ਡੰਡੇ ਲੈ ਕੇ ਜਿਨ੍ਹਾਂ ਦੇ ਵਿੱਚ ਕਿਲੇ ਠੋਕੇ ਹੋਏ ਸੀ ਸਾਡੇ ਮੁੰਡਿਆਂ ਕੋਲ ਕੁਝ ਵੀ ਨਹੀਂ ਸੀ ਉਹਨੇ ਜਾ ਕੇ 12 ਚੀਨੀ ਆਪਣੇ ਹੱਥਾਂ ਨਾਲ ਮਾਰੇ। ਔਰ ਫਿਰ ਕਿਸੇ ਚੀਨੀ ਨੇ ਆ ਕੇ ਉਹ ਪਿੱਛੇ ਛੋਰਾ ਕੋਪਿਆ ਜੋ ਚੀਨੀ ਇਸ ਕਿਸਮ ਦੀ ਬੁਜ਼ਦਰੀ ਕਰਦੇ ਨੇ। ਔਰ ਉਹ ਵਿਚਾਰਾ ਮਰਿਆ। ਲੇਕਿਨ ਉਹ ਸਾਡਾ ਸੀਗਾ ਆਪਣਾ ਮੁੰਡਾ ਸੀ ਮਾਨਸਾ ਦਾ ਪਿੰਡ ਤੇ ਮਾਨਸਾ ਦੇ ਕੋਲ ਪਿੰਡ ਹੈ ਉਹਦਾ। ਇਸ ਕਿਸਮ ਦੇ ਲੋਕਾਂ ਨੇ ਸਾਡੀਆਂ ਆਪਣੇ ਦੇਸ਼ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ। ਅੱਜ ਦੇ ਦਿਹਾੜੇ ਦੇਖੋ ਪੰਜਾਬ ਦੇ ਦੁਨੀਆ ਦੇ ਵਿੱਚ ਕੀ ਹੋ ਰਿਹਾ ਦੇਸ਼ ਦੇ ਵਿੱਚ। ਕੋਈ ਸੂਬਾ ਨਹੀਂ ਜਿੱਥੇ ਸਾਡੇ ਪੰਜਾਬੀ ਅੱਗੇ ਨਹੀਂ ਵਲੇ ਹੋਏ ਚਾਹੇ ਇੰਡਸਟਰੀ ਦੇ ਵਿੱਚ ਹੋਏ ਚਾਹੇ ਖੇਤੀਬਾੜੀ ਕਰਦੇ ਹੋਣ ਚਾਹੇ ਆਪਣਾ ਕਿਸੇ ਗਵਰਨਮੈਂਟ ਦੇ ਵਿੱਚ ਕੰਮ ਲੈਂਦੇ ਹੋਣ ਜਾਂ ਪ੍ਰਾਈਵੇਟ ਕੰਪਨੀਾਂ ਦੇ ਵਿੱਚ ਲੈਂਦੇ ਹੋਣ ਸਾਰੇ ਕਿਤੇ ਪੰਜਾਬੀ ছਾਏ ਹੋਏ ਨੇ ਸਾਡੇ ਔਰ بڑا ਉਹਨਾਂ ਨੇ ਨਾਮ ਪਾਇਆ ਜਿਹੜੇ ਸਾਡਾ ਗੁਰੂ ਦਾ ਲੰਗਰ ਹੈ ਜਦੋਂ ਕੋਈ ਕੰਮ ਕੋਈ ਕਠੜਾ ਆਉਂਦੀ ਹੈ ਉਹਦੇ ਵਿੱਚ ਇਕਦਮ ਸਾਰੇ ਲੱਗ ਕੇ ਆਪਣੇ ਗੁਰੂ ਦਾ ਲੰਗਰ ਲਾ ਕੇ ਲੋਕਾਂ ਨੂੰ ਉੱਥੇ ਪ੍ਰਸ਼ਾਦੇ ਛਕਾਉਂਦੇ ਨੇ ਤੋ ਇੱਕ ਗਲਾ ਆਪਣੀ ਆਦ ਹੈ ਔਰ ਇੱਕ ਪਾਸੇ ਇੱਕ ਬੈਠਾ ਹੈ ਇਹ ਪੰਨੂ ਬੈਠਾ ਹੈ ਉੱਥੇ ਅਮਰੀਕਾ ਚ 6 ਫੋਰ ਜਸਟਿਸ ਕਹਿੰਦੇ ਆ ਉਹ ਹੁਕਮ ਦਿੰਦੇ ਪੰਜਾਬੀਆਂ ਨੂੰ ਕਿ ਕੱਲ ਨੂੰ ਤੁਸੀਂ ਆਪਣੇ ਖਾਲਸਾ ਦੇ ਝੰਡੇ ਚੜਾਓ ਕਿਸ ਵਾਸਤੇ ਚੜਾਈ ਤੂੰ ਆ ਕੇ ਚੜਾਉ ਰਹੇ ਜਾਂ ਸਾਡੇ ਪੰਜਾਬੀ ਸਹੀ ਵਸੇ ਹੋਏ ਨੇ ਜਿਹੜੇ ਆਪਣਾ ਪੂਰੇ ਦੇਸ਼ ਦੇ ਇੱਕ ਜਿਹੜਾ ਸਾਡੀ ਪੰਜਾਬੀ ਨੇ ਇੱਕ ਦੇਸ਼ ਦੇ ਇੱਕ ਬਹੁਤ ਮੰਨੇ ਹੋਏ ਲੋਕ ਨੇ ਜਿਨ੍ਹਾਂ ਨੇ ਐਨੀ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ ਉਹ ਕਿਉਂ ਬਣਾਉਣ ਕੋ ਆਪਣੇ ਖਾਦਿਸਤਾਨ ਦਾ ਝੰਡਾ ਤੂੰ ਚੜਾ ਲਿਆ ਅਮਰੀਕਾ 'ਚ ਤੂੰ ਚੜਾ ਲਿਆ ਜਿੱਥੇ ਤੂੰ ਆਪਣਾ ਬਣਾਉਣਾ ਐ ਇੱਥੇ ਨਾ ਮੈਂ ਤੈਨੂੰ ਕਈ ਵਾਰ ਕਿਹਾ ਇਸ ਨੂੰ ਕਿ ਤੂੰ ਵੜ ਕੇ ਦੇਖ ਪੰਜਾਬ 'ਚ ਮੈਂ ਦੇਖਣਾ ਐ ਤੈਨੂੰ ਕਿ ਤੂੰ ਏ ਰਕੀ ਕਰਦਾ ਐ ਇਹਦੇ ਆਖੇ ਨਹੀਂ ਲੱਗਣਾ ਨੌਜਵਾਨੋ ਮੈਂ ਨੌਜਵਾਨਾਂ ਨੂੰ ਖਾਸ ਕਰਕੇ ਕਹਿ ਰਿਹਾ ਕਈ ਗੱਲ ਭਾਵਕ ਹੋ ਜਾਂਦੇ ਨੇ ਹੋਰ ਇਹਦੀ ਗੱਲ ਕਰਦੇ ਨੇ ਇਹ ਨਹੀਂ ਇੱਕ ਨਹੀਂ ਦੇਖੋ ਆਪਣਾ ਇਤਿਹਾਸ ਸੋਰ ਦੇਖੋ ਕਿਸ ਤਰੀਕੇ ਨਾਲ ਸਿੱਖਾਂ ਨੇ ਇੱਥੇ ਕੁਰਬਾਨੀਆਂ ਦਿੱਤੀਆਂ ਨੇ ਪੂਰੇ ਪੰਜਾਬੀਆਂ ਨੇ ਦਿੱਤੀਆਂ ਨੇ ਆਜ਼ਾਦੀ ਦੀ ਲੜਾਈ ਹੋਏ ਜਾਂ ਜੰਗ ਦੀ ਲੜਾਈ ਹੋਏ ਕਿਤੇ ਵੀ ਆਪਾਂ ਦਿੱਤੀਆਂ ਨੇ ਦੇਸ਼ ਦੀ ਆਪਾਂ ਰੱਖਿਆ ਕੀਤੀ ਹੈ ਔਰ ਨਹੀਂ ਹੋਣਾ ਚਾਹੀਦਾ ਹੈ ਔਰ ਇਹ ਜਿਹੜੇ ਮਾੜੇ ਲੋਕ ਨੇ ਸਿਰਫ ਪੈਸੇ ਬਣਾਉਣ ਵਾਸਤੇ ਕਰਦੇ ਨੇ ਹੋ ਰਹੇ ਨੇ ਕੀ ਲੈਣਾ ਕੋਈ ਸ਼ਕਲ ਦੇਖੀ ਤੁਸੀਂ ਕਦੇ ਇਹ ਪੰਜਾਬੀ ਸ਼ਕਲ ਵੀ ਨਹੀਂ ਮੈਨੂੰ ਲੱਗਦੀ ਪਤਾ ਨਹੀਂ ਕਿਸ ਕਿਸ ਦਾ ਇਹ ਬੰਦਾ ਹੈ ਔਰ ਇਹ ਇੱਥੇ ਆ ਕੇ ਸਾਨੂੰ ਸਾਨੂੰ ਇਹ ਜੇ ਹੁਕਮ ਦਿੰਦਾ ਹੈ ਕਿ ਇੱਥੇ ਝੰਡੀ ਚੜਾ ਦਿਓ ਇੱਥੇ ਫਲਾਣਾ ਕਰੋ ਇੱਥੇ ਟਿਮਕਾ ਕਰੋ ਇਹਦੇ ਬਿਲਕੁਲ ਤੁਸੀਂ ਇਸ ਕੰਮ 'ਚ ਨਹੀਂ ਆਉਣਾ ਅੱਜ ਹੁਣ ਜਿਹੜੀ ਗੱਲ ਮੈਂ بار بار ਕਰਦਾ ਹਾਂ ਤੁਹਾਡੇ ਨਾਲ ਉਹ ਇਸ ਕਰੋਨਾ ਬਿਮਾਰੀ ਕੋਵਿਡ 19 ਜਿਹਨੂੰ ਕਹਿੰਦੇ ਨੇ ਇਹਦੇ ਸੰਬੰਧ ਵਿੱਚ ਦੇਖੋ ਮੇਰੇ ਵੀਰਾਂ ਔਰ ਭੈਣੋ ਮੈਂ ਤੁਹਾਨੂੰ ਕਈ ਵਾਰ ਕਿਹਾ ਇਹ ਬਿਮਾਰੀ ਆਪਾਂ ਕੰਟਰੋਲ ਕਰ ਸਕਦੇ ਹਾਂ ਇਹ ਕਿਸੇ ਨੂੰ ਪਤਾ ਨਹੀਂ ਕਿ ਕੀ ਬਿਮਾਰੀ ਹੈ ਕਿੱਥੋਂ ਆਉਂਦੀ ਹੈ ਕਿਵੇਂ ਆਉਂਦੀ ਹੈ ਕਿੱਥੇ ਜਾਊਗੀ ਕਿੱਥੇ ਨਹੀਂ ਜਾਊਗੀ ਕਿੱਥੇ ਦੁਬਾਰਾ ਹੋਊਗੀ ਕਿੱਥੇ ਸਪਾਈਕਸ ਕਹਿੰਦੇ ਨੇ ਕਿ ਇੱਕ ਦਿਨ ਕਦੇ ਚੜ ਜਾਊਗੀ ਫਿਰ ਕੁਝ ਦਿਨਾਂ ਵਾਸਤੇ ਥੱਲੇ ਆ ਜਾਊ ਫਿਰ ਦੂਜਾ ਸਪਾਈਕ ਆ ਜਾਊਗਾ ਉੱਪਰ ਜੋ ਦੁਨੀਆਂ ਛੋੜ ਰਿਹਾ ਹੈ ਔਰ ਜੋ ਸਾਡੇ ਮਰਦਾਸਤੇ ਨੇ ਆਹੇ ਦਾਸਤੇ ਨੇ ਲੇਕਿਨ ਇਹਦੇ ਚਾਹੇ ਅਪਾ ਹਿੱਸਾ ਪਾ ਸਕਦੇ ਆ ਇਹਦੇ ਨਾਲ ਇਹ ਸਪਾਈਕ ਬਕਸ ਬਣ ਸਕਦੇ ਨੇ ਔਰ ਸਾਡੇ ਜਿਹੜੇ ਮਰੀਜ਼ ਨੇ ਜੋ ਹਸਪੀਟਲਾਂ ਜਾਂਦੇ ਨਹੀਂ ਜਾਂ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਨੂੰ ਯਾਦ ਹੈ ਜਦੋਂ ਸ਼ੁਰੂਆਤ ਕੀਤੀ ਸੀ ਤੋ ਦਿਨ ਹੁੰਦੇ ਸੀ ਸਾਡੇ ਬੰਦੇ ਜਾਂਦੇ ਤੇ 200 ਤੇ ਪਹੁੰਚ ਗਏ ਤੇ 300 ਦੇ ਬਾਅਦ 4000 ਬੰਦੇ ਦੇ ਲਈ ਬਿਮਾਰ ਹੋ ਰਹੇ ਔਰ ਦੇਰਾਂ ਬਿਮਾਰ ਹੋਣ ਤੋਂ ਇਲਾਵਾ ਆ ਦੇਖੋ ਮੇਰੇ ਇਹਦੇ ਮੇਰੇ ਕੋਲ ਆਂਕੜੇ ਪਈ ਨੇ ਤੁਹਾਡੇ ਕੋਲ ਵੀ ਅੱਜ ਦੇ ਦਿਹਾੜੇ 1035 ਬੰਦੇ ਨਵੇਂ ਕੇਸ ਆਏ ਨੇ ਔਰ 36 ਬੰਦਿਆਂ ਦੀ ਮੌਤ ਹੋਈ ਹੈ ਟੋਟਲ ਮੌਤਾਂ ਸਾਡੀਆਂ 706 ਔਰ 27936 ਸਾਡੇ ਕੇਸ ਵੜੇ ਨੇ ਜਿਨ੍ਹਾਂ ਨੂੰ ਬਿਮਾਰੀਆਂ ਲੱਗ ਚੁੱਕੀ ਉਹਦੇ ਵਿੱਚੋਂ 1839 ਤਾਂ ਵਾਪਸ ਚਲੇ ਗਏ ਕਰਾਚ ਇਹ ਠੀਕ ਹੋ ਕੇ ਲੇਕਿਨ ਫੇਰ ਵੀ ਕਈ ਕਈ ਨੇ ਜੋ ਹੋਮ ਕੁਆਰੰਟਾਈਨ ਦੇ ਵਿੱਚ ਨੇ ਜਾਂ ਕੁਝ ਹਸਪੀਟਲ ਦੇ ਵਿੱਚ ਨੇ 142 ਤਾਂ ਸਾਡੇ ਹਾਈ ਡਿਪੈਂਡੈਂਸੀ ਆਕਸੀਜਨ ਤੇ ਨੇ ਇਸ ਵੇਲੇ ਅੱਜ ਦੇ ਦਿਨ ਔਰ 25 ਦਿਨ 25 ਲੋਕ ਨੇ ਵੈਂਟੀਲੇਟਰ ਸਪੋਰਟ ਤੇ ਉਹਨਾਂ ਅਗਰ ਆ ਜਿਹੜਾ ਹੈ ਨਾ ਕੰਮ ਇਹ ਤਾਂ ਰੁਕ ਸਕਦਾ ਹੈ ਅਗਰ ਤੁਸੀਂ ਸਹੀ ਸਮੇਂ ਤੇ ਆਪਣਾ ਇਲਾਜ ਕਰਾਓ ਮੈਂ ਇਹਦਾ ਦੱਸਾਂ ਕਿ ਉਹ ਤੁਹਾਨੂੰ ਡਾਕਟਰ ਕਹਿੰਦੇ ਨੇ ਕਿ 14 16 ਦਿਨ ਦੇ 18 ਦਿਨ ਦੇ ਵਿੱਚ ਇਹ ਬਿਮਾਰੀ ਇਹ ਅਖੀਰ ਤੱਕ ਜਾਂਦੀ ਹੈ ਇੱਕ ਸ਼ੁਰੂ ਹੋਣ ਤੋਂ ਲੈ ਕੇ ਅਖੀਰ ਤੱਕ ਉਹਦੇ ਵਿੱਚ ਤੁਸੀਂ ਅਗਰ ਸ਼ੁਰੂ ਪਹਿਲੇ 72 ਘੰਟਿਆਂ ਦੇ ਵਿੱਚ ਤੁਸੀਂ ਦੇਖ ਲਓ ਕਿ ਮੈਨੂੰ ਜ਼ੁਕਾਮ ਹੋਇਆ ਜਾਂ ਮੇਰਾ ਬदन ਦਾ ਦਰਦ ਹੈ ਜਾਂ ਮੇਰਾ ਗੜਾ ਖਰਾਬ ਹੈ ਉਦੋਂ ਹੀ ਤੁਸੀਂ ਸਮਝੋ ਕਿ ਮੈਨੂੰ ਬਿਮਾਰੀ ਹੋਗੀ ਔਰ ਡਾਕਟਰ ਕੋਲ ਸਿੱਧੇ ਜਾਓ ਤੁਸੀਂ ਲੇਕਿਨ ਸਾਡੇ ਆਪਣੇ ਪੰਜਾਬੀਆਂ ਦੀ ਆਦਤ ਹੈ ਨਾ ਕਿ ਕੋਈ ਗੱਲ ਨਹੀਂ ਜੀ ਇਹ ਤਾਂ ਕਰ ਠੀਕ ਹੋ ਜਾਾਂਗੇ ਮੌਸਮ ਦੀ ਗੱਲ ਹੈ ਇਹ ਮੌਸਮ-ਮੌਸਮ ਨਹੀਂ ਇਹ ਬਿਮਾਰੀ ਚੱਲ ਰਹੀ ਹੋਰ ਹੈ ਅਗਰ ਡਾਕਟਰ ਤੁਹਾਨੂੰ ਕਹਿੰਦਾ ਮੌਸਮ ਦੀ ਗੱਲ ਹੈ ਫਿਰ ਸ਼ੌਕ ਨਾਲ ਘਰ ਵਾਪਸ ਆ ਜਾਓ ਅਗਰ ਡਾਕਟਰ ਕਹੇ ਤੁਹਾਨੂੰ ਕੋਵਿਡ ਹੋਇਆ ਹੈ ਕਰੋਨਾ ਹੋਇਆ ਹੈ ਤਾਂ ਇਲਾਜ ਕਰਾਓ ਕਿਉਂਕਿ ਪਹਿਲੇ 72 ਘੰਟਿਆਂ ਚ ਅਗਰ ਤੁਸੀਂ ਇਹ ਇਲਾਜ ਕਰਾ ਸ਼ੁਰੂ ਕਰਾ ਲਓ ਆਪਣਾ ਕੋਈ ਵੀ ਨਹੀਂ ਮਹਤਾ ਹੁੰਦੀ ਇਹ ਜਦੋਂ ਸੈਕੰਡ ਜਾਂ ਥਰਡ ਸਟੇਜ ਦੇ ਵਿੱਚ ਜਾ ਕੇ ਅਖੀਰ ਚ ਲੋਕ ਹਸਪੀਟਲ ਜਾਂਦੇ ਨੇ ਉਦੋਂ ਬਹੁਤ ਲੇਟ ਹੋ ਜਾਂਦਾ ਫਿਰ ਆਕਸੀਜਨ ਤੇ ਜਾਣਾ ਪੈਂਦਾ ਹੈ ਕਦੇ-ਕਦੇ ਫੇਫੜਿਆਂ ਨੂੰ ਨੁਕਸਾਨ ਹੋ ਜਾਂਦਾ ਹੈ ਇਹ ਚੀਜ਼ਾਂ ਹੋ ਜਾਂਦੀਆਂ ਤਾਂ ਹੀ ਇਹ ਗੱਲਬਾਤ ਰਹੀ ਹੈ ਔਰ ਮੈਂ ਤੁਹਾਨੂੰ ਦੱਸ ਰਿਹਾ ਹਾਂ ਬਾਰ-ਬਾਰ ਕਿ ਅਗਰ ਇਹਦਾ ਆਪਾਂ ਰੋਕਣਾ ਹੈ ਤਰੀਕਾ ਇੱਕੋ ਹੀ ਹੈ मास्क ਪਾਓ ਜਿੱਥੇ ਕੰਮ ਕਰਦੇ ਹੋ ਉੱਥੇ ਮਾਸਕ ਪਾਓ ਜਦੋਂ ਬਾਹਰ ਬਾਜ਼ਾਰ ਜਾਣੇ ਹੋ ਮਾਸਕ ਪਾਓ ਜਿੱਥੇ ਸੜਕਾਂ ਤੇ ਜਾਣੇ ਹੋ ਮਾਸਕ ਪਾਓ ਮਾਸਕ ਪਾਓਗੇ ਤਾਂ 75 ਤੋਂ 80% ਤਾਈ ਬਿਮਾਰੀਆਂ ਤੁਸੀਂ ਰੋਕ ਸਕਦੇ ਇਸ ਬਿਮਾਰੀ ਨੂੰ ਰੋਕ ਸਕਦੇ ਫਿਰ ਦੂਜੀ ਗੱਲ ਹੱਥ ਧੋਣਾ ਇਹ ਸ਼ੁਰੂ ਤੋਂ ਇਹ ਮੈਂ ਦੱਸ ਰਿਹਾ ਸਾਰਿਆਂ ਨੂੰ ਹੱਥ ਤੋਂ ਸੋਸ਼ਲ ਡਿਸਟੈਂਸਿੰਗ ਰੱਖੋ ਇਹ ਚੀਜ਼ਾਂ ਨੇ ਜਿਹੜੀਆਂ ਮਹਾਰ ਕਹਿੰਦੇ ਨੇ ਦੁਨੀਆ ਭਰ ਚ ਔਰ ਲੋਕ ਇਸ ਤੋਂ ਬਚਦੇ ਨੇ ਹੁਣ ਇਸ ਵੇਲੇ ਪੰਜਾਬ ਦੀ ਸਪਾਈਕ ਸ਼ੁਰੂ ਹੈ ਇਹ ਬਿਮਾਰੀਆਂ ਹੁੰਦੀ ਹੈ ਜਾ ਕੇ ਉੱਪਰ ਨੂੰ ਜਾਂਦੀ ਹੈ ਫਿਰ ਥੱਲੇ ਆ ਜਾਂਦੀ ਹੈ ਫਿਰ ਕੁਝ ਦਿਨਾਂ ਬਾਅਦ ਕਹਿੰਦੇ ਸੈਕੰਡ ਸਪਾਈਕ ਹੋ ਜਾਂਦੀ ਹੈ ਕਿਤੇ ਕਿਤੇ ਹੋ ਰਹੀ ਹੈ ਫਿਰ ਅੱਗੇ ਜਾ ਕੇ 3ਰਡ ਹੋਏ ਜਾਂ 4ਥ ਹੋਏ ਇਹ ਨਹੀਂ ਕੁਝ ਕਹਿ ਸਕਦੇ ਇਹ ਤਾਂ ਸਮਾਂ ਹੀ ਦੱਸੂਗਾ ਸਾਨੂੰ ਲੇਕਿਨ ਜੋ ਦੁਨੀਆ ਚ ਅਮਰੀਕਾ ਚ ਹੋਰ ਜਗ੍ਹਾ ਤੋਂ ਪਤਾ ਲੱਗ ਰਿਹਾ ਹੈ ਇਸ ਤਰੀਕੇ ਨਾਲ ਇਹ ਬਿਮਾਰੀ ਜਾਂਦੀ ਹੈ ਲੇਕਿਨ ਇਹ ਵੀ ਪੋਜ਼ਿਟਿਵ ਗੱਲ ਇਹ ਹੈ ਕਿ ਜਦੋਂ ਇਹ ਵਾਇਰਸ ਹੈ ਥੋੜੀ ਦੇਰ ਬਾਅਦ ਇਹ ਕਮਜ਼ੋਰ ਹੋਣ ਲੱਗ ਜਾਂਦਾ ਹੈ ਔਰ ਫਿਰ ਆਪਾਂ ਆਪਣੀ ਜਿਹੜੀ ਦੇਖਭਾਲ ਹੈ ਉਹਦੇ ਚ ਆਪਾਂ ਕੋਈ ਤਬਦੀਲੀ ਨਹੀਂ ਲੈ ਸਕਦੇ ਲੇਕਿਨ ਇਸ ਵੇਲੇ ਨਹੀਂ ਇਸ ਵੇਲੇ ਆਪਾਂ ਨੇ ਪੂਰੀ ਨਿਗਰਾਨੀ ਰੱਖਣੀ ਹੈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਹੁਣ ਮੈਨੂੰ ਕੁਝ ਕਦਮ ਉਠਾਣੇ ਪੈ ਰਹੇ ਨੇ ਜਿਹੜੇ ਤੁਹਾਨੂੰ ਸ਼ੱਕ ਨਾਲ ਪਸੰਦ ਹੋਣ ਲੇਕਿਨ ਸਾਡੀ ਡਿਊਟੀ ਬਣਦੀ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਕਰੋ ਔਰ ਆਪਣੇ ਪੰਜਾਬ ਨੂੰ ਔਰ ਆਪਣੇ ਪਰਿਵਾਰਾਂ ਨੂੰ ਆਪਣੇ ਗਵਾਂਡੀਆਂ ਨੂੰ ਆਪਣੇ ਪੰਜਾਬੀਆਂ ਨੂੰ ਸਾਰਿਆਂ ਨੂੰ ਆਪਾ ਬਚਾਈਏ ਪਹਿਲੀ ਗੱਲ ਹੈ ਜੋ ਅਸੀਂ ਦੱਸਦੇ ਆ ਉਹਨੂੰ ਤੁਸੀਂ ਸਿਰੇ ਚੜਾਓ ਉਹਦੇ ਵਾਸਤੇ ਮਾਸਕ ਪਾਉਣਾ ਜ਼ਰੂਰੀ ਹੈ ਜੋ ਮੈਂ ਹੁਣੀ ਤੁਹਾਨੂੰ ਦੱਸ ਕੇ ਤੈਂ ਅੰਦਰ ਵੀ ਬਾਹਰ ਵੀ ਜਿੱਥੇ ਵਰਤੀ ਜਿੱਥੇ ਵੀ ਇਨਫੈਕਸ਼ਨ ਆਉਣ ਦਾ ਡਰ ਹੈ ਜਾਂ ਅਗਰ ਤੁਹਾਨੂੰ ਬਿਮਾਰੀ ਹੈ ਕਿਸੇ ਨੂੰ ਹੋ ਚੁੱਕੀ ਹੈ ਉਹ ਅੱਗੇ ਕਿਸੇ ਨੂੰ ਦੇ ਵੀ ਸਕਦਾ ਹੈ ਬੰਦਾ ਉਹ ਇਸ ਕਰਕੇ ਚਾਹੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਹੈ ਜਾਂ ਨਹੀਂ ਹੈ ਇਹ ਤੁਸੀਂ ਮਾਸਕ ਜ਼ਰੂਰ ਪਾਉਣਾ ਹੈ ਮੈਂ ਇੱਕ ਹੈਲਥ ਡਿਪਾਰਟਮੈਂਟ ਨੂੰ ਕਿਹਾ ਹੈ ਕਿ ਜਿਹੜੇ ਵੀ ਲੋਕ ਮਾਈਕਰੋ ਕਨਟੇਨਮੈਂਟ ਜ਼ੋਨ ਦੇ ਵਿੱਚ ਅਸੀਂ ਪਾਉਣਾ ਹੈ ਮਾਈਕਰੋ ਕਨਟੇਨਮੈਂਟ ਜ਼ੋਨ ਕੀ ਹੈ ਅਗਰ ਥੋੜੇ ਘਰ ਦੇ ਵਿੱਚ ਕਰੋਨਾ ਹੈ ਤਾਂ 4-5 ਘਰ ਆੜੇ-ਦਾੜੇ ਦੇ ਇਹਨੂੰ ਮਾਈਕਰੋ ਕਨਟੇਨਮੈਂਟ ਜ਼ੋਨ ਬਣਾ ਲਾਂਗੇ ਔਰ ਜੇ ਅਗਰ ਬਹੁਤ ਜ਼ਿਆਦਾ ਹੈ ਫਿਰ ਕਨਟੇਨਮੈਂਟ ਜ਼ੋਨ ਬਣ ਜਾਂਦੀ ਹੈ ਲੇਕਿਨ ਮਾਈਕਰੋ ਕਨਟੇਨਮੈਂਟ ਜ਼ੋਨ ਦੇ ਵਿੱਚ ਮੈਂ ਕਿਹਾ ਕਿ ਅਗਲੇ 3 ਦਿਨਾਂ ਦੇ ਵਿੱਚ ਸਾਰਿਆਂ ਦੀ ਟੈਸਟਿੰਗ ਕਰਾਓ ਤਾਂ ਕਿ ਸਾਨੂੰ ਪਤਾ ਲੱਗ ਜੇ ਕਿ ਹੋਰ ਤੁਹਾਡੇ ਗਵਾਂਡੀਆਂ ਨੂੰ ਤਾਂ ਨਹੀਂ ਹੋਇਆ ਕਿਤੇ ਇਹ ਮੈਂ ਇੱਕ ਗੱਲ ਕਰ ਦਿੱਤੀ ਹੈ ਔਰ ਮੈਂ ਤੁਹਾਨੂੰ 72 ਘੰਟੇ ਦਾ ਦੱਸ ਚੁੱਕੇ ਕਿ 72 ਘੰਟਿਆਂ ਦੇ ਵਿੱਚ ਆਪਣਾ ਜਦੋਂ ਵੀ ਤੁਹਾਨੂੰ ਲੱਗੇ ਕਿ ਮੇਰੀ ਤਬੀਅਤ ਕੁਝ ਠੀਕ ਨਹੀਂ ਔਰ ਤੁਸੀਂ ਜਾਓ ਉੱਥੇ ਔਰ ਡਾਕਟਰ ਨੂੰ ਮਿਲੋ ਔਰ ਇਹ ਕੋਈ ਟੈਸਟਿੰਗ ਕਰਾਉਣਾ ਕੋਈ ਅਹੀ ਜੀ ਗੱਲ ਨਹੀਂ ਕਿ ਕੋਈ ਸੱਟ ਲੱਗ ਰਹੀ ਹੈ ਜਾਂ ਕੋਈ ਇੰਜੈਕਸ਼ਨ ਬਾੜ ਦਿੰਦੇ ਵਿੱਚ ਉਰੇ ਜਾਂ ਕੋਈ ਕੋਈ ਹੋਰ ਚੀਜ਼ ਤੁਹਾਨੂੰ ਲੱਗਦੀ ਹੈ ਜਿਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕੀ ਕਹਿਣਗੇ ਮੇਰੇ ਗਵਾਂਢੀ ਕਹਿਣਗੇ ਕੀ ਫਰਕ ਪੈਂਦਾ ਹੈ ਮੈਂ ਅੱਜ ਸਵੇਰੇ ਕਰਾਇਆ ਆਪਣਾ ਮੈਂ ਅੱਜ ਤੋਂ ਕੋਈ 15 20 ਦਿਨ ਪਹਿਲਾਂ ਉਹਦੋਂ ਵੀ ਕਰਾਇਆ ਸੀ ਤਾਂ ਕੀ ਹੈ ਕਰਾ ਲਓ ਤਾਂ ਕੁਝ ਵੀ ਨਹੀਂ ਹੈ ਤਾਂ ਛੋਟਾ ਸਵਾਬ ਲੈਂਦੇ ਨੇ ਸਵਾਬ ਲੈ ਕੇ ਟੈਸਟ ਕਰ ਦਿੰਦੇ ਨੇ ਔਰ ਇਹ ਬਹੁਤ ਜ਼ਰੂਰੀ ਹੈ ਮੈਰਜ ਕਰਾਇਆ ਹੈ ਔਰ ਇਹ ਇਹਦੇ ਵਿੱਚ ਕੋਈ ਅਹੀ ਦੀ ਗੱਲ ਇਹ ਫੀਲਿੰਗ ਨਹੀਂ ਹੋਣੀ ਚਾਹੀਦੀ ਕਿ ਮੈਨੂੰ ਮੈਨੂੰ ਕੀ ਕਹਿਣਗੇ ਲੋਕ ਅਗਰ ਮੈਂ ਟੈਸਟ ਕਰਾਵਾਂ ਕੀ ਕਰਨਗੇ ਲੋਕ ਕੁਝ ਵੀ ਨਹੀਂ ਕਰਨਗੇ ਸਾਰੀ ਦੁਨੀਆ ਕਰਾ ਰਹੀ ਹੈ ਸਾਰੇ ਉਰੇ ਨਹੀਂ ਹਿੰਦੁਸਤਾਨ ਸਾਰੀ ਦੁਨੀਆ ਦੇ ਵਿੱਚ ਇਹ ਹੋ ਰਿਹਾ ਟੈਸਟਿੰਗ ਤਾਂ ਅਗਰ ਤੁਸੀਂ ਆਪਣਾ ਕਰਾ ਲਓ ਤਾਂ ਕੀ ਵੱਡੀ ਗੱਲ ਹੈ ਤਾਂ ਸਮਾ ਸਮਾਜ ਵਾਸਤੇ ਅੱਛਾ ਹੈ ਤੁਹਾਡੇ ਪਰਿਵਾਰ ਵਾਸਤੇ ਠੀਕ ਹੈ ਤੁਹਾਡੇ ਗਵਾਂਡ ਵਾਸਤੇ ਠੀਕ ਹੈ ਤੇ ਤੁਸੀਂ ਕਰਾਓ ਮੈਂ ਕਰਾਉਣਾ ਮੈਂ ਸਾਰੇ ਜੋ ਇੱਥੇ ਘਰ ਚ ਨੇ ਸਾਰਿਆਂ ਦੇ ਮੈਂ ਟੈਸਟ ਕਰਵਾਏ ਨੇ ਅੱਜ ਕੀ ਗੱਲ ਹੈ ਵਿੱਚ ਦੂਸਰਾ ਮੈਂ ਅੱਜ ਇਹ ਵੀ ਬੇਨਤੀ ਕਰਦਾ ਹਾਂ ਸਾਡੇ ਧਾਰਮਿਕ ਜਿਹੜੇ ਸੰਸਥਾਵਾਂ ਨੇ ਉਹਨਾਂ ਦੇ ਮੁਖੀਆਂ ਨੂੰ ਕਿ ਤੁਸੀਂ ਵੀ ਆਪਣੇ ਤੌਰ ਤੇ ਆਪਣੇ ਟੈਸਟ ਵੀ ਕਰਾ ਲਓ ਔਰ ਤੁਸੀਂ ਸਾਰੇ ਆਪਣੀ ਸੰਗਤ ਨੂੰ ਵੀ ਕਹੋ ਕਿ ਟੈਸਟਿੰਗ ਕਰੋ ਇਹ ਆਪਣੇ ਪਿੰਡਾਂ ਨੂੰ ਬਚਾਉਣਾ ਆਪਣੇ ਸੰਗਤ ਜਾਂ ਬੰਦੀਆਂ ਉਹਨਾਂ ਨੂੰ ਇੱਕ ਦੂਜੇ ਨੂੰ ਬਚਾਉਣਾ ਇਹ ਜ਼ਰੂਰੀ ਹੈ ਅ ਅੱਜ ਮੈਨੂੰ ਕੁਝ ਕਦਮ ਜੈਸੇ ਮੈਂ ਤੁਹਾਨੂੰ ਕਿਹਾ ਮੈਨੂੰ ਚੱਕਣੇ ਫੈਨਗੇ ਇੱਕ ਸਾਡਾ ਸਰਜ ਕਿਉਂਕਿ ਆਉਣ ਵਾਲਾ ਹੈ ਕੁਝ ਹਫ਼ਤਿਆਂ ਦੇ ਵਿੱਚ ਸਾਨੂੰ ਇਹਦੇ ਵਾਸਤੇ ਹੁਣ ਤਿਆਰੀ ਕਰਨੀ ਪਊ ਆਹੀ ਤਿਆਰੀ ਜੋ ਮੈਂ ਤੁਹਾਨੂੰ ਅੱਜ ਦੱਸੀ ਹੈ ਵੱਡੇ ਜਿਹੜੇ ਸ਼ਹਿਰ ਨੇ ਸਾਡੇ ਉਹਨਾਂ ਦੇ ਵਿੱਚ ਅਸੀਂ ਇਹਨੂੰ ਸੈਕਟਰਸ ਤੇ ਅਸੀਂ ਬੰਨ ਰਹੇ ਹਾਂ ਔਰ ਇੱਕ ਨੋਡਲ ਅਫਸਰ ਲਗਾ ਰਹੇ ਹਾਂ ਇੱਕ ਇੱਕ ਸੈਕਟਰ ਦੇ ਵਿੱਚ ਜਿਹੜੀ ਆਪਣੇ ਹੈਲਥ ਟੀਮ ਦੇ ਨਾਲ ਉਹਨਾਂ ਦੀ ਅਸਿਸਟੈਂਟ ਕਰਕੇ ਉਹਨਾਂ ਦੀ ਇਹ ਚੈਕਿੰਗ ਵਗੈਰਾ ਕਰੂਗੀ ਤੁਸੀਂ ਉਹ ਨੋਡਲ ਅਫਸਰ ਨੂੰ ਸੰਪਰਕ ਕਰਨਾ ਜਿੱਥੇ ਤੁਸੀਂ ਕੋਈ ਟੈਸਟਿੰਗ ਵਗੈਰਾ ਕਰਾਉਣੀ ਹੋਵੇ ਰਾਤ ਦੀ ਕਰਫਿਊ ਇਹ ਜ਼ਿਆਦਾ ਹੁੰਦਾ ਹੈ ਕਮ ਦਫ਼ਤਰ ਉਹ ਘਰੇ ਵਚਤਾ ਹੁੰਦਾ ਹੀ ਹੈ ਲੇਕਿਨ ਉਹਦੇ ਵਾਸਤੇ ਤਾਂ ਤੁਸੀਂ 마ਸਕ ਪਾ ਕੇ ਦੇਖ ਰਹੇ ਹੋ ਲੇਕਿਨ ਸੋਸ਼ਲ ਡਿਸਟੈਂਸਿੰਗ ਔਰ ਸੋਸ਼ੀਅਲਾਈਜ਼ਿੰਗ ਜਿਹੜੀ ਹੁੰਦੀ ਹੈ ਘਰਾਂ ਨੂੰ ਸ਼ਾਮ ਨੂੰ ਇੱਕ ਦੂਜੇ ਦੇ ਵਿੱਚ ਘਰਾਂ ਦੇ ਵਿੱਚ ਜਾਣਾ ਗਵਾਂਡ ਦੇ ਵਿੱਚ ਦੋਸਤਾਂ ਨੂੰ ਮਿਲਣਾ ਇਹ ਸਾਰਿਆਂ ਦੀ ਆਪਣੀ ਸਾਰਿਆਂ ਦੀ ਆਦਤ ਹੈ ਲੇਕਿਨ ਔਰ ਮੈਂ ਇਹ ਵੀ ਚਾਹੁੰਦਾ ਕਿ ਤੁਹਾਡੇ ਤੁਸੀਂ ਇਹ ਕਰਦੇ ਰਹੋ ਕਿਉਂਕਿ ਇਹ ਤਾਂ ਇਹ ਸਦਾ ਵਾਸਤੇ ਕੋਈ ਟਰਚ ਬੈ ਕੇ ਸੱਕ ਪੈ ਸਕਦਾ ਬੰਦੇ ਨੂੰ ਲੇਕਿਨ ਇਹ ਔਖੀ ਘੜੀ ਦੇ ਵਿੱਚ ਤੁਹਾਨੂੰ ਇਹ ਸੋਚਣਾ ਪਊ ਕਿ ਇਹ ਦੇ ਨਾਲ ਆਪਣੀ ਬਿਮਾਰੀ ਵੱਧ ਸਕਦੀ ਹੈ ਇਸ ਕਰਕੇ ਜਿਹੜੇ ਵੱਡੇ ਸ਼ਹਿਰ ਨੇ ਸਾਡੇ ਉਹਨਾਂ ਦੇ ਵਿੱਚ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਸਵੇਰ ਤੱਕ ਮੈਂ ਕਰਫਿਊ ਲਗਾ ਰਹੇ ਆ ਇੱਥੇ ਨਾਈਟ ਕਰਫਿਊ ਹੋਏਗੀ ਔਰ ਕੋਈ ਸਿਰਫ ਇੰਡਸਟਰੀ ਨੂੰ ਛੱਡ ਕੇ ਬਾਕੀ ਇੱਕ ਕੋਈ ਇੱਥੇ ਇੱਕ ਦੂਜੇ ਨੂੰ ਮਿਲ ਬਾਹਰ ਅਸੀਂ ਤੁਸੀਂ ਜਾਣ ਨਹੀਂ ਸਕੋਗੇ 9 ਵਜੇ ਤੋਂ 5 ਵਜੇ ਤੱਕ ਤਾਂ ਕਿ ਸੋਸ਼ਲਾਈਜ਼ਿੰਗ ਨੂੰ ਅਸੀਂ ਥੋੜੀ ਘਟਾਈਏ ਦੂਸਰੀ ਜਦੋਂ ਤਾਈ ਤੁਹਾਨੂੰ ਬੜੀ ਲੋੜ ਨਾ ਪਵੇ ਕਿ ਮੈਂ ਜਾਣਾ ਕਿਤੇ ਡਾਕਟਰ ਕੋਲ ਜਾਣਾ ਹੈ ਕੋਈ ਦਫ਼ਤਰ ਦੇ ਵਿੱਚ ਮੇਰਾ ਕੰਮ ਹੈ ਘਰ ਚ ਰਹੋ ਘਰ ਤੋਂ ਬਾਹਰ ਨਾ ਜਾਓ ਨਿਕਲੋ ਤੁਸੀਂ 에ਸੈਂਸ਼ੀਅਲ ਸਰਵਿਸਿਜ਼ ਕੋਈ ਕਿਸੇ ਜਿਵੇਂ ਮੈਂ ਕਿਹਾ ਉਸ ਤੇ ਜਾਣਾ ਹੋਵੇ ਤੁਸੀਂ ਸ਼ੌਕ ਨਾਲ ਜਾਓ ਲੇਕਿਨ ਇਹ ਜ਼ਰੂਰ ਕਰੋ ਇਹ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਇਹ ਇਸ ਵੇਲੇ ਰੱਖ ਰਿਹਾ ਸੀ ਲੁਧਿਆਣੇ ਪਟਿਆਲੇ ਤੇ ਜਲੰਧਰ ਦੇ ਵਿੱਚ ਇੱਥੇ ਜ਼ਿਆਦਾ ਕੇਸਸ ਹੋਏ ਨੇ ਅੰਮ੍ਰਿਤਸਰ ਨੇ ਆਪਣੇ ਆਪ ਨੂੰ ਕੰਟਰੋਲ ਕਰ ਲਿਆ ਜੋ ਮੈਂ ਗੱਲ ਆ ਦੱਸ ਰਿਹਾ ਉਹ ਕੰਟਰੋਲ ਕਰ ਗਈ ਤਾਂ ਉਹ ਡਾਊਨ ਆ ਗਿਆ ਅੰਮ੍ਰਿਤਸਰ ਦਾ ਤਾਂ ਅੰਮ੍ਰਿਤਸਰ ਨੂੰ ਇਸ ਵੇਲੇ ਅਸੀਂ ਇਹਦੇ ਸ਼ਾਮਿਲ ਨਹੀਂ ਕਰ ਰਹੇ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਘਰ ਚ ਰਹਿਣਾ ਇਹ ਇਸ ਵੇਲੇ ਹੈ ਲੁਧਿਆਣਾ ਪਟਿਆਲਾ ਤੇ ਜਲੰਧਰ ਔਰ ਖਾਸ ਕਰਕੇ ਸਨੀਚਰਵਾਰ ਔਰ ਐਥਵਾਰ ਨੂੰ ਔਰ ਇੱਕ ਇੱਕ ਦੋ ਹਫ਼ਤਿਆਂ ਦੇ ਬਾਅਦ ਅਸੀਂ ਇਹਨੂੰ ਰਿਵਿਊ ਕਰਾਂਗੇ ਲੇਕਿਨ ਖਾਸ ਕਰਕੇ ਦੋ ਇਹ ਸੋਸ਼ੀਅਲਾਈਜ਼ਿੰਗ ਕਮ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਔਰ ਤੁਸੀਂ ਆਪ ਦੇਖੋਗੇ ਕਿ ਜਿਹੜੇ ਹੁਣ ਆંકੜੇ ਵੱਧ ਰਹੇ ਨੇ ਆਪਣੇ ਸ਼ਹਿਰਾਂ ਦੇ ਵਿੱਚ ਉਹ ਕਟਣ ਲੱਗ ਜਾਣਗੇ ਜਿਹੜੇ ਮੈਰਿਜ ਪੈਲਸ ਨੇ ਰੈਸਟੋਰੈਂਟ ਨੇ ਦਫਤਰ ਨੇ ਜਿੱਥੇ 10 ਬੰਦੇ ਤੋਂ ਜ਼ਿਆਦਾ ਹੋਣ ਇੱਕ ਕੋਵਿਡ ਮਾਨੀਟਰ ਅਸੀਂ ਅਪੁਆਇੰਟ ਕਰਾ ਰਹੇ ਹਾਂ ਇੱਕ ਤੁਸੀਂ ਇੱਕ ਬੰਦਾ ਆਪਣਾ ਮਾਨੀਟਰ ਬਣਾ ਲਓ ਜੋ ਡੇਲੀ ਇਹਦੇ ਚ ਦੇਖੇ ਕਿ ਕਿੰਨੇ ਬੰਦੇ ਆਏ ਕੀ ਹੈ ਉਹਨਾਂ ਨੂੰ 마ਸਕ ਪਾ ਰਹੇ ਨੇ ਜਾਂ ਨਹੀਂ ਪਾ ਰਹੇ ਸੋਸ਼ਲ ਡਿਸਟੈਂਸਿੰਗ ਰੱਖਣੇ ਸੈਨੀਟਾਈਜ਼ੇਸ਼ਨ ਰੱਖਣੇ ਮੋਦਮਤਰ ਹੱਥ ਧੋਣਾ ਐਂਕੋਡੇ ਸਾਡੀ ਟੀਮ ਆ ਜਾਣ ਗਿਆ ਔਰ ਜਾ ਕੇ ਤੁਹਾਡੇ ਜਰੂਰ ਉਥੇ ਜਾ ਕੇ ਸਾਰੇ ਨੂੰ ਚੈੱਕ ਕਰਨ ਗਿਆ ਕਿ ਉਥੇ ਔਰ ਅਗਰ ਤੁਸੀਂ ਨਹੀਂ ਕੀਤਾ ਤਾਂ ਫਿਰ ਫਿਰ ਸਾਨੂੰ ਪੀਨਲਾਈਜ਼ ਕਰਨਾ ਪਵੇਗਾ ਚਲਾਨ ਕਰਨੇ ਪੈਣਗੇ ਮੈਨੂੰ ਅੱਛਾ ਨਹੀਂ ਲੱਗਦਾ ਚਲਾਨ ਕਰਨਾ ਪੈਂਦਾ ਪਰ ਦੇਖ ਲਓ ਆ ਦੇਖੋ ਇਹ ਪਹਿਲਾ ਦਿਨ ਹੈ ਮੇਰਾ خیال ਅੱਜ ਜਿੱਥੇ ਮੇਰੇ ਕੋਲ ਜੋ ਆંકੜੇ ਆਏ ਨੇ ਕਿ 4000 ਤੋਂ ਘੱਟ ਚਲਾਨ ਹੋਏ ਨੇ ਇਹ ਮਾਸਕ ਦੇ ਨਹੀਂ ਤਾਂ 4 ਤੋਂ 6000 ਦੇ ਦਰਮਿਆਨ ਰੋਜ਼ ਹੋ ਰਹੇ ਨੇ ਮਾਰਚ ਤੋਂ ਲੈ ਕੇ ਅੱਜ ਤੱਕ ਔਰ ਹੁਣ ਐਤ ਕੀ ਬਣੇ 3000 ਕੁਛ ਸੇ ਸਵੇਦ ਮਿਲੇ। ਤੋਂ ਇਹ ਇਹ ਅੰਚੀ ਗੱਲ ਹੈ ਲੋਕ ਨੂੰ ਮੰਨਣ ਲੱਗੇ ਨੇ ਗੱਲ ਔਰ ਸਮਝਣ ਲੱਗੇ ਕਿ ਬਿਮਾਰੀ ਕੀ ਚੀਜ਼ ਹੈ। ਅੱਛਾ ਜਿਹੜੇ ਲੋਕ ਨੇ ਜਿਹੜੇ ਹਾਈ ਸੋਸ਼ਲ ਕੰਟੈਕਟ ਹੈ ਜਿਹੜਾ ਮਤਲਬ ਲੋਕਾਂ ਨੂੰ ਮਿਲਵਰਤਨ ਜ਼ਿਆਦਾ ਰੱਖਦੇ ਨੇ ਚਾਹੇ ਕੋਈ ਦੁਕਾਨਦਾਰ ਵਾਲੇ ਹੋਣ ਜਾਂ ਜੋ ਹੋਰ ਔਰਤ ਹੋਵੇ ਪੁਲਿਸ ਵਾਲੇ ਹੋਣ ਜਾਂ ਕੋਈ ਹੋਰ ਮੈਕਮੇ ਦੇ ਬੰਦੇ ਹੋਣ ਜਿਨ੍ਹਾਂ ਨਾਲ ਸੰਪਰਕ ਜੁੜਦਾ ਰੋਜ਼ ਹੀ ਲੋਕਾਂ ਦਾ ਉਨਾ ਦੇ ਇੱਕ ਹਫਤੇ ਦੇ ਵਿੱਚ ਅਸੀਂ ਹੁਣ ਅਗਲੀ ਇੱਕ ਹਫਤੇ ਵਿੱਚ ਟੈਸਟਿੰਗ ਪੂਰੀ ਕਰਾ ਦਾਂਗੇ ਤੁਸੀਂ ਬੜੇ ਔਖੀ ਘੜੀ ਦੇ ਵਿੱਚੋਂ ਗੁਜ਼ਰੇ ਆ ਸਾਰੇ ਹੀ ਆਪਾਂ ਤੁਸੀਂ ਮੈਂ ਸਾਰੇ ਮੈਂ ਤੁਹਾ ਪਰ ਥੋੜਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੇਰੇ ਆਕੇ ਲਾ ਕੇ ਇਹ ਆਪਣੇ ਆਪ ਨੂੰ ਇਸ ਜੋ ਜੋ ਅਸੀਂ ਦੱਸਦੇ ਆ ਸਰਕਾਰ ਵੱਲੋਂ ਉਹ ਕਦਮ ਤੁਸੀਂ ਚੱਕੇ ਨੇ ਜਿਹਦੇ ਕਰਕੇ ਤੁਸੀਂ ਵੀ ਬਚੇ ਹੋ ਔਰ ਤੁਹਾਡੇ ਨਾਲ ਦੇ ਵੀ ਬਚੇ ਨੇ ਔਰ ਮੈਂ ਹੁਣ ਇੱਕ ਵਾਰ ਫੇਰ ਬੇਨਤੀ ਕਰਦਾ ਜਿਹੜੇ ਇਸ ਕੰਮ ਚ ਥੋੜੇ ਅਨਗਹਿਲੀ ਕਰਦੇ ਨੇ ਔਰ ਤੁਸੀਂ ਮੇਰੀ ਗੱਲ ਮੰਨੋ ਔਰ ਆਪਾਂ ਆਪਣੇ ਪੰਜਾਬ ਪਰਿਵਾਰ ਨੂੰ ਔਰ ਆਪਣੇ ਸ਼ਹਿਰ ਨੂੰ ਔਰ ਆਪਣੇ ਮੋਹੱਲੇ ਨੂੰ ਸਾਰਿਆਂ ਨੂੰ ਆਪਾਂ ਬਚਾਈਏ ਇੱਕ ਤੁਹਾਨੂੰ ਖੁਸ਼ੀ ਹੋਏਗੀ ਕਿ ਅਸੀਂ ਟੈਸਟਿੰਗ ਬਤਾ ਰਹੇ ਹਾਂ ਚਾਰ ਟੈਸਟਿੰਗ ਫੈਸਿਲਿਟੀਆਂ ਅਸੀਂ ਨਮੀ ਕਰ ਦਿੱਤੀਆਂ ਧਰੰਦਰ ਲੁਧਿਆਣਾ ਖਰੜ ਤੇ ਮੋਹਾਲੀ ਇਸ ਵੇਲੇ ਸਾਡਾ 1300 ਟੈਸਟ ਹੈ ਜਲ ਸ਼ੁਰੂ ਹੋਇਆ ਸੀ ਮਾਰਚ ਵਿੱਚ ਅਸੀਂ 200 ਸੀ ਹੁਣ 13000 ਟੈਸਟ ਹੈ ਅਸੀਂ ਸਾਡਾ 13000 ਟੈਸਟ ਅੱਜ ਔਰ ਇਸ ਮਹੀਨੇ ਦੇ ਅਖੀਰ ਤੱਕ ਅਸੀਂ ਇਸ 13000 ਨੂੰ ਵੀ ਹਜ਼ਾਰ ਪਹੁੰਚਾ ਦੇਣਾ ਹੈ ਤੋਂ ਥੋੜੇ ਕੋਲ ਟੈਸਟਿੰਗ ਅਸੀਂ ਕੰਮ ਨਹੀਂ ਕੋਈ ਰਹਿਣ ਦੇਣੀ ਇਹ ਰੱਖਾਂਗੇ ਔਰ ਇਸੇ ਪਲਾਜ਼ਮਾ ਬੈਂਕ ਵੀ ਅਸੀਂ ਇਸ ਨੂੰ ਰੱਖਣੇ ਹੈ ਇਸ ਵੇਲੇ ਪਲਾਜ਼ਮਾ ਬੈਂਕ ਸਾਡਾ ਪਟਿਆਲਾ ਬੈਂਕ ਪਹਿਲਾਂ ਸ਼ੁਰੂ ਹੋ ਗਿਆ ਸੀ ਹੁਣ ਅੰਮ੍ਰਿਤਸਰ ਤੇ ਫਰੀਦਕੋਟ ਸ਼ੁਰੂ ਹੋ ਗਏ ਤਾਂ ਕਿ ਇਸ ਨੂੰ ਅਸੀਂ ਕਵਰ ਸਾਰੇ ਪੰਜਾਬ ਨੂੰ ਕਰ ਸਕੀਏ ਔਰ ਜਿਹੜੇ ਅੱਜ ਮੈਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਜਿੰਨਾਂ ਨੂੰ ਇੱਕ ਵਾਰ ਬਿਮਾਰੀ ਹੋ ਗਈ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਹੁਣ ਠੀਕ ਹੋ ਔਰ ਵਾਹਿ ਠੀਕ ਰਹੋ ਤੁਹਾਡੇ ਵਰਵਾਰ ਵੀ ਸੁਖੀ ਰਹਿਣ ਲੇਕਿਨ ਤੁਸੀਂ ਸਮਾਜ ਵਾਸਤੇ ਇੱਕ ਗੱਲ ਕਰ ਸਕਦੇ ਹੋ ਪਰ ਬਾਕੀ ਆਪਣੇ ਸਾਥੀ ਪੰਜਾਬੀਆਂ ਵਾਸਤੇ ਤੁਸੀਂ ਆਪਣੀ ਖੂਨ ਪਲਾਜ਼ਮਾ ਜਾ ਕੇ ਇਹ ਬੈਂਕਾਂ ਦੇ ਵਿੱਚ ਦਿਓ ਕਿਉਂਕਿ ਸਾਨੂੰ ਲੋਡ ਪੈਂਦੀ ਰਹਿੰਦੀ ਹੈ ਡਾਕਟਰਸ ਨੂੰ ਔਰ ਅਗਰ ਤੁਸੀਂ ਦਿਓਗੇ ਬੈਂਕ ਸਟੋਰ ਹੋ ਜਾਣਗੇ ਔਰ ਜਦੋਂ ਕੋਈ ਇਹ ਜਿਹਾ ਬਿਮਾਰੀ ਦਾ ਕੋਈ ਸਰ ਜਾਏਗਾ ਉਹ ਕਿ ਸ਼ਾਇਦ ਡਾਕਟਰ ਉਸ ਨੂੰ ਇਸਤੇਮਾਲ ਕਰ ਸਕਣ ਇਹ ਮੇਰੀ ਆਪ ਨੂੰ ਬੇਨਤੀ ਹੈ ਹੁਣ ਥੋੜੇ ਜਿਹੇ ਹਰ ਮਹੀਨੇ ਹਰ ਹਫਤੇ ਮੈਂ ਸਵਾਲ ਤੁਹਾਡੇ ਲੈਣਾ ਮੈਂ ਹੁਣ ਥੋੜੇ ਸਵਾਲ ਦੇਖਾਂਗਾ ਤੁਸੀਂ ਜੱਤੜਾੜੀ ਜਗਰਾਉਂ ਤੋਂ ਤੁਸੀਂ ਕਹਿੰਦੇ ਹੋ ਕਿ ਸਾਡੇ ਅਸੀਂ ਇੱਥੇ ਬੜੇ ਨਸ਼ੇ ਦੇ ਮਸਲਾ ਹੈ ਕਿ ਸ਼ਰਨਜੀਤ ਸਿੰਘ ਬਿਕਤੇ ਨੇ ਜਗਰਾਉ ਤੋਂ ਸ਼ਰਨਜੀਤ ਇਹ ਮਸਲਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੀ ਜਿਹੜੀ ਐਸਟੀਐਫਐਸ ਸਪੈਸ਼ਲ ਟਾਸਕ ਫੋਰਸ ਸਰਪੀਤ ਸਿੱਧੂ ਜੀ ਸਾਡੇ ਸੀਨੀਅਰ ਆਫਸਰ ਨੇ ਐਡੀਜੀਪੀ ਉਹਨਾਂ ਦੇ ਦਿਨ ਉਹ ਸਾਰੇ ਕਿਤੇ ਪੰਜਾਬ ਚ ਬਣੇ ਚੌਕਸ ਨੇ ਉਹਨਾਂ ਦੇ ਬੰਦੇ ਸਾਰੇ ਲੱਗੇ ਹੋਏ ਨੇ ਅਗਰ ਇਹ ਉਹਨਾਂ ਨੂੰ ਮੈਂ ਤੁਹਾਡੇ ਇਹ ਦੱਸੂਗਾ ਤਾਂ ਕਿ ਥੋੜੇ ਇੱਥੇ ਬਿਲਕੁਲ ਪੜਤਾਲ ਕਰਨ ਕਿ ਕੌਣ ਕਰ ਰਿਹਾ ਹੈ ਕਿ ਕੌਣ ਬਦਮਾਸ਼ੀ ਕਰ ਰਿਹਾ ਹੈ ਤੇ ਇਹ ਨਹੀਂ ਹੁੰਦੇ ਨਹੀਂ ਕਿ ਕਿਸੇ ਪਿੰਡ ਦੇ ਵਿੱਚ ਕੋਲਮ ਖੁੱਲਾ ਲੋਕ ਕਰਨ ਦਾ ਬਹੁਤ ਲੋਗ ਅਸੀਂ ਫੜੇ ਨੇ ਔਰ ਅਸੀਂ ਛੱਡਣਾ ਨਹੀਂ ਅਗਰ ਅਸੀਂ ਜੀ ਗੱਲ ਕਰਦੇ ਰਹਿਣ ਆ ਸੰਨੀ ਪਦਮ ਜੀ ਪੋਪੁਰ ਤੋਂ ਕਹਿੰਦੇ ਨੇ ਕਿ ਸਾਡਾ ਇੱਕ ਪੁਲ ਦੀ ਲੋਡ ਹੈ ਉਹ ਅਸੀਂ ਇਹ ਮੈਨੂੰ ਪਤਾ ਹੈ ਤੁਹਾਡੇ ਪੁਲ ਦੀ ਲੋਡ ਇਹਦੇ ਕੋਈ ਟੈਕਨੀਕਲ ਪ੍ਰੋਬਲਮ ਸੀ ਉਹ ਟੈਕਨੀਕਲ ਪ੍ਰੋਬਲਮ ਅਸੀਂ ਹੋਨੇ ਰਿਸੋਲਵ ਕਰ ਰਹੇ ਹਾਂ ਸਾਡੇ ਟੈਕਨੀਕਲ ਐਡਵਾਈਜ਼ਰ ਜਾ ਚੁੱਕੇ ਨੇ ਔਰ ਇਹ ਅਗਲੇ ਸਾਲ ਤੱਕ ਇਹ ਪੂਰਾ ਥੋੜਾ ਅਸੀਂ ਬਣਾ ਕੇ ਦੇਵਾਂਗੇ ਕੁਝ ਉਹਦੇ ਚ ਟੈਕਨੀਕਲ ਘਾਟ ਹੈ ਉਹ ਹੁਣ ਇਹ ਸਾਡੇ ਅਡਵਾਈਜ਼ਰ ਜਾ ਕੇ ਇਹ ਦੇਖਣਗੇ ਸਾਡੇ ਟੈਕਨੀਕਲ ਅਡਵਾਈਜ਼ਰ ਔਰ ਮੈਂ ਉਹਨਾਂ ਨੂੰ ਕਿਹਾ ਕਿ ਜੋ ਮਰਜ਼ੀ ਕਰਨਾ ਹੈ ਪਰ ਅਗਲੇ ਸਾਲ ਤੱਕ ਇਹ ਕਰਮ ਕਰਨਾ ਚਾਹੀਦਾ ਤੁਹਾਨੂੰ ਅਮ ਗੁਰਜੀਤ ਸੈਣੀ ਜੀ ਗੁਰਦਾਸਪੁਰ ਤੋਂ ਕਿ ਕਈ ਬਸਾਂ ਆਉਂਦੀਆਂ ਨੇ ਯੂਪੀ ਤੋਂ ਇਹਨਾਂ ਦੇ ਵਿੱਚ ਕੋਵਿਡ ਵੱਧ ਹੈ ਤੁਸੀਂ ਐਕਸ਼ਨ ਲਓ ਜਿਹੜੀਆਂ ਬਸ ਆਉਂਦੀਆਂ ਨੇ ਬਸਾਂ ਅਸੀਂ ਐਕਸ਼ਨ ਲੈਣੇ ਹੈ ਇਹਨੂੰ ਅਸੀਂ ਟ੍ਰੇਸਿੰਗ ਕਹਿੰਨੇ ਆ। ਟ੍ਰੇਸਿੰਗ ਜਿੱਥੇ ਹੁੰਦੀ ਹੈ ਜਦੋਂ ਕੋਈ ਬੰਦਾ ਨਿਕਲ ਕੇ ਬਗੈਰ ਟੈਸਟ ਜਾਂ ਆਪਣੇ ਜਿੱਥੇ ਉਹਦੇ ਟੈਸਟਿੰਗ ਸਾਡੇ ਕਰਵਾਏ ਬਗੈਰ ਉਹ ਚਲਾ ਜਾਏ ਕਿਸੇ ਹੋਰ ਪਿੰਡ ਆਪਣੇ ਪਿੰਡ 'ਚ ਜਾਂ ਕਿਸੇ ਹੋਰ ਪਿੰਡ 'ਚ ਫਿਰ ਉਹਨੂੰ ਅਸੀਂ ਟ੍ਰੇਸ ਕਰਦੇ ਆ। ਟ੍ਰੇਸ ਕਰਕੇ ਮੇਰਾ ਖਿਆਲ ਸਾਡੇ ਅਸੀਂ ਕੋਈ 30 ਹਜ਼ਾਰ ਬੰਦਾ ਟ੍ਰੇਸ ਕਰ ਚੁੱਕੇ ਆਂ ਔਰ ਉਹਦੇ ਵਿੱਚ ਉਹ ਇਹ ਹੈਰਾਨੀ ਹੋ ਗਈ ਤੁਹਾਨੂੰ ਸੁਣ ਕੇ ਕਿ 6 ਹਜ਼ਾਰ ਬੰਦੇ ਪੋਜ਼ਿਟਿਵ ਨਿਕਲੇ। ਉਹਨੇ ਸਮਝ ਲਓ ਕਿ ਉਹਨਾਂ ਨੇ ਕਿੰਨੇ ਅੱਗੇ ਅ ਅ ਅ ਕਿਨੇ ਅਗੇ ਲੋਕਾਂ ਨੂੰ ਇਹ ਜੁੱਤਾ ਹੋਣਾ ਉਹ ਇਸ ਕਰਕੇ ਮੈਂ ਇਹ ਥੋੜੀ ਗੱਲ ਮੈਂ ਸਮਝਦਾ ਠੀਕ ਹੈ ਔਰ ਇਹਦਾ ਕੋਈ ਹੱਲ ਕੱਢਾਂਗੇ ਕਿ ਜਿਹੜੇ ਬਸ ਆ ਰਹੇ ਨੇ ਯੂਪ ਵਗੈਰਾ ਉਹ ਤੋਂ ਕਿ ਕੈਸੇ ਲੋਕਾਂ ਦਾ ਹੋਰ ਇਸੇ ਪ੍ਰਬੰਧ ਕੀਤਾ ਜਾਏ ਕਿ ਮੌਕੇ ਤੇ ਹੀ ਅਸੀਂ ਟੈਸਟਿੰਗ ਇਹਨਾਂ ਦੀ ਕਰਾ ਦਈਏ ਪਹਿਲਾਂ ਸਾਨੂੰ ਸਾਡੇ ਕੋਲ ਐਨੀ ਟੈਸਟਿੰਗ ਦਾ ਪ੍ਰਬੰਧ ਨਹੀਂ ਸੀ ਹੁਣ ਅਸੀਂ 20000 ਤੇ ਪਹੁੰਚਣ ਲੱਗੇ ਹੁਣ ਮੇਰਾ ਖਿਆਲ ਹੁੰਦਾ ਅਸੀਂ ਕਰ ਸਕਾਂਗੇ ਇਸ ਦੀ ਅ ਤੁਸੀਂ ਇਹ ਵੀ ਪੁੱਛਿਆ ਟੈਸਟਿੰਗ ਕੈਪੇਬਿਲਿਟੀ ਮੈਂ ਤੁਹਾਨੂੰ ਦੱਸਦੀ ਕਿ ਸਾਡੇ ਤਾਂ ਇੱਕ ਸਮੇਂ ਤੇ 200 ਟੈਸਟ ਹੁੰਦੇ ਸੀ ਦਿਨ ਚ ਹੁਣ ਅਸੀਂ 20000 ਤੇ ਪਹੁੰਚਾਂਗੇ ਇਸ ਮਹੀਨੇ ਦੇ ਵਿੱਚ ਅਤੇ ਇਸ ਨੂੰ ਅੱਗੇ ਵਧਾਵਾਂਗੇ ਅਤੇ ਅਸੀਂ ਮੇਰਾ ਖਿਆਲ ਪੋਰਟ ਆਪਣੀ ਆਬਾਦੀ ਦੇ لحاظ ਨਾਲ ਸਾਡੀ 30 ਕਰੋੜ 20 ਲੱਖ ਆਬਾਦੀ ਹੈ ਉਸ ਦੇ لحاظ ਨਾਲ ਸਾਡੀ ਟੈਸਟਿੰਗ ਅਜੇ ਤਕਰੀਬਨ ਹੀ ਨੰਬਰ 1 ਤੇ ਹੋਣੀ ਹੈ ਹੋਰ ਵੱਡੇ ਵੱਡੇ ਸੂਬੇ ਨੇ ਜਿੱਥੇ ਟੈਸਟਿੰਗ ਦੇ ਨੰਬਰ ਜ਼ਿਆਦਾ ਲੱਗਦੇ ਨੇ ਲੇਕਿਨ ਉਹਨਾਂ ਦੀ ਆਬਾਦੀ ਤਾਂ ਸਾਥੋ 10 ਗੁਣਾ ਜ਼ਿਆਦਾ ਹੈ ਯੂਪ ਵਰਗੇ ਸੂਬੇ ਸੋ ਉਸ ਕਰਕੇ ਸਾਡੀ ਪੋਪੂਲੇਸ਼ਨ ਦੇ لحاظ ਨਾਲ ਆਬਾਦੀ ਦੇ لحاظ ਨਾਲ ਅਸੀਂ ਕਾਫੀ ਉੱਪਰ ਹੈ ਇਸ ਵੇਲੇ ਈਕੇ ਮੈਂ ਮਨੂ Tiwari ਤੋਂ ਕਿਹਾ ਤਰਨ ਤਰਨ ਤੋਂ ਲਿਖ ਰਹੇ ਨੇ ਔਰ ਮੈਨੂੰ ਸਮਝ ਨਹੀਂ ਆਉਣੀ ਕਿਉਂ ਕਿ ਤੁਸੀਂ ਐਨੇ ਐਨੇ ਕਿਉਂ ਤੁਸੀਂ ਘਬਰਾਏ ਹੋਏ ਹੋ ਕਿਉਂਕਿ ਇਹ ਮੈਨੂੰ ਬਿਲਕੁਲ ਥੋੜਾ ਸਵਾਲ ਅੱਛਾ ਨਹੀਂ ਲੱਗਦਾ ਮੈਂ ਲੇਕਿਨ ਮੈਂ ਦੇ ਰਿਹਾ ਅੱਜ ਕਿਉਂਕਿ ਮੈਂ ਸਮਝਦਾ ਕਿ ਤੁਹਾਨੂੰ ਸਮਝਣਾ ਚਾਹੁੰਦਾ ਕਿ ਗਲਤ ਗਲਤ ਤੁਸੀਂ ਕਹਿ ਰਹੇ ਤੁਸੀਂ ਕਹਿ ਰਹੇ ਹੋ ਕਿ ਮੈਂ ਜ਼ਹਿਰ ਪੀਣ ਨੂੰ ਤਿਆਰ ਐ ਆ ਜਿਹੜੀ ਸ਼ਰਾਬ ਹੋਈ ਆ ਤੇ ਤਨ ਤਰੰਦ ਵਿੱਚ ਅਗਰ ਮੇਰੇ ਪਰਿਵਾਰ ਨੂੰ 5 ਲੱਖ ਰੁਪਇਆ ਮਿਲ ਸਕੇ ਇਹ ਕੋਈ ਗੱਲ ਐ ਕਰਨ ਦੀ ਦੱਸੋ ਬੱਚੇ ਨੇ ਤੁਹਾਡੇ ਥੋੜੇ ਫੈਮਿਲੀ ਐ ਥੋੜੇ ਗਵਾਂਢੀ ਥੋੜੇ ਰਿਸ਼ਤੇਦਾਰ ਨੇ ਤੇ ਕੋਣ ਇਹ ਜੀ ਗੱਲ ਸੋਚਦੇ ਨੇ ਜਿੱਥੇ ਤਾਂ ਇਹ ਥੋੜਾ ਸਵਾਲ ਹੈ ਤੁਹਾਡੀ ਸਪੋਰਟ ਦਾ ਇਹ ਤੁਸੀਂ ਰੂਰਲ ਫਾਰਮੇਸੀ ਚ ਵਿੱਚ ਕੰਟਰੈਕਟ এমਪਲੋਈ ਹੈ ਕੰਟਰੈਕਟ এমਪਲੋਈ ਸਾਡੇ 42000 ਨੇ ਪੰਜਾਬ ਚ ਔਰ ਮੈਂ ਇੱਕ ਕੈਬਨਟ ਸਬਕਮੇਟੀ ਬਣਾਈ ਹੋਈ ਹੈ ਦੇਖਣ ਨੂੰ ਕਿ ਜਿਹੜੇ 42000 ਸਾਡੇ ਕੰਟਰੈਕਟ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਅਸੀਂ ਪੱਕਾ ਕਿਵੇਂ ਕਰ ਸਕੀਏ ਤਾਂ ਆ ਗੱਲ ਕੱਢੋ ਆਪਣੇ ਦਿਮਾਗ ਦੇ ਵਿੱਚੋਂ ਇਹ ਲੋਕ ਜਿਹੜੇ ਮਰੇ ਨੇ ਬਹੁਤ ਅਫਸੋਸ ਜਿਹੜੇ ਲੋਕ ਮਰੇ ਨੇ ਔਰ 5 ਲੱਖ ਲੈ ਰਹੇ ਨੇ ਇਹ ਤਾਂ ਵਿਚਾਰੇ ਬਹੁਤ ਹੀ ਗਰੀਬ ਗਰੀਬ ਬੰਦੇ ਸੇ ਜਿਨ੍ਹਾਂ ਨੇ ਇੱਕ ਗਲਤ ਚੀਜ਼ ਪੀਆ ਔਰ ਜਿਹੜੇ ਬੰਦੇ ਸੇ ਅਸੀਂ ਫੜ ਲਏ ਸਾਰੇ ਕਿਸੇ ਨੂੰ ਨਹੀਂ ਅਸੀਂ ਛੱਡਾਂਗੇ ਵੱਡਾ ਹੋਏ ਛੋਟਾ ਹੋਏ ਬਚਾੜਨਾ ਹੋਏ ਜੋ ਮਾਜੀ ਹੋਏ ਅਸੀਂ ਇਹਨੂੰ ਬਿਕਣੀ ਛੱਡ ਦੇ ਔਰ ਇਹਨਾਂ ਨੂੰ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਕੋਈ ਪਰਮਨੈਂਟ ਜੌਬ ਅਸੀਂ ਸਰਕਾਰ ਦੇ ਵਿੱਚ ਨਹੀਂ ਦੇ ਰਹੇ ਇਹ ਤਾਂ ਅਸੀਂ ਉਹਨਾਂ ਨੂੰ ਮੈਂ ਕਿਹਾ ਸੀ ਉੱਥੇ ਔਰ ਅਸੀਂ ਕਰਾਂਗੇ ਕਿ ਇਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਬੰਦੇ ਨੂੰ ਕਿਉਂਕਿ ਜਿਹੜਾ ਕਮਾਉਣ ਵਾਲਾ ਬੰਦਾ ਸੀ ਉਹ ਮਰ ਗਿਆ ਤੇ ਇੱਕ ਬੰਦੇ ਨੂੰ ਅਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਕਿਤੇ ਨਾ ਕਿਤੇ ਨੌਕਰੀ ਲੈਣ ਦੀ ਅਸੀਂ ਕੋ ਉਹਨਾਂ ਨੂੰ ਦੇਵਾਂਗੇ ਲੈਣ ਦੇ ਲੈ ਕੇ ਦੇਵਾਂਗੇ ਇਹ ਮੈਂ ਕਹਿ ਰਹੀ ਸੀ ਤਾਂ ਕਿ ਉਹ ਆਪਣੇ ਪਰਿਵਾਰਾਂ ਵਾਸਤੇ ਕਮਾ ਦੇ ਕਿੰਨੀ ਦੇ ਚੱਲ ਜਾਊਗਾ 5 ਲੱਖ ਰੁਪਈਆ ਅਗਰ ਉਹ 2-4 ਬੱਚੇ ਨੇ ਉਹਨਾਂ ਨੇ ਪੜ੍ਹਨਾ ਹੈ ਉਹਨਾਂ ਨੇ ਰਹਿਣਾ ਤਾਂ ਥੋੜੇ ਸਾ ਥੋੜੀ ਦੇਰ ਚ ਮੁੱਕ ਜਾਣਾ ਕੰਮ ਇਹ ਜ਼ਰੂਰੀ ਹੈ ਕਿ ਕੋਈ ਕਮਾਉਣ ਵਾਲਾ ਹੋਵੇ ਔਰ ਇਹ ਮੈਂ ਗੱਲ ਕਹੀ ਸੀ ਉੱਥੇ ਤਾਂ ਇਹ ਗੱਲ ਬਿਲਕੁਲ ਨਿਕਾ ਨਹੀਂ ਦਿੱਤੀ ਤੁਸੀਂ ਇੱਕ ਹੋਰ ਮੈਨੂੰ ਪੁੱਛਦੇ ਨੇ ਪਿੰਡਰ ਸੋਮਲ ਜੀ ਤੁਸੀਂ ਕਹਿੰਦੇ ਹੋ ਕਿ ਤਹਿਸੀਲ ਦੇ ਵਿੱਚ ਕਈ ਲੋਗ ਇੱਥੇ ਸਾਥੋਂ ਰਿਸ਼ਵਤ ਮੰਗਦੇ ਨੇ ਹਿੰਦੁਸਤਾਨ ਦੇ 74ਵਾਂ ਸਾਡਾ ਆਜ਼ਾਦੀ ਦਾ ਦਿਹਾੜਾ ਹੈ ਪਹਿਲਾਂ ਤਾਂ ਸਾਰਿਆਂ ਨੂੰ ਉਸ ਤੇ ਬਹੁਤ-ਬਹੁਤ ਵਧਾਈ ਹੋਵੇ ਉਸ ਸਾਡੀ ਆਜ਼ਾਦੀ ਪਾਉਣ ਵਾਸਤੇ ਪੰਜਾਬੀਆਂ ਦੀ ਅਣਗਿਣਤ ਕੁਰਬਾਨੀਆਂ ਰਹੀਆਂ ਨੇ ਮੇਰਾ ਖਿਆਲ ਅਗਰ ਤੁਸੀਂ ਜਿੱਥੇ ਮਰਜ਼ੀ ਜਾਓ ਮੈਂ ਵੀ ਕਹਾਂ ਸੀ ਪਿਛਲੀ ਵਾਰ ਐਂਡਮਨ ਆਈਲੈਂਡਸ ਨੂੰ ਜਿੱਥੇ ਕਾਲਾ ਪਾਣੀ ਦੀ ਸਦਾ ਹੁੰਦੀ ਸੀ ਔਰ ਉਥੇ ਉਹ ਬੋਰਡ ਦੇ ਉੱਪਰ ਸੈਂਕੜੇ ਹੀ ਉਥੇ ਨਾਂ ਸਾਡੇ ਪੰਜਾਬੀਆਂ ਦੇ ਸੀ ਜਿਹੜੇ ਇੱਕ ਵਾਰ ਭੇਜੇ ਜਾਂਦੇ ਸੀ ਔਰ ਫਿਰ ਮੁੜ ਕੇ ਨਹੀਂ ਆਉਂਦੇ ਸੀ ਕਦੇ ਉਹਨਾਂ ਨੇ ਆਪਣੇ ਆਜ਼ਾਦੀ ਵਾਸਤੇ ਕੁਰਬਾਨੀ ਦਿੱਤੀ ਫੌਜ ਨੇ ਲੜੀ ਜੋ 1947 ਦੇ ਵਿੱਚ ਉਥੇ ਲੜੇ ਫੌਜ ਨੇ ਐਨਾ ਕੁਝ ਆਪਣੇ ਪੰਜਾਬੀ ਦਾ ਨਾਮ ਰੋਸ਼ਨ ਕੀਤਾ ਦੁਨੀਆ ਭਰ ਚ ਸਭ ਸਾਡਾ ਸੀ ਚਾਹੇ ਇਟਲੀ ਦੇ ਵਿੱਚ ਸੀ ਚਾਹੇ ਨੌਰਥ ਅਫਰੀਕਾ ਵਿੱਚ ਸੀ ਚਾਹੇ ਗ੍ਰੀਸ ਵਿੱਚ ਪੰਜਾਬੀਆਂ ਨੇ ਜੰਗ ਉੱਥੇ ਲੜਿਆ ਔਰ ਸਾਡਾ ਪੂਰੇ ਪੰਜਾਬ ਦਾ ਨਾਮ ਅੱਜ ਸਾਰੀ ਦੁਨੀਆ ਲੈਂਦੀ ਹੈ ਹੁਣ ਮੈਂ ਕਿਤਾਬ ਚ ਅੱਜ ਦੇਖ ਰਿਹਾ ਸੀ ਕਿ ਇਟਲੀ ਨੇ ਵੀ ਉੱਥੇ ਆਪਣੇ ਪੰਜਾਬੀਆਂ ਦਾ ਕੋਈ ਬੁਰਕਲਾ ਹੈ ਜਿੱਥੇ ਜਿਹੜੇ ਕੁਰਬਾਨੀ ਉਹਨਾਂ ਨੇ ਪਹਿਲੀ ਲੜਾਈ ਔਰ ਦੂਜੀ ਮਹਾਂ ਯੁੱਧ ਦੇ ਵਿੱਚ ਕੀਤਾ ਸੀ ਉਹਦੇ ਵਾਸਤੇ ਇਨੀ ਦੇਰ ਤੋਂ ਬਾਅਦ ਯਾਦ ਰੱਖਦੇ ਨੇ ਸਾਨੂੰ ਸੋ ਇਹ ਅੱਜ ਅਪਾ ਉਸ ਦਿਨ ਨੂੰ ਮਨਾ ਰਹੇ ਆ ਆਜ਼ਾਦੀ ਤੋਂ ਬਾਅਦ ਪੰਜਾਬੀ ਨੇ ਕੋਈ ਕਸਰ ਨਹੀਂ ਛੱਡੀ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ 1947 ਦੀ ਲੜਾਈ ਕਸ਼ਮੀਰ 'ਚ ਹੋਈ ਚਾਹੇ ਬਾਟ ਦੀ ਚਾਈਨਾ ਦੇ ਨਾਲ ਚਾਹੇ ਫਿਰ ਆਪਣੀ ਹੋਈ 65 ਦੀ ਲੜਾਈ ਇੱਥੇ ਪੰਜਾਬ ਦੇ ਵਿੱਚ ਫਿਰ 71 ਦੀ ਲੜਾਈ ਵੀ ਪੰਜਾਬ ਵਿੱਚ ਵੀ ਔਰ ਬੰਗਲਾਦੇਸ਼ ਵਿੱਚ ਵੀ ਫਿਰ 99 ਦੇ ਵਿੱਚ ਆਪਣਾ ਕਾਰਗਿਲ ਦੀ ਸਾਰੇ ਸਾਡੇ ਬੰਦਿਆਂ ਨੇ ਉੱਥੇ ਪ੍ਰਾਪਤੀਆਂ ਕੀਤੀ ਆ ਹੁਣ ਦੇਖ ਲਓ ਚੀਨ ਦੇ ਵਿੱਚ ਸਾਡੇ ਮੁੰਡੇ ਜਿਹੜੇ ਸ਼ਹੀਦ ਹੋਏ ਨੇ ਉਹ ਤਿੰਨ ਪੰਜਾਬ ਦੀ ਆਪਣੀ ਰੈਜiment ਸੀ ਗੁਰਤੇਜ ਸਿੰਘ ਨੌਜਵਾਨ ਉਹਨਾਂ ਦੇ ਘਾਤਕ ਪਟੂਨ ਦਾ ਇੱਕ ਮੈਂਬਰ ਸੀਗਾ 25 ਸਾਲ ਦੀ ਉਹਦੀ ਉਮਰ ਸੀ ਔਰ ਚੀਨੀਆਂ ਨੇ ਜਦ ਹਮਲਾ ਕੀਤਾ ਬੰਦੇ ਡੰਡੇ ਲੈ ਕੇ ਜਿਨ੍ਹਾਂ ਦੇ ਵਿੱਚ ਕਿਲੇ ਠੋਕੇ ਹੋਏ ਸੀ ਸਾਡੇ ਮੁੰਡਿਆਂ ਕੋਲ ਕੁਝ ਵੀ ਨਹੀਂ ਸੀ ਉਹਨਰੇ ਜਾ ਕੇ 12 ਚੀਨੀ ਆਪਣੇ ਹੱਥਾਂ ਨਾਲ ਮਾਰੇ ਔਰ ਫਿਰ ਕਿਸੇ ਚੀਨੀ ਨੇ ਆ ਕੇ ਉਹ ਪਿੱਛੇ ਛੋਰਾ ਕੋਪਿਆ ਜੋ ਚੀਨੀ ਇਸ ਕਿਸਮ ਦੀ ਬੁਜ਼ੜੀ ਕਰ ਦਿੰਦੇ ਨੇ ਔਰ ਉਹ ਵਿਚਾਰਾ ਮਰਿਆ ਲੇਕਿਨ ਉਹ ਸਾਡਾ ਸੀਗਾ ਆਪਣਾ ਮੁੰਡਾ ਸੀ ਮਾਨਸਾ ਦਾ ਪਿੰਡ ਤੇ ਮਾਨਸਾ ਦੇ ਕੋਲ ਪਿੰਡ ਹੈ ਉਹਦਾ ਇਸ ਕਿਸਮ ਦੇ ਲੋਕਾਂ ਨੇ ਸਾਡੀਆਂ ਆਪਣੇ ਦੇਸ਼ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਅੱਜ ਦੇ ਦਿਹਾੜੇ ਦੇਖੋ ਪੰਜਾਬ ਦੇ ਦੁਨੀਆ ਦੇ ਵਿੱਚ ਕੀ ਹੋ ਰਿਹਾ ਦੇਸ਼ ਦੇ ਵਿੱਚ ਕੋਈ ਸੂਬਾ ਨਹੀਂ ਜਿੱਥੇ ਸਾਡੇ ਪੰਜਾਬੀ ਅੱਗੇ ਨਹੀਂ ਵਲੇ ਹੋਏ ਚਾਹੇ ਇੰਡਸਟਰੀ ਦੇ ਵਿੱਚ ਹੋਵੇ ਚਾਹੇ ਖੇਤੀਬਾੜੀ ਕਰਦੇ ਹੋਣ ਚਾਹੇ ਆਪਣਾ ਕਿਸੇ ਗਵਰਨਮੈਂਟ ਦੇ ਵਿੱਚ ਕੰਮ ਲੈਂਦੇ ਹੋਣ ਜਾਂ ਪ੍ਰਾਈਵੇਟ ਕੰਪਨੀ ਵਾਲੇ ਵਿੱਚ ਲੈਂਦੇ ਹੋਣ ਸਾਰੇ ਕਿਤੇ ਪੰਜਾਬੀ ছਾਏ ਹੋਏ ਨੇ ਸਾਡੇ ਔਰ ਬੜਾ ਉਹਨਾਂ ਨੇ ਨਾਮ ਪਾਇਆ ਜਿਹੜੇ ਸਾਡਾ ਗੁਰੂ ਦਾ ਲੰਗਰ ਹੈ ਜਦੋਂ ਵੀ ਕੋਈ ਕਮ ਕੋਈ ਕਠੜਾ ਆਉਂਦੀ ਹੈ ਉਹਦੇ ਵਿੱਚ ਇਕਦਮ ਸਾਰੇ ਲੱਗ ਕੇ ਆਪਣੇ ਗੁਰੂ ਦਾ ਲੰਗਰ ਲਾ ਕੇ ਲੋਕਾਂ ਨੂੰ ਉੱਥੇ ਪ੍ਰਸ਼ਾਦੇ ਚਕਾਉਂਦੇ ਨੇ ਤੋ ਇਹ ਗੱਲਾਂ ਆਪਣੀ ਯਾਦ ਹੈ ਔਰ ਇੱਕ ਪਾਸੇ ਇੱਕ ਬੈਠਾ ਹੈ ਇਹ ਪੰਨੂ ਬੈਠਾ ਹੈ ਉੱਥੇ ਅਮਰੀਕਾ 'ਚ 6 ਫਾਰ ਜਸਟਿਸ ਕਹਿੰਦੇ ਆ ਉਹ ਹੁਕਮ ਦਿੰਦਾ ਪੰਜਾਬੀਆਂ ਨੂੰ ਕਿ ਕੱਲ ਨੂੰ ਤੁਸੀਂ ਆਪਣੇ ਖਾਲਸਾ ਦੇ ਝੰਡੇ ਚੜਾਓ ਕਿਸ ਵਾਸਤੇ ਚੜਾਈਏ ਤੂੰ ਆ ਕੇ ਚੜਾਉਰੇ ਜਾ ਸਾਡੇ ਪੰਜਾਬੀ ਸਹੀ ਵਸੇ ਹੋਏ ਨੇ ਜਿਹੜੇ ਆਪਣਾ ਪੂਰੇ ਦੇਸ਼ ਦੇ ਇੱਕ ਦੇਲਾ ਸਾਡੀ ਪੰਜਾਬੀ ਨੇ ਇੱਕ ਦੇਸ਼ ਦੇ ਇੱਕ ਬਹੁਤ ਮੰਨੇ ਹੋਏ ਲੋਕ ਨੇ ਜਿਨ੍ਹਾਂ ਨੇ ਇੰਨੀ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ ਉਹ ਕਿਉਂ ਬਣਾਉਣ ਆਪਣੇ ਖਾਦistan ਦਾ ਝੰਡਾ ਤੂੰ ਚੜਾ ਲਿਆ ਅਮਰੀਕਾ 'ਚ ਤੂੰ ਚੜਾ ਲਿਆ ਜਿੱਥੇ ਤੂੰ ਆਪਣਾ ਬਣਾਉਣਾ ਹੈ ਇੱਥੇ ਨਾ ਮੈਂ ਤੈਨੂੰ ਕਈ ਵਾਰ ਕਿਹਾ ਇਸ ਨੂੰ ਕਿ ਤੂੰ ਵੜ ਕੇ ਦੇਖ ਪੰਜਾਬ 'ਚ ਮੈਂ ਦੇਖਣਾ ਤੈਨੂੰ ਕਿ ਤੂੰ ਉਹ ਰਕੀ ਕਰਦਾ ਹੈ ਇਹਦੇ ਆਖੇ ਨਹੀਂ ਲੱਗਣਾ ਨੌਜਵਾਨੋ ਮੈਂ ਉਹ ਜਵਾਨਾਂ ਨੂੰ ਖਾਸ ਕਰਕੇ ਕਹਿ ਰਿਹਾ ਕਈ ਗੱਲ ਭਾਵਕ ਹੋ ਜਾਂਦੇ ਨੇ ਹੋਰ ਇਹਦੀ ਗੱਲ ਕਰਦੇ ਨੇ ਇਹ ਨਹੀਂ ਇੱਕ ਨਹੀਂ ਦੇਖੋ ਆਪਣਾ ਇਤਿਹਾਸ ਔਰ ਦੇਖੋ ਕਿਸ ਤਰੀਕੇ ਨਾਲ ਸਿੱਖਾਂ ਨੇ ਇੱਥੇ ਕੁਰਬਾਨੀਆਂ ਦਿੱਤੀਆਂ ਨੇ ਪੂਰੇ ਪੰਜਾਬੀਆਂ ਨੇ ਦਿੱਤੀਆਂ ਨੇ ਆਜ਼ਾਦੀ ਦੀ ਲੜਾਈ ਹੋਏ ਜਾਂ ਜੰਗ ਦੀ ਲੜਾਈ ਹੋਏ ਕਿਤੇ ਵੀ ਆਪਾਂ ਦਿੱਤੀਆਂ ਨੇ ਦੇਸ਼ ਦੀ ਆਪਾਂ ਰੱਖਿਆ ਕੀਤੀ ਹੈ ਔਰ ਨਹੀਂ ਹੋਣਾ ਚਾਹੀਦਾ ਔਰ ਇਹ ਜਿਹੜੇ ਮਾੜੇ ਲੋਗ ਨੇ ਸਿਰਫ ਪੈਸੇ ਬਣਾਉਣ ਵਾਸਤੇ ਕਰਦੇ ਨੇ ਹੋ ਰਹੇ ਨੇ ਕੀ ਲੈਣਾ ਉਹ ਸ਼ਕਲ ਦੇਖੀਏ ਤੁਸੀਂ ਕਰੇ ਇਹ ਪੰਜਾਬੀ ਸ਼ਕਲ ਵੀ ਨਹੀਂ ਮੈਨੂੰ ਲੱਗਦੀ ਪਤਾ ਨਹੀਂ ਕਿਸ ਕਿਸਮ ਦਾ ਇਹ ਬੰਦਾ ਹੈ ਔਰ ਇਹ ਇੱਥੇ ਆ ਕੇ ਸਾਨੂੰ ਸਾਨੂੰ ਇਹ ਜੇ ਹੁਕਮ ਦਿੰਦਾ ਕਿ ਇੱਥੇ ਝੰਡੀ ਚੜਾ ਦਿਓ ਇੱਥੇ ਫਲਾਣਾ ਕਰੋ ਇੱਥੇ ਤੁਨ ਟਿੰਕਾ ਕਰੋ ਇਹਦੇ ਬਿਲਕੁਲ ਤੁਸੀਂ ਇਸ ਕੰਮ 'ਚ ਨਹੀਂ ਆਉਣਾ ਅੱਜ ਹੁਣ ਜਿਹੜੀ ਗੱਲ ਮੈਂ ਬਾਰ-ਬਾਰ ਕਰਦਾ ਹਾਂ ਤੁਹਾਡੇ ਨਾਲ ਉਹ ਇਸ ਕਰੋਨਾ ਬਿਮਾਰੀ ਕੋਵਿਡ-19 ਜਿਹਨੂੰ ਕਹਿੰਦੇ ਨੇ ਇਹਦੇ ਸੰਬੰਧ ਵਿੱਚ ਦੇਖੋ ਮੇਰੇ ਵੀਰਔਰ ਭੈਣੋ ਮੈਂ ਤੁਹਾਨੂੰ ਕਈ ਵਾਰ ਕਿਹਾ ਇਹ ਬਿਮਾਰੀ ਆਪਾਂ ਕੰਟਰੋਲ ਕਰ ਸਕਦੇ ਹਾਂ ਇਹ ਕਿਸੇ ਨੂੰ ਪਤਾ ਨਹੀਂ ਕਿ ਕੀ ਬਿਮਾਰੀ ਹੈ ਕਿੱਥੋਂ ਆਉਂਦੀ ਹੈ ਕਿਵੇਂ ਆਉਂਦੀ ਹੈ ਕਿੱਥੇ ਜਾਊਗੀ ਕਿੱਥੇ ਨਹੀਂ ਜਾਊਗੀ ਕਿੱਥੇ ਦੁਬਾਰਾ ਹੋਊਗੀ ਕਿੱਥੇ ਸਪਾਈਕਸ ਕਹਿੰਦੇ ਨੇ ਕਿ ਇੱਕ ਦਿਨ ਕਦੇ ਚੜ ਜਾਊਗੀ ਫਿਰ ਕੁਝ ਦਿਨਾਂ ਬਾਅਦ ਸੱਥਲੇ ਆਜੂ ਫਿਰ ਦੂਜਾ ਸਪਾਈਕ ਆਜੂਗਾ ਉੱਪਰ ਜੋ ਦੁਨੀਆ ਛੋੜ ਰਿਹਾ ਹੈ ਔਰ ਜੋ ਸਾਡੇ ਮਾਰ ਦਸਤ ਨੇ ਆਹਿਤ ਹਸਤੇ ਨੇ ਲੇਕਿਨ ਇਹਦੇ ਚਾਹੇ ਅਪਾ ਹਿੱਸਾ ਪਾ ਸਕਦੇ ਆ ਇਹਦੇ ਨਾਲ ਇਹ ਸਪਾਈਕ ਬਕਸ ਬਣ ਸਕਦੇ ਨੇ ਔਰ ਸਾਡੇ ਜਿਹੜੇ ਮਰੀਜ਼ ਨੇ ਜੋ ਹਸਪੀਟਲਾਂ ਜਾਂਦੇ ਨੇ ਜਾਂ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਨੂੰ ਯਾਦ ਹੈ ਜਦੋਂ ਸ਼ੁਰੂਆਤ ਕੀਤੀ ਸੀ ਟੋਟਲ ਨੂੰ ਦੇ ਸੈਂਡੇ ਬੰਦੇ ਜਾਂਦੇ ਤੇ 200 ਤੇ ਪਹੁੰਚ ਕੇ ਫਿਰ 300 ਤੇ ਪਹੁੰਚ ਕੇ 1000 ਬੰਦਾ ਦੇ ਲਈ بیمار ਹੋ ਰਹੇ ਆਰ ਦੇਰਾ بیمار ਹੋਣ ਤੋਂ ਇਲਾਵਾ ਆ ਦੇਖੋ ਮੇਰੇ ਇਹ ਮੇਰੇ ਕੋਲ ਅੰਕੜੇ ਕੋਲ ਤੁਹਾਡੇ ਕੋਲ ਹੋਏ ਅੱਜ ਦੇ ਦਿਹਾੜੇ 1035 ਬੰਦੇ ਨਵੇਂ ਕੇਸ ਆਏ ਨੇ ਔਰ 36 ਬੰਦਿਆਂ ਦੀ ਮੌਤ ਹੋਈ ਹੈ ਟੋਟਲ ਮੌਤਾ ਸਾਡੀਆਂ 706 ਔਰ 27936 ਸਾਡੇ ਕੇਸ ਬਣੇ ਨੇ ਜਿਨ੍ਹਾਂ ਨੂੰ ਬਿਮਾਰੀਆਂ ਲੱਗ ਚੁੱਕੀ ਉਹਦੇ ਵਿੱਚੋਂ ਸਾਰੇ 839 ਤਾਂ ਵਾਪਸ ਚਲੇ ਗਏ ਕਰਾਚ ਇਹ ਠੀਕ ਹੋ ਕੇ ਲੇਕਿਨ ਫੇਰ ਵੀ ਕਈ ਕਈ ਨੇ ਜੋ ਹੋਮ ਕੁਆਰੰਟਾਈਨ ਦੇ ਵਿੱਚ ਨੇ ਜਾਂ ਕੁਝ ਹਸਪੀਟਲ ਦੇ ਵਿੱਚ ਨੇ 142 ਤਾਂ ਸਾਡੇ ਹਾਈ ਡਿਪੈਂਡੈਂਸੀ ਆਕਸੀਜਨ ਤੇ ਨੇ ਇਸ ਵੇਲੇ ਅੱਜ ਦੇ ਦਿਨ ਔਰ 25 ਦਿਨ 25 ਲੋਗ ਨੇ ਵੈਂਟੀਲੇਟਰ ਸਪੋਰਟ ਤੇ ਉਹਨਾਂ ਅਗਰ ਆ ਜਿਹੜਾ ਹੈ ਨਾ ਕੰਮ ਇਹ ਤਾਂ ਰੁਕ ਸਕਦਾ ਹੈ ਅਗਰ ਤੁਸੀਂ ਸਹੀ ਸਮੇਂ ਤੇ ਆਪਣਾ ਇਲਾਜ ਕਰਾਓ ਮੈਂ ਇਹਦਾ ਦੱਸਦਾ ਕਿ ਉਹ ਤੁਹਾਨੂੰ ਡਾਕਟਰ ਕਹਨੇ ਨੇ ਕਿ 14 16 ਦਿਨ ਦੇ 18 ਦਿਨ ਦੇ ਵਿੱਚ ਇਹ ਬਿਮਾਰੀ ਇਹ ਅਖੀਰ ਤੱਕ ਜਾਂਦੀ ਹੈ ਇੱਕ ਸ਼ੁਰੂ ਹੋਣ ਤੋਂ ਲੈ ਕੇ ਅਖੀਰ ਤੱਕ ਉਹਦੇ ਵਿੱਚ ਤੁਸੀਂ ਅਗਰ ਸ਼ੁਰੂ ਪਹਿਲੇ 72 ਘੰਟਿਆਂ ਦੇ ਵਿੱਚ ਤੁਸੀਂ ਦੇਖ ਲਓ ਕਿ ਮੈਨੂੰ ਜ਼ੁਕਾਮ ਹੋਇਆ ਜਾਂ ਮੇਰਾ ਬਦਨ ਦਾ ਦਰਦ ਹੈ ਜਾਂ ਮੇਰਾ ਗळा ਖਰਾਬ ਹੈ ਉਦੋਂ ਹੀ ਤੁਸੀਂ ਸਮਝੋ ਕਿ ਮੈਨੂੰ ਬਿਮਾਰੀ ਹੋ ਗਈ ਔਰ ਡਾਕਟਰ ਕੋਲ ਸਿੱਧੇ ਜਾਓ ਤੁਸੀਂ ਲੇਕਿਨ ਸਾਡੇ ਆਪਣੇ ਪੰਜਾਬੀਆਂ ਦੀ ਆਦਤ ਹੈ ਨਾ ਇਹ ਕੋਈ ਗੱਲ ਨਹੀਂ ਜੀ ਇਹ ਰੁਕਰ ਠੀਕ ਹੋ ਜਾਣਗੇ ਮੌਸਮ ਦੀ ਗੱਲ ਹੈ ਇਹ ਮੌਸਮ-ਮੌਸਮ ਨਹੀਂ ਇਹ ਬਿਮਾਰੀ ਚੱਲ ਰਹੀ ਹੋਰ ਹੈ ਅਗਰ ਡਾਕਟਰ ਤੁਹਾਨੂੰ ਕਹਿੰਦਾ ਮੌਸਮ ਦੀ ਗੱਲ ਹੈ ਫਿਰ ਸ਼ੌਕ ਨਾਲ ਘਰ ਵਾਪਸ ਜਾਓ ਅਗਰ ਡਾਕਟਰ ਕਹੇ ਤੁਹਾਨੂੰ ਕੋਵਿਡ ਹੋਇਆ ਹੈ ਕਰੋਨਾ ਹੋਇਆ ਹੈ ਤਾਂ ਇਲਾਜ ਕਰਾਓ ਕਿਉਂਕਿ ਪਹਿਲੇ 72 ਘੰਟਿਆਂ ਚ ਅਗਰ ਤੁਸੀਂ ਇਹ ਇਲਾਜ ਕਰਾ ਸ਼ੁਰੂ ਕਰਾ ਲਓ ਆਪਣਾ ਕੋਈ ਵੀ ਨਹੀਂ ਮਹਤਾ ਹੁੰਦੀ ਇਹ ਜਦੋਂ ਸੈਕੰਡ ਜਾਂ 3rd ਸਟੇਜ ਦੇ ਵਿੱਚ ਜਾ ਕੇ ਅਖੀਰ ਚ ਲੋਕ ਹਸਪੀਟਲ ਜਾਂਦੇ ਨੇ ਉਹ ਬਹੁਤ ਲੇਟ ਹੋ ਜਾਂਦਾ ਹੈ ਫਿਰ ਆਕਸੀਜਨ ਤੇ ਜਾਣਾ ਪੈਂਦਾ ਹੈ ਕਦੇ ਕਦੇ ਫੇਫੜਿਆਂ ਤੇ ਨੁਕਸਾਨ ਹੋ ਜਾਂਦਾ ਹੈ ਇਹ ਚੀਜ਼ਾਂ ਹੋ ਜਾਂਦੀਆਂ ਤਾਂ ਹੀ ਇਹ ਗੱਲ ਬਾਤ ਰਹੀ ਹੈ। ਔਰ ਮੈਂ ਤੁਹਾਨੂੰ ਦੱਸ ਰਿਹਾ ਹਾਂ ਬਾਰ-ਬਾਰ ਕਿ ਅਗਰ ਇਹਦਾ ਆਪਾਂ ਰੋਕਣਾ ਹੈ ਤਰੀਕਾ ਇੱਕੋ ਹੀ ਹੈ। ਮਾਸਕ ਪਾਓ। ਜਿੱਥੇ ਕੰਮ ਕਰਦੇ ਹੋ ਉੱਥੇ ਮਾਸਕ ਪਾਓ, ਜਦੋਂ ਬਾਹਰ ਬਾਜ਼ਾਰ ਜਾਣੇ ਹੋ ਮਾਸਕ ਪਾਓ, ਜਿੱਥੇ ਸੜਕਾਂ ਤੇ ਜਾਣੇ ਹੋ ਮਾਸਕ ਪਾਓ। ਮਾਸਕ ਪਾਓਗੇ ਤਾਂ 75 ਤੋਂ 80% ਤਾਈਂ ਬਿਮਾਰੀਆਂ ਤੁਸੀਂ ਰੋਕ ਸਕਦੇ ਇਸ ਬਿਮਾਰੀ ਨੂੰ ਰੋਕ ਸਕਦੇ ਹੋ। ਫਿਰ ਦੂਜੀ ਗੱਲ ਹੱਤ ਤੋਂ ਨਾ ਇਹ ਸ਼ੁਰੂ ਤੋਂ ਇਹ ਹੀ ਮੈਂ ਦੱਸ ਰਿਹਾ ਸਾਰਿਆਂ ਨੂੰ ਹੱਤ ਤੋਂ ਸੋਸ਼ਲ ਡਿਸਟੈਂਸਿੰਗ ਰੱਖੋ ਇਹ ਚੀਜ਼ਾਂ ਨੇ ਜਿਹੜੀਆਂ ਮਹਾਰ ਕਹਿੰਦੇ ਨੇ ਦੁਨੀਆ ਪਰ ਤੇ ਔਰ ਲੋਕ ਇਸ ਤੋਂ ਬਚਦੇ ਨੇ ਹੁਣ ਇਸ ਵੇਲੇ ਪੰਜਾਬ ਦੀ ਸਪਾਈਕ ਸ਼ੁਰੂ ਹੈ ਇਹ ਬਿਮਾਰੀਆਂ ਹੁੰਦੀ ਹੈ ਜਾ ਕੇ ਉੱਪਰ ਨੂੰ ਜਾਂਦੀ ਹੈ ਫਿਰ ਥੱਲੇ ਆ ਜਾਂਦੀ ਹੈ ਫਿਰ ਕੁਝ ਦਿਨਾਂ ਬਾਅਦ ਕਹਿੰਦੇ ਸੈਕੰਡ ਸਪਾਈਕ ਹੋ ਜਾਂਦੀ ਹੈ ਕਿਤੇ ਕਿਤੇ ਹੋ ਰਹੀ ਹੈ ਫਿਰ ਅੱਗੇ ਜਾ ਕੇ 3ਰਡ ਹੋਏ ਜਾਂ 4ਥ ਹੋਏ ਇਹ ਨਹੀਂ ਕੁਝ ਕਹਿ ਸਕਦੇ ਇਹ ਤਾਂ ਸਮਝ ਦਸੂਗਾ ਸਾਨੂੰ ਲੇਕਿਨ ਜੋ ਦੁਨੀਆ ਅਮਰੀਕਾ ਚ ਹੋਰ ਜਗ੍ਹਾ ਤੇ ਤੋਂ ਪਤਾ ਲੱਗ ਰਿਹਾ ਹੈ ਇਸ ਤਰੀਕੇ ਨਾਲ ਇਹ ਬਿਮਾਰੀ ਜਾਂਦੀ ਹੈ ਲੇਕਿਨ ਇਹ ਵੀ ਪੋਜ਼ਿਟਿਵ ਗੱਲ ਇਹ ਹੈ ਕਿ ਜਦੋਂ ਇਹ ਵਾਇਰਸ ਹੈ ਥੋੜੀ ਦੇਰ ਬਾਅਦ ਇਹ ਕਮਜ਼ੋਰ ਹੋਣ ਲੱਗ ਜਾਂਦਾ ਹੈ ਔਰ ਫਿਰ ਆਪਾਂ ਆਪਣੀ ਜਿਹੜੀ ਦੇਖਭਾਲ ਹੈ ਉਹਦੇ ਚ ਆਪਾਂ ਕੋਈ ਤਬਦੀਲੀ ਨਹੀਂ ਲੈ ਸਕਦੇ ਲੇਕਿਨ ਇਸ ਵੇਲੇ ਨਹੀਂ ਇਸ ਵੇਲੇ ਆਪਾਂ ਨੇ ਪੂਰੀ ਨਿਗਰਾਨੀ ਰੱਖਣੀ ਹੈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਹੁਣ ਮੈਨੂੰ ਕੁਝ ਕਦਮ ਉਠਾਣੇ ਪੈ ਰਹੇ ਨੇ ਜਿਹੜੇ ਤੁਹਾਨੂੰ ਸ਼ੱਕ ਨਾ ਪਰ ਪਸੰਦ ਹੋਣ ਲੇਕਿਨ ਸਾਡੀ ਡਿਊਟੀ ਬੰਦੀ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਕਰੋ ਔਰ ਆਪਣੇ ਪੰਜਾਬ ਨੂੰ ਔਰ ਆਪਣੇ ਪਰਿਵਾਰਾਂ ਨੂੰ ਆਪਣੇ ਗਵਾਂਡੀਆਂ ਨੂੰ ਆਪਣੇ ਪੰਜਾਬੀਆਂ ਨੂੰ ਸਾਰਿਆਂ ਨੂੰ ਰੋਪਾ ਬਚਾਈਏ ਪਹਿਲੀ ਗੱਲ ਹੈ ਕਿ ਜੋ ਅਸੀਂ ਦੱਸਦੇ ਆ ਉਹਨੂੰ ਤੁਸੀਂ ਸਿਰੇ ਚੜਾਓ ਉਹਦੇ ਵਾਸਤੇ ਮਾਸਕ ਪਾਉਣਾ ਜ਼ਰੂਰੀ ਹੈ ਜੋ ਮੈਂ ਹੁਣੀ ਤੁਹਾਨੂੰ ਦੱਸ ਕੇ ਤੈਂ ਅੰਦਰ ਵੀ ਬਾਹਰ ਵੀ ਜਿੱਥੇ ਬਾਤੀ ਜਿੱਥੇ ਵੀ ਇਨਫੈਕਸ਼ਨ ਆਉਣ ਦਾ ਡਰ ਹੈ ਜਾਂ ਅਗਰ ਤੁਹਾਨੂੰ ਬਿਮਾਰੀ ਹੈ ਕਿਸੇ ਨੂੰ ਹੋ ਚੁੱਕੀ ਹੈ ਉਹ ਅੱਗੇ ਕਿਸੇ ਨੂੰ ਦੇ ਵੀ ਸਕਦਾ ਹੈ ਬੰਦਾ ਉਹ ਇਸ ਕਰਕੇ ਚਾਹੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਹੈ ਜਾਂ ਨਹੀਂ ਹੈ ਇਹ ਤੁਸੀਂ ਮਾਸਕ ਜ਼ਰੂਰ ਪਾਉਣਾ ਮੈਂ ਇੱਕ ਮਾਈ ਹੈਲਥ ਡਿਪਾਰਟਮੈਂਟ ਨੂੰ ਕਿਹਾ ਕਿ ਜਿਹੜੇ ਵੀ ਲੋਕ ਮਾਈਕਰੋ ਕੰਟੇਨਮੈਂਟ ਜ਼ੋਨ ਦੇ ਵਿੱਚ ਅਸੀਂ ਪਾਇਨੇ ਮਾਈਕਰੋ ਕੰਟੇਨਮੈਂਟ ਜ਼ੋਨ ਕੀ ਹੈ ਅਗਰ ਥੋੜੇ ਘਰ ਦੇ ਵਿੱਚ ਕਰੋਨਾ ਹੈ ਤੋ 4-5 ਘਰ ਆਲੇ-ਦਾਲੇ ਦੇ ਇਹਨੂੰ ਮਾਈਕਰੋ ਕੰਟਰੋਲਮੈਂਟ ਜ਼ੋਨ ਬਣਾ ਲਾਂਗੇ ਔਰ ਜੇ ਜੇ ਬਹੁਤ ਜ਼ਿਆਦਾ ਹੈ ਫਿਰ ਕਨਟੇਨਮੈਂਟ ਜ਼ੋਨ ਬਣ ਜਾਂਦੀ ਹੈ ਲੇਕਿਨ ਮਾਈਕਰੋ ਕਨਟੇਨਮੈਂਟ ਜ਼ੋਨ ਦੇ ਵਿੱਚ ਮੈਂ ਕਹਿ ਕਿ ਅਗਲੇ 3 ਦਿਨਾਂ ਦੇ ਵਿੱਚ ਸਾਰਿਆਂ ਦੀ ਟੈਸਟਿੰਗ ਕਰਾਓ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਹੋਰ ਤੁਹਾਡੇ ਗੁਆਂਢੀਆਂ ਨੂੰ ਤਾਂ ਨਹੀਂ ਹੋਇਆ ਕਿਤੇ ਇਹ ਮੈਂ ਇੱਕ ਗੱਲ ਕਰ ਦिती ਹੈ ਔਰ ਮੈਂ ਤੁਹਾਨੂੰ 72 ਘੰਟਿਆਂ ਦਾ ਦੱਸ ਸਕਿਆ ਕਿ 72 ਘੰਟਿਆਂ ਦੇ ਵਿੱਚ ਆਪਣਾ ਜਦੋਂ ਵੀ ਤੁਹਾਨੂੰ ਲੱਗੇ ਕਿ ਮੇਰੀ ਤਬੀਬ ਕੁਝ ਠੀਕ ਨਹੀਂ ਔਰ ਤੁਸੀਂ ਜਾਓ ਉੱਥੇ ਔਰ ਡਾਕਟਰ ਨੂੰ ਮਿਲੋ ਔਰ ਇਹ ਕੋਈ ਟੈਸਟਿੰਗ ਕਰੋਨਾ ਕੋਈ ਅਹੇਜੀ ਗੱਲ ਨਹੀਂ ਹੈ ਕਿ ਕੋਈ ਸੱਟ ਲੱਗਦੀ ਹੈ ਜਾਂ ਕੋਈ ਇੰਜੈਕਸ਼ਨ ਬਾੜ ਦਿੰਦੇ ਵਿੱਚ ਉਰੇ ਆ ਕੋਈ ਕੋਈ ਹੋਰ ਚੀਜ਼ ਤੁਹਾਨੂੰ ਲੱਗਦੀ ਹੈ ਜਿਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕੀ ਕਹਿਣਗੇ ਮੇਰੇ ਗਵਾਂਢੀ ਕਹਿਣਗੇ ਕੀ ਫਰਕ ਪੈਂਦਾ ਮੈਂ ਅੱਜ ਸਵੇਰੇ ਕਰਾਇਆ ਆਪਣਾ ਮੈਂ ਅੱਜ ਤੋਂ ਕੋਈ 15 20 ਦਿਨ ਪਹਿਲਾਂ ਉਹਦੋਂ ਵੀ ਕਰਾਇਆ ਸੀ ਤਾਂ ਕੀ ਹੈ ਕਰਾ ਲਓ ਤਾਂ ਕੁਝ ਵੀ ਨਹੀਂ ਹੈ ਤਾਂ ਛੋਟਾ ਸਵਾਬ ਲੈਂਦੇ ਨੇ ਸਵਾਬ ਲੈ ਕੇ ਟੈਸਟ ਕਰ ਦਿੰਦੇ ਨੇ ਔਰ ਇਹ ਬਹੁਤ ਜ਼ਰੂਰੀ ਹੈ ਮੈਂ ਅੱਜ ਕਰਾਇਆ ਹੈ ਔਰ ਇਹ ਇਹਦੇ ਵਿੱਚ ਕੋਈ ਅਹੇਜੀ ਗੱਲ ਇਹ ਫੀਲਿੰਗ ਨਹੀਂ ਹੋਣੀ ਚਾਹੀਦੀ ਕਿ ਮੈਨੂੰ ਮੈਨੂੰ ਕੀ ਕਹਿਣਗੇ ਲੋਕ ਅਗਰ ਮੈਂ ਟੈਸਟ ਕਰਾਵਾਂ ਤੇ ਕੀ ਕਰਨਗੇ ਲੋਕ ਕੁਝ ਵੀ ਨਹੀਂ ਕਹਿਣਗੇ ਸਾਰੀ ਦੁਨੀਆ ਕਰਾ ਰਹੀ ਆ ਸਾਰੇ ਉਰੇ ਨਹੀਂ ਹਿੰਦੁਸਤਾਨ ਸਾਰੀ ਦੁਨੀਆ ਦੇ ਵਿੱਚ ਇਹ ਹੋ ਰਿਹਾ ਟੈਸਟਿੰਗ ਤਾਂ ਅਗਰ ਤੁਸੀਂ ਆਪਣਾ ਕਰਾ ਲਓ ਤਾਂ ਕੀ ਵੱਡੀ ਗੱਲ ਹੈ ਇਹ ਤਾਂ ਸਮਾ ਸਮਾਜ ਵਾਸਤੇ ਅੱਛਾ ਹੈ ਤੁਹਾਡੇ ਪਰਵਾਜ਼ ਵਾਸਤੇ ਠੀਕ ਹੈ ਤੁਹਾਡੇ ਗਵਾਂਡ ਵਾਸਤੇ ਠੀਕ ਹੈ ਤੇ ਤੁਸੀਂ ਕਰਾਓ ਮੈਂ ਕਰਾਉਣਾ ਮੈਂਨੇ ਸਾਰੇ ਜੋ ਇੱਥੇ ਘਰ ਚ ਨੇ ਸਾਰਿਆਂ ਦੇ ਮੈਂ ਟੈਸਟ ਕਰਵਾਏ ਨੇ ਅੱਜ ਕੀ ਕਹਿੰਦੇ ਹੋ ਦੂਸਰਾ ਮੈਂ ਅੱਜ ਇਹ ਵੀ ਬੇਨਤੀ ਕਰਦਾ ਹਾਂ ਸਾਡੇ ਧਾਰਮਿਕ ਜਿਹੜੇ ਸੰਸਥਾਵਾਂ ਨੇ ਉਹਨਾਂ ਦੇ ਮੁਖੀਆਂ ਨੂੰ ਕਿ ਤੁਸੀਂ ਵੀ ਆਪਣੇ ਤੌਰ ਤੇ ਆਪਣੇ ਟੈਸਟ ਵੀ ਕਰਾ ਲਓ ਔਰ ਤੁਸੀਂ ਸਾਰੇ ਆਪਣੀ ਸੰਗਤ ਨੂੰ ਵੀ ਕਹੋ ਕਿ ਟੈਸਟਿੰਗ ਕਰੋ ਇਹ ਆਪਣੇ ਪਿੰਡਾਂ ਨੂੰ ਬਚਾਉਣਾ ਆਪਣੇ ਸੰਗਤ ਜਾਂ ਬੰਦੀਆਂ ਉਹਨਾਂ ਨੂੰ ਇੱਕ ਦੂਜੇ ਨੂੰ ਬਚਾਉਣਾ ਇਹ ਜ਼ਰੂਰੀ ਹੈ ਅ ਅੱਜ ਮੈਨੂੰ ਕੁਝ ਕਦਮ ਜੈਸੇ ਮੈਂ ਤੁਹਾਨੂੰ ਕਿਹਾ ਮੈਨੂੰ ਚੱਕਣੇ ਪੈਣਗੇ ਇੱਕ ਸਾਡਾ ਸਰਜ ਕਿਉਂਕਿ ਆਉਣ ਵਾਲਾ ਹੈ ਕੁਝ ਹਫ਼ਤੇਾਂ ਦੇ ਵਿੱਚ ਸਾਨੂੰ ਇਹਦੇ ਵਾਸਤੇ ਹੁਣ ਤਿਆਰੀ ਕਰਨੀ ਪਊ ਆਹੀ ਤਿਆਰੀ ਜੋ ਮੈਂ ਤੁਹਾਨੂੰ ਅੱਜ ਦੱਸੀ ਹੈ ਵੱਡੇ ਜਿਹੜੇ ਸ਼ਹਿਰ ਨੇ ਸਾਡੇ ਉਹਨਾਂ ਦੇ ਵਿੱਚ ਅਸੀਂ ਇਹਨੂੰ ਸੈਕਟਰਸ ਤੇ ਅਸੀਂ ਬੰਨ ਰਹੇ ਹਾਂ ਔਰ ਇੱਕ ਨੋਡਲ ਅਫਸਰ ਲਗਾ ਰਹੇ ਹਾਂ ਇੱਕ ਇੱਕ ਸੈਕਟਰ ਦੇ ਵਿੱਚ ਜਿਹੜੀ ਆਪਣੀ ਹੈਲਥ ਟੀਮ ਦੇ ਨਾਲ ਉਹਨਾਂ ਦੀ ਅਸਿਸਟੈਂਟ ਕਰਕੇ ਉਹਨਾਂ ਦੀ ਇਹ ਚੈਕਿੰਗ ਵਗੈਰਾ ਕਰੂਗੀ ਤੁਸੀਂ ਉਹ ਨੋਡਲ ਅਫਸਰ ਨੂੰ ਸੰਪਰਕ ਕਰਨਾ ਜਿੱਥੇ ਤੁਸੀਂ ਕੋਈ ਟੈਸਟਿੰਗ ਵਗੈਰਾ ਕਰਾਉਣੀ ਹੋਵੇ ਰਾਤ ਦੀ ਕਰਫਿਊ ਇਹ ਜਿਆਦਾ ਹੁੰਦਾ ਹੈ ਕਮ ਦਫਤਰ ਉਹ ਕਹਿ ਰਹੇ ਵਿੱਚ ਤਾਂ ਹੁੰਦਾ ਹੀ ਹੈ ਲੇਕਿਨ ਉਹਦੇ ਵਾਸਤੇ ਤਾਂ ਤੁਸੀਂ ਮਾਸਕ ਪਾ ਕੇ ਦੇਖ ਰਹੇ ਹੋ ਲੇਕਿਨ ਸੋਸ਼ਲ ਡਿਸਟੈਂਸਿੰਗ ਔਰ ਸੋਸ਼ੀਅਲਾਈਜ਼ਿੰਗ ਜਿਹੜੀ ਹੁੰਦੀ ਹੈ ਘਰਾਂ ਨੂੰ ਸ਼ਾਮ ਨੂੰ ਇੱਕ ਦੂਜੇ ਦੇ ਵਿੱਚ ਘਰਾਂ ਦੇ ਵਿੱਚ ਜਾਣਾ ਗਵਾਂਡ ਦੇ ਵਿੱਚ ਦੋਸਤਾਂ ਨੂੰ ਮਿਲਣਾ ਇਹ ਸਾਰਿਆਂ ਦੀ ਆਪਣੀ ਸਾਰਿਆਂ ਦੀ ਆਦਤ ਹੈ ਲੇਕਿਨ ਔਰ ਮੈਂ ਇਹ ਵੀ ਚਾਹੁੰਦਾ ਕਿ ਤੁਹਾਡੇ ਤੁਸੀਂ ਇਹ ਕਰਦੇ ਰਹੋ ਕਿਉਂਕਿ ਇਹ ਤਾਂ ਇਹ ਸਦਾ ਵਾਸਤੇ ਕੋਈ ਕਰਚ ਬਹਿ ਕੇ ਪੈ ਸਕਦਾ ਬੰਦੇ ਨੂੰ ਲੇਕਿਨ ਇਹ ਔਖੀ ਘੜੀ ਦੇ ਵਿੱਚ ਕਾਨੂੰ ਇਹ ਸੋਚਣਾ ਪਊ ਕਿ ਇਹ ਦੇ ਨਾਲ ਆਪਣੀ ਬਿਮਾਰੀ ਵੱਧ ਸਕਦੀ ਹੈ ਇਸ ਕਰਕੇ ਜਿਹੜੇ ਵੱਡੇ ਸ਼ਹਿਰ ਨੇ ਸਾਡੇ ਉਹਨਾਂ ਦੇ ਵਿੱਚ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਸਵੇਰ ਤੱਕ ਮੈਂ ਕਰਫਿਊ ਲਗਾ ਰਹੇ ਹਾਂ ਇੱਥੇ ਨਾਈਟ ਕਰਫਿਊ ਹੋਏਗੀ ਔਰ ਕੋਈ ਸਿਰਫ ਇੰਡਸਟਰੀ ਨੂੰ ਛੱਡ ਕੇ ਬਾਕੀ ਕੋਈ ਇੱਥੇ ਇੱਕ ਦੂਜੇ ਨੂੰ ਬਾਹਰ ਅਸੀਂ ਤੁਸੀਂ ਜਾ ਨਹੀਂ ਸਕੋਗੇ 9 ਵਜੇ ਤੋਂ 5 ਵਜੇ ਤੱਕ ਆਕੇ ਸੋਸ਼ੀਅਲਾਈਜ਼ਿੰਗ ਨੂੰ ਅਸੀਂ ਥੋੜੀ ਘਟਾਈ ਹੈ। ਦੂਸਰੀ ਜਦੋਂ ਤਾਈ ਤੁਹਾਨੂੰ ਬੜੀ ਲੋੜ ਨਾ ਪਵੇ ਕਿ ਮੈਂ ਜਾਣਾ ਕਿਤੇ ਡਾਕਟਰ ਕੋਲ ਜਾਣਾ ਹੈ ਕੋਈ ਦਫ਼ਤਰ ਦੇ ਵਿੱਚ ਮੇਰਾ ਕੰਮ ਹੈ ਘਰ ਚ ਰਹੋ। ਘਰ ਤੋਂ ਬਾਹਰ ਨਾ ਜਾਓ ਨਿਕਲੋ ਤੁਸੀਂ। ਏਸੈਂਸ਼ੀਅਲ ਸਰਵਿਸਿਜ਼ ਕੋਈ ਕਿਸੇ ਜਿਵੇਂ ਮੈਂ ਕਿਹਾ ਉੱਥੇ ਜਾਣਾ ਹੋਵੇ ਤੁਸੀਂ ਸ਼ੌਕ ਨਾਲ ਜਾਓ। ਲੇਕਿਨ ਇਹ ਜਰੂਰ ਕਰੋ। ਇਹ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਇਹ ਇਹ ਇਸ ਵੇਲੇ ਰੱਖ ਰਿਹਾ ਅਸੀਂ ਲੁਧਿਆਣੇ, ਪਟਿਆਲੇ ਤੇ ਜਲੰਧਰ ਦੇ ਵਿੱਚ ਇਥੇ ਜਿਆਦਾ ਕੇਸਸ ਹੋਏ ਨੇ ਅੰਮ੍ਰਿਤਸਰ ਨੇ ਆਪਣੇ ਆਪ ਨੂੰ ਕੰਟਰੋਲ ਕਰ ਲਿਆ ਜੋ ਮੈਂ ਗੱਲਾਂ ਦੱਸ ਰਿਹਾ ਉਹ ਕੰਟਰੋਲ ਕਰ ਗਏ ਤਾਂ ਉਹ ਡਾਊਨ ਆ ਗਿਆ ਅੰਮ੍ਰਿਤਸਰ ਦਾ ਤਾਂ ਅੰਮ੍ਰਿਤਸਰ ਨੂੰ ਇਸ ਵੇਲੇ ਅਸੀਂ ਇਹਦੇ ਸ਼ਾਮਿਲ ਨਹੀਂ ਕਰ ਰਹੇ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਘਰ ਚ ਰਹਿਣਾ ਇਹ ਇਸ ਵੇਲੇ ਹੈ ਲੁਧਿਆਣਾ ਪਟਿਆਲਾ ਤੇ ਜਲੰਧਰ ਔਰ ਖਾਸ ਕਰਕੇ ਸਨੀਚਰਵਾਰ ਔਰ ਐਤਵਾਰ ਨੂੰ ਔਰ ਇੱਕ ਇੱਕ ਦੋ ਹਫ਼ਤਿਆਂ ਦੇ ਬਾਅਦ ਅਸੀਂ ਇਹਨੂੰ ਰਿਵਿਊ ਕਰਾਂਗੇ ਲੇਕਿਨ ਖਾਸ ਕਰਕੇ ਦੋ ਇਹ ਸੋਸ਼ੀਅਲਾਈਜ਼ਿੰਗ ਕਮ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਔਰ ਤੁਸੀਂ ਆਪ ਦੇਖੋਗੇ ਕਿ ਜਿਹੜੇ ਹੁਣ ਆંકੜੇ ਵੱਧ ਰਹੇ ਨੇ ਆਪਣੇ ਸ਼ਹਿਰਾਂ ਦੇ ਵਿੱਚ ਉਹ ਘਟਣ ਲੱਗ ਜਾਣਗੇ ਜਿਹੜੇ ਮੈਰਿਜ ਪੈਲਸ ਨੇ ਰੈਸਟੋਰੈਂਟ ਨੇ ਦਫਤਰ ਨੇ ਜਿੱਥੇ 10 ਬੰਦੇ ਤੋਂ ਜ਼ਿਆਦਾ ਹੋਣ ਇੱਕ ਕੋਵਿਡ ਮਾਨੀਟਰ ਅਸੀਂ ਅਪੁਆਇੰਟ ਕਰਾ ਰਹੇ ਹਾਂ ਇੱਕ ਤੁਸੀਂ ਇੱਕ ਬੰਦਾ ਆਪਣਾ ਮਾਨੀਟਰ ਬਣਾ ਲਓ ਜੋ ਡੇਲੀ ਇਹਦੇ ਚ ਦੇਖੇ ਕਿ ਕਿੰਨੇ ਬੰਦੇ ਆਏ ਕੀ ਹੈ ਉਹਨਾਂ ਨੂੰ ਮਾਸਕ ਪਾ ਰਹੇ ਨੇ ਜਾਂ ਨਹੀਂ ਪਾ ਰਹੇ ਸੋਸ਼ਲ ਡਿਸਟੈਂਸਿੰਗ ਰੱਖਣੇ ਸੈਨੀਟਾਈਜੇਸ਼ਨ ਰੱਖਣੇ ਮੋਦਾ ਮਤਲਬ ਹੱਥ ਧੋਣਾ ਐਂਡ ਕੋਵਿਡ ਸਾਡੀ ਟੀਮਾਂ ਜਾਣ ਗਿਆ ਔਰ ਜਾ ਕੇ ਤੁਹਾਡੇ ਜਰੂਰ ਉੱਥੇ ਜਾ ਕੇ ਸਾਰੇ ਨੂੰ ਚੈੱਕ ਕਰਨ ਗਿਆ ਕਿ ਉੱਥੇ ਔਰ ਅਗਰ ਤੁਸੀਂ ਨਹੀਂ ਕੀਤਾ ਤਾਂ ਫਿਰ ਫਿਰ ਸਾਨੂੰ ਪੀਨਲਾਈਜ਼ ਕਰਨਾ ਪਵੇਗਾ ਚਲਾਨ ਕਰਨੇ ਪੈਣਗੇ ਮੈਨੂੰ ਅੱਛਾ ਨਹੀਂ ਲੱਗਦਾ ਚਲਾਨ ਕਰਨਾ ਪੈਂਦਾ ਪਰ ਦੇਖ ਲਓ ਆ ਦੇਖੋ ਇਹ ਪਹਿਲਾ ਦਿਨ ਹੈ ਮੇਰਾ ਖਿਆਲ ਅੱਜ ਜਿੱਥੇ ਮੇਰੇ ਕੋਲ ਜੋ ਆંકੜੇ ਹੈ ਨੇ ਕਿ 4000 ਤੋਂ ਘੱਟ ਚਲਾਨ ਹੋਏ ਨੇ ਇਹ ਮਾਸਕ ਦੇ ਨੇਤਾ ਚਾਹ ਤੋ 6000 ਦੇ ਦਰਮਿਆਨ ਰੋਜ ਹੋ ਰਹੇ ਨੇ ਮਾਰਚ ਤੋਂ ਲੈ ਕੇ ਅੱਜ ਤੱਕ। ਔਰ ਹੁਣ ਐਤੀ ਮੇਰੇ ਨਾਲ 3000 ਕੁਛ ਸੇ ਸਵੇਦ ਮਿਲੇ। ਤੋ ਇਹ ਇਹ ਅਚੀ ਗੱਲ ਹੈ ਲੋਕ ਕੋ ਮਨਣ ਲੱਗੇ ਨੇ ਗੱਲ ਔਰ ਸਮਝਣ ਲੱਗੇ ਕਿ ਕੀ ਬਿਮਾਰੀ ਕੀ ਚੀਜ਼ ਹੈ। ਅਚਾ ਜਿਹੜੇ ਲੋਕ ਨੇ ਜਿਹੜੇ ਹਾਈ ਸੋਸ਼ਲ ਕੰਟੈਕਟ ਹੈ ਜਿਹੜਾ ਮਤਲਬ ਲੋਗਾ ਨੂੰ ਮਿਲਵਰਤਨ ਜ਼ਿਆਦਾ ਰੱਖਦੇ ਨੇ ਚਾਹੇ ਕੋਈ ਦੁਕਾਨਦਾਰ ਵਾਲੇ ਹੋਣ ਜਾਂ ਜੋ ਹੋਰ ਔਰ ਜਿਹੜੇ પોલીસ ਵਾਲੇ ਹੋਣ ਜਾਂ ਕੋਈ ਹੋਰ ਮਹਿਕਮੇ ਦੇ ਬੰਦੇ ਹੋਣ ਜਿਨ੍ਹਾਂ ਨਾਲ ਸੰਪਰਕ ਜੁੜਦਾ ਹੈ ਰੋਜ਼ ਹੀ ਲੋਕਾਂ ਦਾ ਉਹਨਾਂ ਦਾ ਇੱਕ ਹਫ਼ਤੇ ਦੇ ਵਿੱਚ ਅਸੀਂ ਹੁਣ ਅਗਲੀ ਇੱਕ ਹਫ਼ਤੇ ਵਿੱਚ ਟੈਸਟਿੰਗ ਪੂਰੀ ਕਰਾ ਦਾਂਗੇ ਤੁਸੀਂ ਬੜੇ ਔਖੀ ਘੜੀ ਦੇ ਵਿੱਚੋਂ ਗੁਜ਼ਰੇ ਹੋ ਸਾਰੇ ਹੀ ਆਪਾਂ ਤੁਸੀਂ ਮੈਂ ਸਾਰੇ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੇਰੇ ਅੱਖੇ ਲਾ ਕੇ ਇਹ ਆਪਣੇ ਆਪ ਨੂੰ ਇਸ ਜੋ ਜੋ ਅਸੀਂ ਦੱਸਦੇ ਸਰਕਾਰ ਵੱਲੋਂ ਉਹ ਕਦਮ ਤੁਸੀਂ ਚੱਕੇ ਨੇ ਜਿਹਦੇ ਕਰਕੇ ਤੁਸੀਂ ਵੀ ਬਚੇ ਹੋ ਔਰ ਤੁਹਾਡੇ ਨਾਲ ਦੇ ਵੀ ਬੱਚੇ ਨੇ ਔਰ ਮੈਂ ਹੁਣ ਇੱਕ ਵਾਰ ਫੇਰ ਬੇਨਤੀ ਕਰਦਾ ਹਾਂ ਜਿਹੜੇ ਇਸ ਕੰਮ 'ਚ ਥੋੜੇ ਅਨਗਹਿਲੀ ਕਰਦੇ ਨੇ ਉਹ ਤੁਸੀਂ ਮੇਰੀ ਗੱਲ ਮੰਨੋ ਔਰ ਆਪਾਂ ਆਪਣੇ ਪੰਜਾਬ ਪਰਿਵਾਰ ਨੂੰ ਔਰ ਆਪਣੇ ਸ਼ਹਿਰ ਨੂੰ ਔਰ ਆਪਣੇ ਮੋਹੱਲੇ ਨੂੰ ਸਾਰਿਆਂ ਨੂੰ ਆਪਾਂ ਬਚਾਈਏ ਇੱਕ ਤੁਹਾਨੂੰ ਖੁਸ਼ੀ ਹੋਏਗੀ ਕਿ ਅਸੀਂ ਟੈਸਟਿੰਗ ਬਤਾ ਰਹੇ ਹਾਂ ਚਾਰ ਟੈਸਟਿੰਗ ਫੈਸਿਲਿਟੀਆਂ ਅਸੀਂ ਨਮੀ ਕਾਰ ਦਿੱਤੀਆਂ ਜਲੰਧਰ ਲੁਧਿਆਣਾ ਖਰੜ ਤੇ ਮੁਹਾਲੀ ਇਸ ਵਿੱਚ ਨੇ ਸਾਢਾ 1300 ਟੈਸਟ ਹੈ ਜਲ ਸ਼ੁਰੂ ਹੋਇਆ ਸੀ ਮਾਰਚ ਵਿੱਚ ਅਸੀਂ 200 ਸੇ ਸੇ ਉਹ 13000 ਟੈਸਟ ਹੈ ਅਸੀਂ ਸਾਡਾ 13000 ਟੈਸਟ ਅੱਜ ਔਰ ਇਸ ਮਹੀਨੇ ਦੀ ਅਖੀਰ ਤੱਕ ਅਸੀਂ ਇਸ 13000 ਨੂੰ 20000 ਪਹੁੰਚਾ ਦੇਣਾ ਤੋਂ ਥੋੜੇ ਕੋਲ ਟੈਸਟਿੰਗ ਅਸੀਂ ਕਮ ਨਹੀਂ ਕੋਈ ਰਹਿਣ ਦੇਣੀ ਇਹ ਰੱਖਾਂਗੇ ਔਰ ਇਸੇ ਪਲਾਜ਼ਮਾ ਬੈਂਕ ਵੀ ਅਸੀਂ ਇਸ ਨੂੰ ਰੱਖ ਰਹੇ ਹਾਂ ਇਸ ਵੇਲੇ ਪਲਾਜ਼ਮਾ ਬੈਂਕ ਸਾਡਾ ਪੜਿਆਲਾ ਬੈਂਕ ਪਹਿਲਾਂ ਸ਼ੁਰੂ ਹੋ ਗਿਆ ਸੀ ਉਹਨਾਂ ਅੰਮ੍ਰਿਤਸਰ ਤੇ ਫਰੀਦਕੋਟ ਸ਼ੁਰੂ ਹੋਲੇ ਤਾਂ ਕਿ ਇਸ ਨੂੰ ਸਹੀ ਕਵਰ ਸਾਰੇ ਪੰਜਾਬ ਨੂੰ ਕਰ ਸਕੀਏ। ਔਰ ਜਿਹੜੇ ਅੱਜ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਨ੍ਹਾਂ ਨੂੰ ਇੱਕ ਵਾਰ ਬਿਮਾਰੀ ਹੋ ਗਈ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਹੁਣ ਠੀਕ ਹੋ ਔਰ ਠੀਕ ਰਹੋ ਤੁਹਾਡੇ ਵਰਵਾਰ ਵੀ ਸੁਖੀ ਰਹਿਣ ਲੇਕਿਨ ਤੁਸੀਂ ਸਮਾਜ ਵਾਸਤੇ ਇੱਕ ਗੱਲ ਕਰ ਸਕਦੇ ਹੋ ਬਾਕੀ ਆਪਣੇ ਸਾਥੀ ਪੰਜਾਬੀਆਂ ਵਾਸਤੇ ਤੁਸੀਂ ਆਪਣੀ ਖੂਨ ਪਲਾਜ਼ਮਾ ਜਾ ਕੇ ਇਹ ਬੈਂਕਾਂ ਦੇ ਵਿੱਚ ਦਿਓ। ਕਿਉਂਕਿ ਸਾਨੂੰ ਲੋਡ ਪੈਂਦੀ ਰਹਦੀ ਹੈ ਡਾਕਟਰਸ ਨੂੰ ਔਰ ਅਗਰ ਤੁਸੀਂ ਦੇਵੋਗੇ ਬੈਂਕ ਸਟੋਰ ਹੋ ਜਾਣਗੇ ਔਰ ਜਦੋਂ ਕੋਈ ਇਹ ਜਿਹਾ ਬਿਮਾਰ ਬਿਮਾਰੀ ਦਾ ਕੋਈ ਸਰਜ ਆਏਗਾ ਉਥੇ ਸ਼ਾਇਦ ਉਹ ਡਾਕਟਰ ਉਸ ਨੂੰ ਇਸਤੇਮਾਲ ਕਰ ਸਕੇ ਇਹ ਮੇਰੀ ਆਪ ਨੂੰ ਬੇਨਤੀ ਹੈ ਕਿ ਤੁਸੀਂ ਥੋੜੇ ਜਿਹੇ ਹਰ ਮਹੀਨੇ ਹਰ ਹਫਤੇ ਮੈਂ ਸਵਾਲ ਥੋੜੇ ਲੈਣਾ ਮੈਂ ਹੁਣ ਥੋੜੇ ਸਵਾਲ ਦੇਖਾਂਗਾ ਤੁਸੀਂ ਜੇ ਚਤਰਾੜੀ ਜਗਰਾਉ ਤੋਂ ਤੁਸੀਂ ਕਹਿੰਦੇ ਹੋ ਕਿ ਸਾਡੇ ਅਸੀਂ ਇੱਥੇ ਬੜੇ ਨਸ਼ੇ ਦੇ ਮਸਲਾ ਹੈ ਤੇ ਸ਼ਰਨਜੀਤ ਸਿੰਘ ਬਿਕਨੇ ਜਗਰਾਉ ਤੋਂ ਸ਼ਰਨਜੀਤ ਇਹ ਮਸਲਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੀ ਜਿਹੜੀ ਐਸਟੀਐਫਐਸ ਸਪੈਸ਼ਲ ਟਾਸਕ ਫੋਰਸ ਸਰਪੀਤ ਸਿੱਧੂ ਜੀ ਸਾਡੇ ਸੀਨੀਅਰ ਆਫਸਰ ਨੇ ਏਡੀਜੀਪੀ ਉਹਨਾਂ ਦੇ ਦਿਨ ਉਹ ਸਾਰੇ ਕਿਤੇ ਪੰਜਾਬ ਚ ਬੜੇ ਚੌਕਸ ਨੇ ਉਹਨਾਂ ਦੇ ਬੰਦੇ ਸਾਰੇ ਲੱਗੇ ਹੋਏ ਨੇ ਅਗਰ ਇਹ ਉਹਨਾਂ ਨੂੰ ਮੈਂ ਤੁਹਾਡੇ ਇਹ ਦੱਸੂਗਾ ਤਾਂ ਕਿ ਥੋੜੇ ਇੱਥੇ ਬਿਲਕੁਲ ਪੜਤਾਲ ਕਰਨ ਕਿ ਕੌਣ ਕਰ ਰਿਹਾ ਹੈ ਕੋਣ ਬੇਬਦਮਾਸ਼ੀ ਕਰ ਰਿਹਾ ਹੈ ਤੇ ਪਿੰਡ ਤਾਂ ਅਸੀਂ ਇਹ ਨਹੀਂ ਹੁੰਦੇ ਨਹੀਂ ਕਿ ਕਿਸੇ ਪਿੰਡ ਦੇ ਵਿੱਚ ਖੁੱਲਮ-ਖੁੱਲਾ ਇਹ ਲੋਕ ਕਰਨ ਲੱਗ ਗਏ ਬਹੁਤ ਲੋਕ ਅਸੀਂ ਫੜੇ ਨਹੀਂ ਔਰ ਅਸੀਂ ਛੱਡਣਾ ਨਹੀਂ ਅਗਰ ਅਸੀਂ ਇਹ ਗੱਲ ਕਰਦੇ ਰਹਿਣ ਅ ਸੰਨੀ ਪਦਮ ਜੀ ਪਉਪੁਰ ਤੋਂ ਕਹਿੰਦੇ ਨੇ ਕਿ ਸਾਡਾ ਇੱਕ ਪੁਲ ਦੀ ਲੋੜ ਹੈ ਉਹ ਅਸੀਂ ਮੈਨੂੰ ਪਤਾ ਹੈ ਤੁਹਾਡੇ ਪੁਲ ਦੀ ਲੋੜ ਇਹਦੇ ਕੋਈ ਟੈਕਨੀਕਲ ਹੈ ਪ੍ਰੋਬਲਮ ਸੀ ਆ ਉਹ ਟੈਕਨੀਕਲ ਪ੍ਰੋਬਲਮ ਅਸੀਂ ਹੁਣ ਰਿਜ਼ੋਲਵ ਕਰ ਰਹੇ ਆ ਸਾਡੇ ਟੈਕਨੀਕਲ ਐਡਵਾਈਜ਼ਰ ਜਾ ਚੁੱਕੇ ਨੇ ਔਰ ਇਹ ਅਗਲੇ ਸਾਲ ਤੱਕ ਇਹ ਪੁਲ ਥੋੜਾ ਅਸੀਂ ਬਣਾ ਕੇ ਦੇਵਾਂਗੇ ਕੁਝ ਉਹਦੇ ਚ ਟੈਕਨੀਕਲ ਘਾਟ ਹੈ ਉਹ ਹੁਣ ਇਹ ਸਾਡੇ ਐਡਵਾਈਜ਼ਰ ਜਾ ਕੇ ਇਹ ਦੇਖਣਗੇ ਸਾਡੇ ਟੈਕਨੀਕਲ ਐਡਵਾਈਜ਼ਰ ਔਰ ਮੈਂ ਉਹਨਾਂ ਨੂੰ ਕਿਹਾ ਕਿ ਜੋ ਮਰਜ਼ੀ ਕਰਨਾ ਹੈ ਪਰ ਅਗਲੇ ਸਾਲ ਤੱਕ ਇਹ ਖਤਮ ਕਰਨਾ ਚਾਹੁੰਦਾ ਹਾਂ ਗੁਰਜੀਤ ਸੈਣੀ ਜੀ ਗੁਰਦਾਸਪੁਰ ਤੋਂ ਕਿ ਕਈ ਬੱਸਾਂ ਆਉਂਦੀਆਂ ਨੇ ਯੂਪੀ ਤੋਂ ਇਨਾਂ ਦੇ ਵਿੱਚ ਕੋਵਿਡ ਵੱਧ ਹੈ ਤੁਸੀਂ ਐਕਸ਼ਨ ਲਓ ਜਿਹੜੀਆਂ ਬਸ ਆਉਂਦੀਆਂ ਨੇ ਬਸਾਂ ਅਸੀਂ ਐਕਸ਼ਨ ਲੈਣੇ ਹੈ ਇਹਨੂੰ ਅਸੀਂ ਟ੍ਰੇਸਿੰਗ ਕਹਿੰਦੇ ਆ ਟ੍ਰੇਸਿੰਗ ਜਿੱਥੇ ਹੁੰਦੀ ਹੈ ਜਦੋਂ ਕੋਈ ਬੰਦਾ ਨਿਕਲ ਕੇ ਬਗੈਰ ਜਾਏ ਆਪਣੇ ਜਿੱਥੇ ਉੱਥੇ ਟੈਸਟਿੰਗ ਸਾਡੇ ਕਰਾਏ ਬਗੈਰ ਉਹ ਚਲਾ ਜਾਏ ਕਿਸੇ ਹੋਰ ਪਿੰਡ ਆਪਣੇ ਪਿੰਡ ਚ ਆ ਕੇ ਕਿਸੇ ਹੋਰ ਪਿੰਡ ਚ ਫਿਰ ਉਹਨੂੰ ਅਸੀਂ ਟ੍ਰੇਸ ਕਰਦੇ ਆ ਟ੍ਰੇਸ ਕਰਕੇ ਮੇਰਾ ਖਿਆਲ ਸਾਡੇ ਅਸੀਂ ਕੋਈ 30 ਹਜ਼ਾਰ ਬੰਦਾ ਟ੍ਰੇਸ ਕਰ ਚੁੱਕੇ ਆ ਔਰ ਉਹਦੇ ਵਿੱਚੋਂ ਇਹ ਹੈਰਾਨੀ ਹੋएगी ਤੁਹਾਨੂੰ ਸੁਣ ਕੇ ਕਿ 6000 ਬੰਦੇ ਪੋਜ਼ਿਟਿਵ ਨਿਕਲੇ ਉਹਨੇ ਸਮਝ ਲਓ ਕਿ ਉਹਨਾਂ ਨੇ ਕਿੰਨੇ ਅੱਗੇ ਕਿੰਨੇ ਅੱਗੇ ਲੋਕਾਂ ਨੂੰ ਇਹ ਦਿੱਤਾ ਹੋਣਾ ਉਹ ਇਸ ਕਰਕੇ ਮੈਂ ਇਹ ਥੋੜੀ ਗੱਲ ਮੈਂ ਸਮਝਦਾ ਠੀਕ ਹੈ ਔਰ ਇਹਦਾ ਕੋਈ ਹੱਲ ਕੱਢਾਂਗੇ ਕਿ ਜਿਹੜੇ ਬਸ ਆ ਰਹੇ ਨੇ ਯੂਪੀ ਵਗੈਰਾ ਉਹ ਤੋਂ ਕਿ ਕੈਸੇ ਲੋਕਾਂ ਦਾ ਹੋਰ ਇਸੇ ਪ੍ਰਬੰਧ ਕੀਤਾ ਜਾਏ ਕਿ ਮੌਕੇ ਤੇ ਹੀ ਅਸੀਂ ਟੈਸਟਿੰਗ ਇਹਨਾਂ ਦੀ ਕਰਾ ਦਈਏ ਪਹਿਲਾਂ ਸਾਨੂੰ ਸਾਡੇ ਕੋਲ ਇਹਨਾਂ ਦੀ ਟੈਸਟਿੰਗ ਦਾ ਪ੍ਰਬੰਧ ਨਹੀਂ ਸੀ ਹੁਣ ਅਸੀਂ 20000 ਤੇ ਪਹੁੰਚਣ ਲੱਗੇ ਹਾਂ ਔਰ ਮੇਰਾ ਖਿਆਲ ਹੁੰਦਾ ਅਸੀਂ ਕਰ ਸਕਾਂਗੇ ਇਸ ਨੂੰ ਅ ਤੁਸੀਂ ਇਹ ਵੀ ਪੁੱਛਿਆ ਟੈਸਟਿੰਗ ਕੈਪੇਬਿਲਿਟੀ ਮੈਂ ਤੁਹਾਨੂੰ ਦੱਸਦੀ ਕਿ ਸਾਡੇ ਤਾਂ ਇੱਕ ਸਮੇਂ ਤੇ 200 ਟੈਸਟ ਹੁੰਦੇ ਸਿ ਦਿਨ ਚ ਹੁਣ ਅਸੀਂ 20000 ਤੇ ਪਹੁੰਚਾਂਗੇ ਇਸ ਮਹੀਨੇ ਦੇ ਵਿੱਚ ਔਰ ਇਸ ਨੂੰ ਅੱਗੇ ਵਧਾਵਾਂਗੇ ਔਰ ਅਸੀਂ ਮੇਰਾ ਖਿਆਲ ਪੌਲਿਟ ਆਪਣੀ ਆਬਾਦੀ ਦੇ ਲਿਹਾਜ਼ ਨਾਲ ਸਾਡੀ 30 ਕਰੋੜ 20 ਲੱਖ ਆਬਾਦੀ ਹੈ ਉਸ ਤੇ ਲਿਹਾਜ਼ ਨਾਲ ਸਾਡੀ ਟੈਸਟਿੰਗ ਅਜੇ ਤਕਰੀਬਨ ਹੀ ਨੰਬਰ 1 ਤੇ ਹੋਣੀ ਹੈ ਹੋਰ ਵੱਡੇ ਵੱਡੇ ਸੂਬੇ ਨੇ ਜਿੱਥੇ ਟੈਸਟਿੰਗ ਦੇ ਨੰਬਰ ਜ਼ਿਆਦਾ ਲੱਗਦੇ ਨੇ ਲੇਕਿਨ ਉਹਨਾਂ ਦੀ ਆਬਾਦੀ ਤਾਂ ਸਾਥੋਂ 10 ਗੁਣਾ ਜ਼ਿਆਦਾ ਹੈ ਯੂਪੀ ਵਰਗੇ ਸੂਬੇ ਸੋ ਉਸ ਕਰਕੇ ਸਾਡੀ ਪੋਪੂਲੇਸ਼ਨ ਦੇ ਲਈ ਹਰਨਾਲ ਆਬਾਦੀ ਦੇ ਲਈ ਹਰਨਾਲ ਅਸੀਂ ਕਾਫੀ ਉੱਪਰ ਹੈ ਇਸ ਲਈ ਠੀਕੇ ਮੈਂ ਮਨੂਰ तिवारी ਤੋਂ ਕੀ ਹੈ ਤਰਨ ਤਰਨ ਤੋਂ ਲਿਖ ਰਹੇ ਨੇ ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਤੁਸੀਂ ਐਨੇ ਐਨੇ ਕਿਉਂ ਤੁਸੀਂ ਘਬਰਾਏ ਹੋਏ ਹੋ ਕਿਉਂਕਿ ਇਹ ਮੈਨੂੰ ਬਿਲਕੁਲ ਥੋੜਾ ਸਵਾਲ ਅੱਛਾ ਨਹੀਂ ਲੱਗਦਾ ਮੈਂ ਲੇਕਿਨ ਮੈਂ ਦੇ ਰਿਹਾ ਅੱਜ ਕਿਉਂਕਿ ਮੈਂ ਸਮਝਦਾ ਹਾਂ ਕਿ ਤੁਹਾਨੂੰ ਸਮਝਣਾ ਚਾਹੀਦਾ ਕਿ ਗਲਤ ਗੱਲ ਗੱਲ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਮੈਂ ਜ਼ਹਿਰ ਪੀਣ ਨੂੰ ਤਿਆਰ ਹੈ ਆ ਜਿਹੜੀ ਸ਼ਰਾਬ ਹੋਈ ਹੈ ਉੱਥੇ ਤਰਨ ਤਾਰਨ ਦੇ ਵਿੱਚ ਅਗਰ ਮੇਰੇ ਪਰਿਵਾਰ ਨੂੰ 5 ਲੱਖ ਰੁਪਇਆ ਮਿਲ ਸਕੇ ਇਹ ਕੋਈ ਗੱਲ ਹੈ ਕਰਨ ਦੀ ਦੱਸੋ ਬੱਚੇ ਨੇ ਥੋੜੇ ਥੋੜੀ ਫੈਮਿਲੀ ਹੈ ਥੋੜੇ ਗਵਾਂਢੀ ਥੋੜੇ ਰਿਸ਼ਤੇਦਾਰ ਨੇ ਤੇ ਕੌਣ ਇਹ ਜੀ ਗੱਲ ਸੋਚਦਾ ਹੈ ਜਿੱਥੇ ਤਾਂ ਇਹ ਥੋੜਾ ਸਵਾਲ ਹੈ ਥੋੜੀ سپورਟ ਦਾ ਇਹ ਤੁਸੀਂ ਰੂਰਲ ਫਾਰਮੇਸੀ ਚ ਵਿੱਚ ਕੰਟਰੈਕਟ empioyee ਹੈ ਕੰਟਰੈਕਟ ਐਮਪਲੋਈ ਸਾਡੇ 42000 ਨੇ ਪੰਜਾਬ ਚ ਔਰ ਮੈਂ ਇੱਕ ਕੈਬਨਟ ਸਬਕਮਿਟੀ ਬਣਾਈ ਹੋਈ ਹੈ ਦੇਖਣ ਨੂੰ ਕਿ ਜਿਹੜੇ 42000 ਸਾਡੇ ਕੰਟਰੈਕਟ ਸਾਡੇ ਮੁਲਾਜ਼ਮ ਨੇ ਉਨਾ ਨੂੰ ਅਸੀਂ ਪੱਕਾ ਕਿਵੇਂ ਕਰ ਸਕੀਏ ਤਾਂ ਆ ਗੱਲ ਕੱਢੋ ਆਪਣੇ ਦਿਮਾਗ ਦੇ ਵਿੱਚੋਂ ਇਹ ਲੋਕ ਜਿਹੜੇ ਮਰੇ ਨੇ ਬਹੁਤ ਅਫਸੋਸ ਜਿਹੜੇ ਲੋਕ ਮਰੇ ਨੇ ਔਰ 5 ਲੱਖ ਲੇਰੇ ਨੇ ਇਹ ਤਾਂ ਵਿਚਾਰੇ ਬਹੁਤ ਹੀ ਗਰੀਬ ਗਰੀਬ ਬੰਦੇ ਸੇ ਜਿਨ੍ਹਾਂ ਨੇ ਇੱਕ ਗਲਤ ਚੀਜ਼ ਪੀਆ ਔਰ ਜਿਹੜੇ ਬੰਦੇ ਸੇ ਅਸੀਂ ਫੜ ਲਏ ਸਾਰੇ ਕਿਸੇ ਨੂੰ ਨਹੀਂ ਅਸੀਂ ਛੱਡਾਂਗੇ ਵੱਡਾ ਹੋਏ ਛੋਟਾ ਹੋਏ ਬਚਾੜਨਾ ਹੋਏ ਜੋ ਮਾਜੀ ਹੋਏ ਅਸੀਂ ਇਹਨੂੰ ਇੱਕ ਨਹੀਂ ਛੱਡਦੇ ਔਰ ਇਹਨਾਂ ਨੂੰ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਕੋਈ ਪਰਮਨੈਂਟ ਜੌਬ ਅਸੀਂ ਸਰਕਾਰ ਦੇ ਵਿੱਚ ਨਹੀਂ ਦੇ ਰਹੇ ਇਹ ਤਾਂ ਅਸੀਂ ਉਹਨਾਂ ਨੂੰ ਕਿਹਾ ਸੀ ਉੱਥੇ ਹੋਰ ਅਸੀਂ ਕਰਾਂਗੇ ਕਿ ਇਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਬੰਦੇ ਨੂੰ ਕਿਉਂਕਿ ਜਿਹੜਾ ਕਮਾਉਣ ਵਾਲਾ ਬੰਦਾ ਸੀ ਉਹ ਮਰ ਗਿਆ ਤਾਂ ਇੱਕ ਬੰਦੇ ਨੂੰ ਅਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਕਿਤੇ ਨਾ ਕਿਤੇ ਨੌਕਰੀ ਲੈਣ ਦੀ ਅਸੀਂ ਉਹਨਾਂ ਨੂੰ ਦੇਵਾਂਗੇ ਲੈਣ ਦੇ ਲੈ ਕੇ ਦੇਵਾਂਗੇ ਇਹ ਮੈਂ ਕਿਹਾ ਸੀ ਤਾਂ ਕਿ ਉਹ ਆਪਣੇ ਪਰਿਵਾਰਾਂ ਵਾਸਤੇ ਕਮਾ ਸਕੀਂ ਕਿੰਨੀ ਦੇ ਚੱਲ ਜਾਊਗਾ 5 ਲੱਖ ਰੁਪਈਆ ਅਗਰ ਉਹ 2-4 ਬੱਚੇ ਨੇ ਉਹਨਾਂ ਨੇ ਪੜ੍ਹਨਾ ਹੈ ਉਹਨਾਂ ਨੇ ਰਹਿਣਾ ਤਾਂ ਥੋੜੇ ਸਾ ਥੋੜੀ ਦੇਰ ਚ ਮੁੱਕ ਜਾਣਾ ਕੰਮ ਇਹ ਜ਼ਰੂਰੀ ਹੈ ਕਿ ਕੋਈ ਕਮਾਉਣ ਵਾਲਾ ਹੋਏ ਔਰ ਇਹ ਮੈਂ ਗੱਲ ਕਹੀ ਸੀ ਉੱਥੇ। ਤਾਂ ਇਹ ਗੱਲ ਬਿਲਕੁਲ ਨਿਕਾ ਨਹੀਂ ਸੀ। ਤੁਸੀਂ ਇੱਕ ਹੋਰ ਮੈਨੂੰ ਪੁੱਛ ਰਹੇ ਨੇ ਪਿੰਡਰ ਸੋਮਲ ਜੀ। ਤੁਸੀਂ ਕਹਿ ਰਹੇ ਹੋ ਕਿ ਤਹਿਸੀਲ ਦੇ ਵਿੱਚ ਕਈ ਲੋਕ ਇਥੇ ਸਾਥੋਂ ਰਿਸ਼ਵਤ ਮੰਗਦੇ ਨੇ। ਇਹ ਬਿਮਾਰੀ ਹੈ ਸਾਡੇ ਪੰਜਾਬ 'ਚ ਇਹਨੂੰ ਮੈਂ ਕੱਢਣਾ ਪਊਗਾ ਸਾਨੂੰ। ਔਰ ਤੁਸੀਂ ਮੈਨੂੰ ਮੈਂ ਥੋੜਾ ਚੈੱਕ ਕਰਵਾਉਣਾ। ਕੀ ਹੋ ਰਿਹਾ ਤੁਹਾਡੇ ਉੱਤੇ ਪਿੰਡ ਦੇ ਵਿੱਚ? ਔਰ ਅਸੀਂ ਸਖਤੀ ਨਾਲ ਇਹ ਡੀਲ ਕਰਾਂਗੇ ਲੇਕਿਨ ਇਹ ਥੋੜੇ ਕਲੇ ਪਿੰਡ ਚ ਨਹੀਂ ਸਾਰੇ ਪੰਜਾਬ ਦੇ ਵਿੱਚ ਘੁੰਮਿਆ ਇਹ 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 ਚੱਲ ਰਿਹਾ ਕੰਮ ਔਰ ਇਹ ਵਾ ਬਿਲਕੁਲ ਇਸ ਨੂੰ ਨਹੀਂ ਹੋਣ ਦੇਣਾ ਇੱਥੇ ਔਰ ਅਸੀਂ ਜਿੱਥੇ ਜਿੱਥੇ ਸਾਨੂੰ ਕਰਾਉਣਾ ਪਊਗਾ ਮੈਂ ਵੇਧਲੈਂਸ ਨੂੰ ਕਹੂੰਗਾ ਹੋਰਾਂ ਨੂੰ ਕਹੂੰਗਾ ਅਸੀਂ ਸਖਤੀ ਕਰਾਂਗੇ ਇਸੇ ਇਹ ਮੈਂ ਪੀਚੀ ਲੁਧਿਆਣੇ ਤੋਂ ਕਿ ਤੁਹਾਡੀ ਬਸਤੀ ਜੋਦੇਵਾਲ ਤੋਂ ਮੱਤੇਵਾੜਾ ਫੋਰੈਸਟ ਤੱਕ 156 ਪਿੰਡ ਨੇ ਦੋ ਕਨ ਹਲਕਿਆਂ ਦੇ ਵਿੱਚ ਲੁਧਿਆਣੇ ਇਸ ਤੇ ਸਾਨੇਵਾਲ ਇਹਦੀ ਸੜਕ ਦੀ ਬਹੁਤ ਰਿਪੇਅਰ ਕਰਾਵੇ ਲਿੰਕ ਰੋਡ ਹੋਏਗੀ ਮੈਂ ਜ਼ਰੂਰ ਇਹ ਲਿੰਕ ਰੋਡ ਦਾ ਚੈੱਕ ਕਰਾਂਗਾ ਲੇਕਿਨ ਜਿਹੜਾ ਇੱਕ ਹੁਣ ਤਾਂ ਸਾਨੂੰ ਪਤਾ ਲੱਗਿਆ ਕਿ ਲਿੰਕ ਰੋਡ ਦੇ ਕਿੰਨੇ ਹਿੱਸੇ ਨੇ ਇੱਕ ਪਾਸੇ ਦਾ ਤਿਆਰ ਹੋ ਗਿਆ ਤੀਸਰੇ ਪਾਸੇ ਦਾ ਤਿਆਰ ਹੋ ਗਿਆ ਵਚਾਰਣਾ ਏਰੀਆ ਰਹਿ ਗਿਆ ਉਦੇ ਕੋਈ ਸੂਇਜ਼ ਦੀ ਪ੍ਰੋਬਲਮ ਹੈ ਉਹ ਪਾਣੀ ਪਤਾ ਨਹੀਂ ਕਿਉਂ ਉਥੇ ਆਉਂਦਾ ਹੈ ਉਹ ਤਾਂ ਕਹਿੰਦੇ ਪਾਣੀ ਨਹੀਂ ਆਉਂਦਾ ਪਰ ਉਹ ਨਦੀ ਉਹ ਜ ਬਣ ਜਾਂਦੀ ਹੈ ਜਿਸ ਤਰੀਕੇ ਨਾਲ ਹੈ ਤੋਂ ਇਸ ਇਸ ਵੇਲੇ ਸਾਡੀ ਟੀਮ ਲੱਗੀ ਹੋਈ ਹੈ ਦੇਖਣ ਨੂੰ ਪਹਿਲਾਂ ਕਿ ਕਿਉਂ ਇਸ ਸੂਇਜ਼ ਦਾ ਪਾਣੀ ਕਿੱਥੋਂ ਆਉਂਦਾ ਹੈ ਔਰ ਇਹਨੂੰ ਕਿਵੇਂ ਰੋਕ ਸਕਦੇ ਜੈਸੇ ਹੀ ਉਹ ਖਤਮ ਕਰਕੇ ਉਹਨਾਂ ਨੇ ਕੋਈ ਪਾਣੀ ਦਾ ਰੁਕ ਕੋਈ ਹੋਰ ਬਣਾਤਾ ਅਸੀਂ ਇਹਨੀ ਸੜਕ ਨੂੰ ਅਸੀਂ ਪੂਰੀ ਕਰਤਾ ਜਸਵਿੰਦਰ ਬਰਾੜ ਜੀ ਕੋਟ ਸੁਖਿਆ ਤੋਂ ਕਿਸਾਨ ਕਹਿੰਦੇ ਜੀ ਲੁੱਟੇ ਜਾਂਦੇ ਨੇ ਬਨੋਟੀ ਖਾਦ ਵਗੈਰਾ ਇਹ ਪੈਸਟੀਸਾਈਡ ਵਗੈਰਾ ਇਹ ਵੇਚੇ ਜਾ ਰਹੇ ਨੇ ਇਹ ਬੜੀ ਦੇਰ ਤੋਂ ਇਹ ਗੱਲ ਚੱਲ ਰਹੀ ਹੈ ਇਹ ਇੱਥੇ ਬਨੋਟੀ ਵੇਚਣ ਵਾਲੇ ਵੀ ਬੜੇ ਬਦਮਾਸ਼ ਨੇ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਤੁਸੀਂ ਇੱਕ ਗੱਲ ਤਾਂ ਇਹ ਕਰੋ ਜਦ ਤੁਸੀਂ ਕੋਈ ਖਰੀਦੇ ਹੋ ਨਾ ਤੁਸੀਂ ਬਿੱਲ ਲਓ ਜਦ ਤੁਸੀਂ ਬਿੱਲ ਲੈਣੇ ਉਹ ਫਿਰ ਕੋਈ ਨਿਕਲ ਨਹੀਂ ਸਕਦਾ ਇਹਦੇ ਵਿੱਚ ਵੇਲੇ ਲੈ ਕੇ ਦੀ ਪੇਮੈਂਟ ਕਰੋ ਔਰ ਇਹਦੀ ਮੈਂ ਹੁਣ ਕਹਿੰਨਾ ਹੈ ਆਪਣੀ ਮਹਿਕਮੇ ਨੂੰ ਕਿ ਅਗਲੇ ਇਸ ਮਹੀਨੇ ਚ ਪੂਰੀ ਪੰਜਾਬ ਦੇ ਵਿੱਚ ਅਸੀਂ ਡਰਾਈਵ ਕਰਾਂਗੇ ਇੱਕ ਇੱਕ ਮਹਿਮ ਚਲਾਵਾਂਗੇ ਕਿ ਇਹ ਜਿਹੜੇ ਵੀ ਸਾਡੇ ਸਪਲਾਈਅਰ ਨੇ ਉਹਨਾਂ ਦੀ ਚੈੱਕ ਹੋਏਗੀ ਉਹਨਾਂ ਦੇ ਖਾਦ ਦੀ ਵੀ ਔਰ ਉਹਨਾਂ ਦੇ ਪੈਸਟਿਸਾਈਡ ਵੀ ਕੀੜੇ ਮਾਰ ਦਵਾਈਆਂ ਦੀ ਇੱਕ ਤੁਸੀਂ ਮੈਨੂੰ ਪੁੱਛਿਆ ਵਰਿੰਦਰ ਕੁਮਾਰ ਜੀ ਨੇ ਕਿ ਮੈਂ ਇੱਕ ਗੱਡੀ ਸੀਦੀ ਸੀ ਮੈਂ ਲੋਨ ਲੇਤਾ ਸੀਗਾ ਇਹਦੇ ਤੋਂ ਬੈਂਕ ਤੋਂ ਫਾਜ਼ਲ ਕਾ ਬੈਂਕ اے ਯੂ ਬੈਂਕ ਦਾ ਛੋਟਾ ਇੱਕ ਛੋਟਾ ਬੈਂਕ ਹੈ ਨੰਬਰ ਔਰ ਕਰਕੇ ਹੁਣ ਫਿਰ ਮੇਰੀ ਕਿਉਂਕਿ ਗੱਡੀ ਮੇਰੀ ਚੱਕ ਕੇ ਲੈ ਗਏ ਹੁਣ ਆ ਸਾਡੇ ਜਿਹੜਾ ਇਹ ਜਿਹੜਾ ਤੁਸੀਂ ਲੋਨ ਦਿੱਤਾ ਸੀਗਾ ਹਰਿਆਣੇ ਦੇ ਬੈਂਕ ਚ ਪੰਜਾਬ ਦਾ ਬੈਂਕ ਨਹੀਂ ਸੀ ਦੇ ਵਿੱਚੋਂ ਨਹੀਂ ਦਿੱਤਾ ਤੁਸੀਂ ਹਰਿਆਣੇ ਦਾ ਕੋਈ ਬੈਂਕ ਦਾ ਇਹਨਾਂ ਦਾ ਬੈਂਕ ਦਾ ਕੋਈ ਬ੍ਰਾਂਚ ਸੀਗਾ ਉਹਦੇ ਵਿੱਚ ਤੁਸੀਂ ਦਿੱਤਾ ਲੇਕਿਨ ਫਿਰ ਵੀ ਥੋੜੀ ਥੋੜੇ ਵਾਸਤੇ ਅਸੀਂ ਇਹ ਚੈੱਕ ਕਰਾਂਗੇ ਇਸ ਬੈਂਕ ਤੋਂ ਜਿਹੜੇ ਪੰਜਾਬ ਦੇ ਵਿੱਚ ਬ੍ਰਾਂਚਸ ਨੇ ਕਿ ਇਹਦੇ ਥੋੜਾ ਇਹਦਾ ਕਿਵੇਂ ਹੱਲ ਸੀ ਕਰ ਸਕੀ ਅ ਤੁਸੀਂ ਪੁੱਛਿਆ ਸੀ ਕਿ ਐਜੂਕੇਸ਼ਨ ਮਾਫੀਆ ਉਹ ਚੱਲ ਰਹੀ ਹੈ ਟੀਚਰ ਨੇ ਰਤਿੰਦਰ ਜੱਲੂ ਜੀ ਕਿ ਸਾਥੋਂ ਲੋਕਾਂ ਤੋਂ ਪੂਰਾ ਪੈਸਾ ਲੈਂਦੇ ਨੇ ਔਰ ਸਾਨੂੰ ਬੜੀ ਘੱਟ ਤਨਖਾਹ ਦਿੰਦੇ ਨੇ ਤੁਸੀਂ ਟੀਚਰ ਟੀਚ ਕਰਦੇ ਹੋ ਉੱਥੇ ਔਰ ਇਹ ਚੈਰੀਟੇਬਲ ٹرسٹ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ ਸੈਂਟਰਲ ਗਵਰਨਮੈਂਟ ٹرسٹ ਪਤਾ ਨਹੀਂ ਕਿ ਕਿ ਸਿਸਟਮ ਹੈ ਚਾਹੇ ਚੈਰੀਟੇਬਲ ٹرسٹ ਹੈ ਚਾਹੇ ਹੈ ਸੈਂਟਰਲ ਗਵਰਨ ਕੋਈ ਹੋਰ ਕਿਸਮ ਦਾ ٹرسٹ ਜਾਂ ਕੋਈ ਹੋਰ ਕਿਸਮ ਦਾ ਇਹਨਾਂ ਦੀ ਕੋਈ ਬਣਾਈ ਹੋਣੀ ਹੈ ਕੰਪਨੀ ਕੰਪਨੀ ਮੈਨੂੰ ਨਹੀਂ ਪਤਾ ਲੇਕਿਨ ਕਿਸੇ ਨੂੰ ਇਹ ਇਹ ਨਹੀਂ ਅਧਕਾਰ ਕਿ ਤੁਹਾਡਾ ਅਗਰ ਰੱਖਿਆ ਹੋਇਆ ਕਿ ਟੀਚਰ ਨੂੰ ਮਿਲੂਗਾ 10000 ਆ ਤੁਹਾਨੂੰ ਦਿੰਦੇ ਨੇ 5000 ਇਹ ਤਾਂ ਬਿਲਕੁਲ ਇੱਕ ਠੱਗੀ ਹੈ ਔਰ ਇਹ ਨਹੀਂ ਅਸੀਂ ਹੋਣ ਦੇਣੀ ਇਹ ਦੇ ਵਾਸਤੇ ਇੱਕ ਟ੍ਰਿਬਿਊਨਲ ਸਪੈਸ਼ਲ ਟ੍ਰਾਈਬਿਊਨਲ ਬਣਿਆ ਹੋਇਆ ਤੁਸੀਂ ਆਪਣੀ ਕੰਪਲੇਂਟ ਲੈ ਕੇ ਉੱਥੇ ਜਾਓ ਇਹ ਹੈ ਸੈਕਟਰ 66 ਵਿੱਚ ਮੁਹਾਲੀ ਦੇ ਵਿੱਚ ਉੱਥੇ ਫੋਰੈਸਟ ਕੰਪਲੈਕਸ ਬਿਲਡਿੰਗ ਹੈ ਉਹਦੇ ਵਿੱਚ ਸਾਡੇ ਟ੍ਰਾਈਬਿਊਨਲ ਦੇ ਹੈੱਡ ਜਿਹੜੇ ਨੇ ਜਸਟਿਸ ਇੰਦਰਜੀਤ ਸਿੰਘ ਇਹ ਰਿਟਾਇਰਡ ਨੇ ਹਾਈ ਕੋਰਟ ਦੇ ਇਹ ਤੁਹਾਡੀ ਗੱਲ ਸੁਣਨਗੇ ਔਰ ਤੁਹਾਡਾ ਇਹ ਹੱਲ ਕਰਨਗੇ ਇਹ ਤੁਸੀਂ ਪੁਛਰ ਕਰ ਮਿੰਦਰਪਾਲ ਜੀ ਕਿ ਐਸਬੀਐਸ ਨਗਰ ਵਿੱਚ ਇੱਕ ਐਲੀਵੇਟਿਡ ਬ੍ਰਿਜ ਹੈ ਜਿਹੜਾ ਬੜੀ ਦੇਰ ਤੋਂ ਪੈਂਡਿੰਗ 300 ਮੀਟਰ ਦੇ ਕਰੀਬ ਪੈਂਡਿੰਗ ਪਿਆ ਹੈ ਉਸ ਨੂੰ ਕਦੋਂ ਇਹਨੂੰ ਖਤਮ ਕੀਤਾ ਜਾਊਗਾ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਐਨ ਇੱਕ 347 ਇਹ ਬੰਗਾਲ ਦੇ ਵਿੱਚ ਦੀ ਗੱਲ ਹੈ ਇਹ ਅਨਾਉਂਸ ਹੋ ਗਿਆ ਸੀ 27 ਜੁਲਾਈ ਨੂੰ ਇਹਦੇ ਪੈਸੇ ਹੁਣ ਪੂਰੇ ਆਗੇ ਨੇ ਸਭ ਕੁਝ ਤਿਆਰ ਪਿਆ ਹੈ ਔਰ ਅਸੀਂ ਪੇਮੈਂਟ 31 ਅਗਸਤਾ ਕੇ ਸ਼ੁਰੂਆਤ ਹੋ ਰਹੀ ਹੋਣੀ ਚਾਹੀਦੀ ਹੈ ਬੜੰਦੀ ਔਰ ਮੈਂ ਸਮਝ ਹੈ ਕਿ 15 ਸਪਟੈਂਬਰ ਤੋਂ ਪਹਿਲਾਂ ਇਹ ਸਾਰਾ ਫੁੱਲ ਸਵਿੰਗ ਬਿਚੋ ਜਾਣਾ ਹੈ ਔਰ ਜਲਦੀ ਇਹ ਬਣ ਜਾਣਾ ਹੈ ਲੇਕਿਨ 31 ਅਗਸਤ ਤੱਕ ਪੈਸੇ ਸਾਰੇ ਪਹੁੰਚਾਣੇ ਨੇ ਇਹਦੇ ਵਾਸਤੇ ਔਰ ਸਾਰਾ ਮਟੀਰੀਅਲ ਵਗੈਰਾ ਇੱਕ ਇਹ ਹੈ ਪਿੰਡ ਇਹ ਪ੍ਰਿੰਸਪਾਲ ਜੀ ਪੁੱਛਨੇ ਗੁਰਦਾਸ ਪੁੱਤ ਉਹ ਤੁਸੀਂ ਕਿਹਾ ਕਿ ਸਾਡੇ ਪਿੰਡ ਦੇ ਪਾਣੀ ਦਾ ਮਸਲਾ ਹੈ ਔਰ ਸਾਡੇ ਸਪਲਾਈ ਕੱਟੀ ਗਈ ਇਹ ਦੇਤੇ ਤੁਸੀਂ ਦੋਨੋਂ ਥੋੜੇ ਜਿਹੜੇ ਪਿੰਡ ਸੇ ਨਾ ਥੋੜੇ ਦੋਨੋਂ ਨਾਲ ਦੇ ਪਿੰਡ ਦੋਨਾਂ ਨੇ ਇੱਕ ਜੁੜੀ ਹੋਈ ਇੱਕ ਸਕੀਮ ਸੀ ਹੁਣ ਫਿਰ ਇਹ ਤੁਹਾਡੀ ਮੀਟਰ ਵਗੈਰਾ ਤੁਹਾਡੇ ਮੋਟਰ ਵਗੈਰਾ ਖਰਾਬ ਹੋ ਗਏ ਔਰ ਦੋਨ ਇੱਕ ਇੱਕ ਪਿੰਡ ਕਹਿੰਦਾ ਮੈਂ ਨਹੀਂ ਇਹਦੇ ਪਾਣੇ ਪੈਂਦੇ ਦੂਜਾ ਕਹਿੰਦਾ ਮੈਂ ਨਹੀਂ ਪੈਸੇ ਪਾਉਣੇ ਫਿਰ ਇਹ ਚਾਲੂ ਨਹੀਂ ਹੋ ਰਹੀ ਸੀ ਕਿਉਂਕਿ ਥੋੜੇ ਆਪਸ ਦਾ ਝਗੜਾ ਸੀ ਉਹ ਹੁਣ ਮੈਂ ਡਿਪਟੀ ਕਮਿਸ਼ਨਰ ਨੂੰ ਕਹਿਤਾ ਕਿ ਇਹ ਚੱਲਦੇ ਥੋੜੇ ਬਾਅਦ ਸਦ ਸੋਚਦੇ ਰਹਿਣਗੇ ਇਹ ਕੱਲ ਤੋਂ ਅਸੀਂ ਪਾਣੀ ਥੋੜਾ ਚਲਾਉਂ ਰਾਜੀਤ ਮੱਛੰਡਾ ਜੀ ਤੁਸੀਂ ਕਹਿ ਰਹੇ ਹੋ ਕਿ ਐਸਐਡੀ ਧਰਨੇ ਵਗੈਰਾ ਕਰ ਰਹੀ ਹੈ ਸਾਰੇ ਕਿਤੇ ਐਲਕੋਹੋਲਿਕ ਇਲੀਸਿਟ ਬਿਜ਼ਨਸ ਤੇ ਵਾਈ ਯੂ ਨੋਟ ਟੇਕਿੰਗ ਐਕਸ਼ਨ ਅਗੇਂਸ ਸੱਚ ਪੀਪਲ ਕੋਈ ਵੀ ਗੱਲ ਹੁੰਦੀ ਹੈ ਕੋਈ ਨਾ ਕੋਈ ਇਹਨਾਂ ਨੂੰ ਮੁੱਦਾ ਚਾਹੀਦਾ ਹੈ ਰੌਣਾ ਪਾਉਣ ਵਾਸਤੇ ਰੋਤ ਤੁਸੀਂ ਦੇਖਦੇ ਨਹੀਂ ਆਪਣੇ ਸ਼ੋਅ ਤੇ ਇਹਦੇ ਵਿੱਚ ਜਿਹੜੇ ਫੇਸਬੁੱਕ ਆਉਂਦੇ ਨੇ ਜਾਂ ਆਪਣੇ ਟੈਲੀਵਿਜ਼ਨ ਦੇ ਉੱਪਰ ਐਸੇ ਹੀ ਫਜ਼ੂਲੇ ਜਾ ਕੇ ਇਥੇ ਰੌਣਾ ਪਾਉਣ ਲੱਗ ਜਾਂਦੇ ਇਹਨਾਂ ਨੂੰ ਪਤਾ ਕੀ ਹੈ ਇਨਵੈਸਟੀਗੇਸ਼ਨ ਕਿੰਨੀ ਹੋਈ ਹੈ ਕਿੰਨੇ ਬੰਦੇ ਪਕੜੇ ਗਏ ਇਹ ਹੋਇਆ ਸੀ ਕੰਮ ਸ਼ੁਰੂ ਜਦੋਂ 22 ਮਾਰਚ ਨੂੰ ਲਾਕਡਾਊਨ ਹੋ ਗਿਆ ਸੀ ਸ਼ਰਾਬ ਦੀਆਂ ਫੈਕਟਰੀਆਂ ਬੰਦ ਹੋ ਗਿਆ ਸੀ ਤੁਹਾਡੇ L1 L2 ਸਾਰੇ ਬੰਦ ਹੋ ਗਏ ਸੀ। ਔਰ ਉਦੋਂ ਜਿਹੜੇ ਪੀਣ ਵਾਲੇ ਸੇ ਗਰੀਬ ਉਹ ਫਿਰ ਆਪਣੀ ਲਾਹਣ ਵਗੈਰਾ ਆਪਣੀ ਕਢਣ ਲੱਗੇ ਸੇ ਉੱਥੋਂ। ਔਰ ਉਹ ਚੀਜ਼ ਫੇ ਬੱਦੀ ਗਈ ਬੱਦੀ ਗਈ ਔਰ ਅਸੀਂ ਫਿਰ ਉਹਦੇ ਤੇ ਐਸਾ ਠੱਪਾ ਮਾਰਿਆ ਬਹੁਤ ਲੋਕ ਅਸੀਂ ਪੰਜਾਬ ਦੇ ਵਿੱਚ ਫੜੇ ਨੇ। ਲੇਕਿਨ ਇੱਥੇ ਇੱਕ ਬੰਦਾ ਸੀ ਜੀਨੇ ਆਪਣੇ ਮੋਗੇ ਤੋਂ ਬਣਵਾ ਕੇ ਇੱਥੇ ਆਪਣੇ ਮਾਗੇ ਦੇ ਏਰੀਆ 'ਚ ਇੱਥੇ ਨੁਕਸਾਨ ਕਰਦਾ ਗੁਰਦਾਸਪੁਰ ਵਿੱਚ ਵੀ ਅੰਮ੍ਰਿਤਸਰ ਵਿੱਚ ਵੀ ਔਰ ਜਾਦਤਰ ਆਪਣੇ ਤਨਤਾਰ ਵਿੱਚ ਵੀ ਇਹਦਾ ਮਤਲਬ ਇਹ ਨਹੀਂ ਕਿ ਅਗਰ ਅਕਾਲੀ ਦਲ ਕਹਿੰਦਾ ਹੈ ਕਿ ਤੁਸੀਂ ਐਕਸ਼ਨ ਨਹੀਂ ਲੈਂਦੇ ਕਿਸੇ ਦੇ ਖਿਲਾਫ ਕੌਂਟ ਨਹੀਂ ਲੈਂਦਾ ਉਹਨਾਂ ਨੂੰ ਕੀ ਪਤਾ ਹੈ ਕਿ ਕਿਹਨੂੰ ਅਸੀਂ ਫੜਿਆ ਕਿਹਨੂੰ ਨਹੀਂ ਫੜਿਆ ਉਹ ਤਾਂ ਸਿਰਫ ਤੁਹਾਨੂੰ ਸਮਝਾਉਣਾ ਸੁਣਾਉਣਾ ਚਾਹੁੰਦੇ ਨੇ ਕਿ ਕਾਂਗਰਸ ਨਹੀਂ ਕਰ ਰਹੀ ਕੁਝ ਇਹ ਗਲਤ ਬਾਤ ਹੈ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਚਾਹੇ ਬਚਾੜਾ ਹੋਵੇ ਚਾਹੇ ਅਫਸਰ ਹੋਵੇ ਚਾਹੇ ਕੋਈ ਵੀ ਹੋਵੇ ਕੋਈ ਨਹੀਂ ਇਹਦੇ ਪੱਖਿਆ ਜਾਊਗਾ ਮੈਂ ਕਈ ਵਾਰ ਕਹਿ ਚੁੱਕੇ ਹਾਂ ਔਰ ਇਹੀ ਗੱਲ ਹੋ ਅਸੀਂ ਹੋ ਰਹੀ ਹੈ ਅਸੀਂ ਬਹੁਤ ਲੋਗ ਅਸੀਂ ਫੜ ਚੁੱਕੇ ਉਹਨਾਂ ਨੂੰ ਔਰ ਅਸੀਂ ਅੱਗੇ ਨੂੰ ਇਸ ਇਸ ਦੇ ਇਹਦੇ ਵਿੱਚ ਔਰ ਪਤਾ ਨਹੀਂ ਕਿੰਨੇ ਲੱਖਾਂ ਲੀਟਰ ਅਸੀਂ ਇਹ ਲਾਹਣ ਵਗੈਰਾ ਲੈ ਚੁੱਕੇ ਆ ਇਹ ਕੋਈ ਸਾਨੂੰ ਇਹ ਗੱਲ ਇਹ ਬਿਲਕੁਲ ਨਾ ਤੁਸੀਂ ਸਮਝੋ ਕਿ ਕੋਈ ਆਪੋਜੀਸ਼ਨ ਕਹ ਦੇ ਤੁਸੀਂ ਮੰਨ ਨੋ ਇਹ ਗੱਲ ਇਹ ਨਹੀਂ ਹੈ ਸਹੀ ਗੱਲ ਮਨਦੀਪ ਜੀ ਤੁਸੀਂ ਪੁੱਛ ਰਹੇ ਹੋ ਹੁਸ਼ਿਆਰਪੁਰ ਤੋਂ ਮਨਜੀਪ ਸਿੰਘ ਕਿ ਕਾਲਜ ਦੇ ਬੱਚਿਆਂ ਨੂੰ ਵੀ ਇਹ 스마트ਫੋਨ ਮਿਲਣਗੇ ਜਰੂਰ ਮਿਲਣਗੇ ਅਸੀਂ ਸਾਰਿਆਂ ਨੂੰ ਇਸ ਫੇਸ ਆਊਟ ਕਰ ਰਹੇ ਹਾਂ ਜਦੋਂ ਐਨੇ ਲੋਕਾਂ ਨੇ ਸਾਥੋ ਟੈਲੀਫੋਨ ਮੰਗੇ ਨੇ ਇਕੱਠੇ ਇੱਕ ਦਿਨ ਅਸੀਂ ਨਹੀਂ ਦੇ ਸਕਦੇ ਇੱਕ ਨੂੰ ਤਾਂ ਅਸੀਂ ਪਹਿਲਾਂ ਕਿਹਾ ਸੀ 12ਵੀਂ ਜਮਾਤ ਨੂੰ ਫਿਰ 11ਵੀਂ ਜਮਾਤ ਨੂੰ ਕਰਕੇ ਅਸੀਂ ਜਰੂਰ ਕਾਲਜ ਸਟੂਡੈਂਟਸ ਨੂੰ ਦੇਵਾਂਗੇ ਤੇ ਸਾਡੇ ਹੋਰ ਤੁਸੀਂ ਮੰਗੇ ਆਂ ਔਰ ਥੋੜੇ ਜਿੱਥੇ ਮਦਦ ਹੋ ਸਕਦੀ ਹੈ ਅਸੀਂ ਜਰੂਰ ਕਰਾਂਗੇ ਤੁਹਾਡੀ ਐਜੂਕੇਸ਼ਨ ਵਾਸਤੇ ਮਨੀ ਗੱਲ ਜੀ ਕੋ ਫਾਊਂਡਰ ਆਫ ਰੈਡੀਓ ਮੋਟਿਵ ਸਟਾਰਟਅੱਪਸ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵੱਡੇ ਇੰਡਸਟਰੀਅਲ ਇਨਸਟਾਂ ਨਾਲ ਮੀਟਿੰਗ ਕੀਤੀ ਹੈ ਔਰ ਉਹ ਡਿਸਕਸ਼ਨ ਸਾਨੂੰ ਅਚ ਜਿਹੜੇ अर्ली ਸਟੇਜ ਸਟਾਰਟਅੱਪਸ ਨੇ ਉਹਦੀ ਵੀ ਮੀਟਿੰਗ ਤੁਸੀਂ ਪਲੀਜ਼ ਕਰੋ ਜਰੂਰ ਕਰਾਂਗੇ ਆਲ ਇਨਫੋਰਮੈਂਸ ਇੰਡਸਟਰੀ ਡਿਪਾਰਟਮੈਂਟ ਨੂੰ ਕਹ ਦੂੰਗਾ ਕਿ ਅਸੀਂ ਤੁਹਾਡੇ ਨਾਲ ਬਹਿ ਕੇ ਤੁਹਾਡੇ ਨਾਲ ਜਿਹੜੀ ਇਹ ਜਿਵੇਂ ਉਹਨਾਂ ਨਾਲ ਕੀਤੀ ਸੀ ਤੁਹਾਡੇ ਸਟਾਰਟਅੱਪਸ ਨਾਲ ਅਸੀਂ ਗੱਲ ਕਰਾਂਗੇ ਔਰ ਦੇਖਾਂਗੇ ਕਿ ਅਸੀਂ ਤੁਹਾਡੀ ਹੈਲਪ ਹੋ ਸਕਦੀ ਹੈ ਲੁਧਿਆਣੇ ਦੇ ਕਈ ਸੋਸ਼ਲ ਕਲਚਰਲ ਤੇ ਹੋਰ ਕ੍ਰੀਏਟਿਵ ਫੀਲ ਕਹਿੰਦੇ ਹੋ ਤੁਸੀਂ ਤੁਸੀਂ ਸਾਰੇ ਇਕੱਠੇ ਹੋ ਕੇ ਆਪਣੇ ਫੌਜੀਆਂ ਵਾਸਤੇ ਆਰਮੀ ਵੈਟਰਨਸ ਵਾਸਤੇ ਆਪਣਾ ਕਾਰਵਾ ਦਾ ਇੱਕ ਗੀਤ ਬਣਾਇਆ ਏ ਟੂ ਦਿਸ ਤੁਸੀਂ ਕਹੇ ਆਪਣੇ ਆਰਮੀ ਵੈਟਰਨਸ ਦੇ ਵਾਸਤੇ ਤੁਸੀਂ ਕੀਤਾ ਹੈ ਔਰ ਇਹ ਬੜੀ ਅੱਛੀ ਤਰ੍ਹਾਂ ਬਣ ਰਿਹਾ ਤੁਸੀਂ ਕੁਛ ਇਹਦੇ ਬਾਰੇ ਬੋਲੋ ਇਹ ਸ਼੍ਰੀਸ਼ੀ ਜੀ ਨੂੰ ਸਤਿ ਸ਼੍ਰੀ ਅਕਾਲ ਬੇਟਾ ਗੱਲ ਇਹ ਹੈ ਕਿ ਫੌਜੀਆਂ ਦੀ ਜ਼ਿੰਦਗੀ ਬੜੀ ਔਖੀ ਹੁੰਦੀ ਹੈ ਔਰ ਕਈ ਕਈ ਵਾਰ ਤੁਸੀਂ ਦੇਖੋ ਜਿਵੇਂ ਸਿਆਚਨ ਜੈਸੀ ਜਗ੍ਹਾ ਹੈ ਇਸ ਵੇਲੇ ਬਾਹਰ ਤੁਸੀਂ ਜਦ ਨਿਕਲਦੇ ਹੋ ਆਪਣੇ ਮੋਰਚਿਆਂ ਦੇ ਵਿੱਚੋਂ ਜਿੱਥੇ ਫੜੇ ਬਣਾਏ ਹੋਏ ਨੇ ਬੜੀ ਠੰਡ ਹੁੰਦੀ ਉਹ ਤੁਹਾਨੂੰ ਪਤਾ ਕਿੰਨੀ ਤੱਕ ਜਾਂਦੀ ਹੈ ਮਾਈਨਸ 40 ਡਿਗਰੀ ਸੈਂਟੀਗ੍ਰੇਡ ਤੱਕ ਚਲੀ ਜਾਂਦੀ ਹੈ ਆਪਣੇ ਰਾਈਫਲ ਨੂੰ ਤੁਸੀਂ ਹੱਥ 'ਚ ਨਹੀਂ ਲਾ ਸਕਦੇ ਤੁਸੀਂ ਹੱਥ ਲਾਓ ਇਹ ਐ ਚੱਕੋ ਔਰ ਥੋੜਾ ਚਿਲਕਾ ਚਿਲਕਾ ਉਤਾਰ ਦਿੰਦਾ ਸਰ ਤਾਂ ਇਹਦੇ ਵਿੱਚ ਇਹ ਉਥੇ ساری ਜ਼ਿੰਦਗੀਆਂ ਆਪਣੀ گزارਦੇ ਨੇ ਉਥੇ ਰੇਗਿਸਤਾਨ ਦੇ ਵਿੱਚ ਨਾਗਾ ਲੈਂਡ ਦੇ ਜੰਗਲਾਂ ਚ ਹੋਰ ਪਾਕਿਸਤਾਨ ਦੇ ਸਾਹਮਣੇ ਪਹਾੜੀਆਂ ਚ ਚੀਨ ਦੇ ਨਾਲ ਲਿਪਤੇ ਫਿਰਦੇ ਨੇ ਉਥੇ ਤੋਂ ਇਹ ਕਦੇ ਕੁਝ ਮੰਗਦੇ ਨਹੀਂ ਉਥੋਂ ਤੋਂ ਇਹ ਹਰ ਵੇਲੇ ਦਿੰਦੇ ਨੇ ਫੌਜੀ ਜਿਹੜੇ ਹੁੰਦੇ ਨੇ ਨਾ ਉਹ ਆਪਣੀ ਡਿਊਟੀ ਕਰਦੇ ਨੇ ਤਾਂ ਕਿ ਤੁਸੀਂ ਸੁਰੱਖਿਤ ਰਹਸਕੋ। ਤੇ ਇਹਨਾਂ ਦਾ ਜਿਹੜਾ ਤੁਸੀਂ ਆ ਕਰ ਰਹੇ ਹੋ ਕਿ ਜਿਹੜਾ ਤੁਸੀਂ ਉਹਨਾਂ ਦੇ ਵਾਸਤੇ ਗੀਤ ਬਣਾਇਆ ਮੈਂ ਬਹੁਤ ਧੰਗਵਾਦੀਆਂ ਤੁਹਾਡਾ। ਮੈਂ ਵੀ ਫੌਜ ਦੇ ਵਿੱਚ ਰਿਹਾ 10 ਸਾਲ। ਤੋਂ ਮੈਨੂੰ ਪਤਾ ਹੈ ਉੱਥੇ ਕਿਉਂਕਿ ਮੈਂ ਵੀ ਚੀਨ ਦੀ ਵਿੱਚ ਰਿਹਾ। ਔਰ ਮੈਂ ਆਪ ਦੇਖਿਆ ਕਿ ਕੀ ਉੱਥੇ ਗੱਲ ਹੁੰਦੀ। ਅਸੀਂ ਪੱਗ ਦੇ ਉੱਪਰੋਂ ਬੈਲ ਕਲਾਬ ਆਪ ਕੇਚ ਲੈਂਦੇ ਸੀ। ਅੱਖਾਂ ਦੇ ਉੱਪਰ ਗੋਗਲ ਲਾ ਲੈਂਦੇ ਸੀ। ਔਰ ਜਿੱਥੇ ਤੁਸੀਂ ਤੁਹਾਡਾ ਸਾਉਂਡ ਅਸੀਂ ਨਾਕਤਰੀ ਦੇ ਮੂਹਰੇ ਸਾਹਮਣੇ ਬਾਹਰਲੇ ਪਾਸੇ ਜਿਹਾ ਸੀ ਆਈਸਿਕਲਸ ਨੇ ਬਰਫ਼ ਜਮੀ ਹੁੰਦੀ ਸੀਗੀ ਹੱਥ ਥੋੜੇ ਠਰ ਜਾਂਦੇ ਸੀ ਬੜੇ ਮੋٹے ਗਲਵਜ਼ ਹੁੰਦੇ ਸੀ ਰਾਈਫਲ ਨੂੰ ਹੱਥ ਨਹੀਂ ਲੱਗਦਾ ਸੀ ਤੇ ਇਹ ਜਿਹਾ ਜ਼ਮਾਨਾ ਹੈ ਪਰ ਖੂਬ ਬੜੀ ਖੁਸ਼ੀ ਨਾਲ ਸਾਰੇ ਜਾਣਦੇ ਨੇ ਜਿਹੜਾ ਜਾਂਦਾ ਹੈ ਫੌਜ ਵਿੱਚ ਸਾਡੀ ਉਹ ਫੌਜ ਨਹੀਂ ਹੈ ਜੋ ਜਿਵੇਂ ਹੁਣ ਚੀਨ ਦੇ ਵਿੱਚ ਚੀਨ ਦੇ ਵਿੱਚ 60% ਫੌਜ ਇਹ ਕਨਸਕ੍ਰਿਪਸ਼ਨ ਦੀ ਹੈ ਉਹਨਾਂ ਨੂੰ ਚਾਹੇ ਉਹਨਾਂ ਨੂੰ ਪਸੰਦ ਹੈ ਫੌਜ 'ਚ ਰਹਿਣਾ ਜਾਂ ਨਹੀਂ ਉਹਨਾਂ ਨੂੰ ਵਿੱਚ ਪਾਉਂਦੇ ਨੇ ਟ੍ਰੇਨਿੰਗ ਉਹਨਾਂ ਨੂੰ ਦਿੰਦੇ ਨੇ 2 ਸਾਲ ਵਾਸਤੇ ਰੱਖਦੇ ਨੇ 6 ਮਹੀਨੇ ਦੀ ਟ੍ਰੇਨਿੰਗ ਹੁੰਦੀ ਹੈ ਬਾਕੀ ਆਪਣੇ ਉੱਤੇ ਸਰਵਿਸ ਸਾਡੀ ਇੱਕ ਪ੍ਰੋਫੈਸ਼ਨਲ ਆਰਮੀ ਹੈ ਸਾਰੇ ਬੰਦੇ ਆਪਣੇ ਦਿਨੋਂ ਜਾਂਦੇ ਨੇ ਉੱਥੇ ਦਿਲ ਨਾਲ ਹੌਣੇ ਨੇ ਇੱਥੇ ਕਦੇ-ਕਦੇ ਜਦੋਂ ਤੁਸੀਂ ਦੇਖੋ ਜਦੋਂ ਹੁੰਦੇ ਨੇ ਆਪਣੇ ਰਿਕਰੂਟਮੈਂਟ ਡਰਾਈਵ ਚੱਲਦੀ ਹੈ ਰੱਖਨੇ ਨੇ 200 ਬੰਦੇ ਆ ਜਾਂਦੇ ਨੇ 20000 ਆਪਣੇ ਭਰਤੀ ਹੋਣ ਵਾਸਤੇ ਤੋਂ ਸਾਡੇ ਤਾਂ ਦਿਲੋਂ ਦਿਲੋਂ ਸੇਵਾਏ ਦੇਸ਼ ਦੀ ਔਰ ਤੁਸੀਂ ਜਿਹੜਾ ਇਹ ਬਣਾਇਆ ਇਹ ਮੈਨੂੰ ਬੜੀ ਖੁਸ਼ੀ ਹੈ ਔਰ ਮੈਂ ਆਸ ਕਰਦਾ ਕਿ ਸਾਰੇ ਫੌਜੀ ਉਹ legit ਹੀ ਹੈ ਥੋੜਾ ਜਿਹਾ ਗੀਤ ਹੈ ਜਰੂਰ ਥੋੜਾ ਸੁਣਨਗੇ ਔਰ ਥੋੜਾ ਉਹਨਾਂ ਵੱਲੋਂ ਮੈਂ ਤੁਹਾਡਾ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਆ ਕਸ਼ਟ ਕਰ ਰਹੇ ਆ ਅ ਫਿਰ ਤੇਜ ਸਿੰਘ ਸ਼ੇਰ ਸਿੰਘ ਰੰਧਾਵਾ ਜੀ ਤਾਂ ਤਾਂ ਪੁੱਛਨੇ ਨੇ ਸਕਿੱਲ ਸੈਂਟਰ ਕਦੋਂ ਨਹੀਂ ਓਪਨ ਹੋਣਗੇ ਲੇਖੋ ਬੇਟਾ ਕਈ ਗੱਲਾਂ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਇਹ ਨੈਸ਼ਨਲ ਡਿਜ਼ਾਸਟਰ ਹੈ ਇਹ ਪੰਜਾਬ ਦਾ ਡਿਜ਼ਾਸਟਰ ਨਹੀਂ ਕਿ ਅਸੀਂ ਕੋਈ ਫੈਸਲਾ ਕਰ ਸਕੀਏ ਇਹ ਗਵਰਨਮੈਂਟ ਆਫ ਇੰਡੀਆ ਦਾਸਤੀ ਹੈ ਕਿ ਕੀ ਹੋ ਸਕਦਾ ਕੀ ਨਹੀਂ ਅਸੀਂ ਜ਼ਰੂਰਾਂ ਨੂੰ ਲਿਖਿਆ ਸੀ ਕਿ ਬੱਚੇ ਚਾਹੁੰਦੇ ਨੇ ਕਿ ਜਿਮ ਖੋਲਣ ਤੇ ਜਿਮ ਦਾ ਉਹਨਾਂ ਨੇ ਜ਼ਾਸ ਦੇ ਕੇ ਕੋਈ ਗਾਈਡਲਾਈਨਸ ਦੇ ਦਿੱਤੀਆਂ ਚੱਲਣ ਵਾਸਤੇ ਹਾਲੇ ਇਹ ਜਿਹੜੇ ਆਪਣੇ ਕੋਚਿੰਗ ਸੈਂਟਰਸ ਨੇ ਜਾਂ ਤੁਹਾਡੇ ਐਥੇ ਸਕਿੱਲ ਸੈਂਟਰਸ ਨੇ ਇਹਦੇ ਵਾਸਤੇ ਉਹਨਾਂ ਨੇ ਜ਼ਾਸ ਨਹੀਂ ਦਿੱਤੀ ਅਗਲਾ ਉਹਨਾਂ ਨੇ ਇਸ ਮਹੀਨੇ ਦੇਖੀ ਤਾਂ ਜਿਹੜਾ ਨਵੀਂ ਗਾਈਡਲਾਈਨਸ ਆਉਣ ਗਿਆ ਅਸੀਂ ਉਹਨਾਂ ਨੂੰ ਲਿਖਤਾਵਾਂਗੇ ਲਿਖ ਕੇ ਪੁੱਛਾਂਗੇ ਕਿ ਇਹਦੇ ਵਿੱਚ ਬੱਚੇ ਉਹ ਜਾਣਾ ਚਾਹੁੰਦੇ ਨੇ ਸਕਿੱਲ ਸੈਂਟਰਸ ਦੇ ਵਿੱਚ ਉਹਦਾ ਵੀ ਕੁਝ ਪ੍ਰਬੰਧ ਆਜ਼ਾਦ ਦੇ ਇਨਸਾਨ ਇਹ ਮੈਂ ਲਿਖੂਗਾ اور ਆਈ ਹੋਪ ਕਿ ਇਸ ਮੇਨੇ ਵੀ ਕਿ ਤੱਕਾ ਤੇ ਇੱਕ মিডিਆ ਰਿਪੋਰਟਸ ਦੇ ਤਾਬਿਕ ਕਿਸੇ ਨੇ ਨਾਂ ਨਹੀਂ ਅਪਣਾ ਦਿੱਤਾ ਇਹਨਾਂ ਪੁੱਛਿਆ ਕਿ 51 ਬੰਦੇ ਸਾਡੇ ਵਾਲੇ ਅਵੈਂਡਨ ਲਿਬਨਨ ਦੇ ਵਿੱਚ ਇੱਕ ਲੜਾਈ ਹੋ ਰਹੀ ਹੈ ਨਾ ਉੱਥੇ ਤੇ ਇਹਨਾਂ ਨੂੰ ਕਿਵੇਂ ਆ ਸਕਣ ਸਿਸਟਮ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਕੌਂਸੂਲੇਟ ਕੋਲ ਜਾਓ ਸਾਡਾ ਇੰਡੀਅਨ ਕੌਂਸੂਲੇਟ ਹੋਏਗਾ ਉੱਥੇ ਔਰ ਉਹ ਉਹ ਆਪਣੇ ਜਿਹੜੇ ਜਹਾਜ਼ ਆਉਂਦੇ ਨੇ ਉਹ ਤੋਂ ਕੋਸ਼ਿਸ਼ ਕਰਨਗੇ ਤੁਨ ਉੱਤੇ ਕਢੰਦੀ ਮੈਂ ਵੀ ਕੋਸ਼ਿਸ਼ ਕਰਾਂਗਾ ਮੈਂ ਲਿਖਾਂਗਾ ਟੂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤਾਂ ਕਿ ਸਾਡੇ ਕੌਂਸਲਟ ਨੋਟ ਉੱਤੇ ਦੱਸਣ ਕਿ ਆ ਕੌਣ ਜਿਹੜੇ ਬੰਦੇ ਨੇ ਸਾਡੇ ਉੱਤੇ ਫਸੇ ਹੋਏ ਉਹਨਾਂ ਨੂੰ ਕਢਾਉਣ ਦੀ ਪੂਰੀ ਕੋਸ਼ਿਸ਼ ਕਰੇ ਦਿਲਪ੍ਰੀਤ ਸਿੰਘ ਪਟਿਆਰੇ ਤੋਂ ਕਹਿੰਦੇ ਨੇ ਕਿ ਅੱਜ ਖ਼ਬਰਾਂ ਚ ਆਇਆ ਹੈ ਕਿ ਮੌਨਟੇਕ ਸਿੰਘ ਹਲਵਾਲੀਆਂ ਦੀ ਰეკਮੈਂਡੇਸ਼ਨ ਤੇ ਇਹ ਹੈ ਕਿ ਜਿਹੜੀ ਮੁਫਤੀ ਬਿਜਲੀ ਦਿੰਦੇ ਆ ਟਿਊਬਵੈਲਾਂ ਨੂੰ ਉਹ ਬੰਦ ਕੀਤੀ ਜਾਵੇ ਇਹ ਪਲੀਜ਼ ਨਾ ਇਹਦਾ ਕੰਮ ਕੁਝ ਕਰੋ ਆ ਰਿਪੋਰਟ ਹਲਵਾਲੀਆਂ ਦੀ ਪਹਿਲੀ ਰਿਪੋਰਟ ਜੋ ਸਾਡੇ ਕੋਲ ਆਈ ਹੈ ਔਰ ਇਹ ਤਾਂ ਹਾਲੇ ਸ਼ੁਰੂਆਤ ਹੈ ਇਹਨੇ ਜਾਣਿਆ ਦਸੰਬਰ ਤੱਕ ਜਿਹੜੀ ਫਾਈਨਲ ਰਿਪੋਰਟ ਉਹ ਦਵਾਏਗੀ ਇਹ ਤਾਂ ਸਿਰਫ ਇਹਨਾਂ ਨੇ ਸ਼ੁਰੂ ਕੀਤਾ ਹੈ ਸਾਨੂੰ ਸਾਰਾ ਕੁਝ ਭੇਜਣਾ ਤਾਂ ਕਿ ਅਸੀਂ ਵੀ ਆਪਣਾ ਕੰਮ ਕਰ ਸਕੀਏ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੈਨੀਫੈਸਟੋ ਵਿੱਚ ਵੀ ਮੈਂ ਕਹਿ ਸੀ ਔਰ ਸਦਾ ਹੀ ਅਸੀਂ ਸਾਡਾ ਸਟੈਂਡ ਕਾਂਗਰਸ ਪਾਰਟੀ ਦਾ ਰਿਹਾ ਹੈ ਕਿ ਜਿਹੜੀ ਪਾਵਰ ਮਿਲ ਰਹੀ ਹੈ ਟਿਊਬਵੈਲ ਨੂੰ ਉਹ ਕਦੀ ਵੀ ਬੰਦ ਨਹੀਂ ਕੀਤੀ ਜਾਵੇਗੀ ਔਰ ਇਹ ਠੀਕ ਹੈ ਇਹ ਜਿਹੜੇ ਮਹਾਰਨੇ ਇਹ ਆਪਣੇ ਆਪਣੇ ਥੀਵਿਊਜ਼ ਦੇਣਗੇ ਸਾਨੂੰ ਉਹ ਫਿਰ ਕੈਬਨਟ ਦੇਖੇਗੀ ਔਰ ਉਹ ਕੈਬਨਟ ਦੇ ਵਿੱਚ ਫਿਰ ਅਸੀਂ ਦੇਖਾਂਗੇ ਕਿ ਕਿਹੜੀਆਂ ਚੀਜ਼ਾਂ ਇਹਨਾਂ ਦੇ ਵਿੱਚ ਅਸੀਂ ਕਰ ਸਕਦੇ ਹਾਂ ਕਿਹੜੀਆਂ ਨਹੀਂ ਕਰ ਸਕਦੇ ਲੇਕਿਨ ਇੱਕ ਗੱਲ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਹਨਾਂ ਨੇ ਜਿਹੜੀ ਰਿਪੋਰਟ ਹੁੰਦੀ ਜਿਹੜੀ ਮੈਨੂੰ ਅੱਜ ਭੇਜੀ ਹੈ ਰਿਪੋਰਟ ਉਹਨਾਂ ਨੇ ਇਹ ਨਹੀਂ ਕਿਹਾ ਇਹ ਪਤਾ ਨਹੀਂ ਅਖਬਾਰ ਵਾਲੇ ਕਿੱਥੋਂ ਕਰ ਲੈਨੇ ਨੇ ਜਿਹੜੀ ਰਿਪੋਰਟ ਆਈ ਹੈ ਉਹ ਰਿਪੋਰਟ ਦੇ ਵਿੱਚ ਉਹਨਾਂ ਨੇ ਬੜਾ ਸਪਸ਼ਟ ਕਰ ਦਿੱਤਾ ਕਿ ਇਹ ਥੋੜਾ ਪੰਜਾਬ ਗਵਰਨਮੈਂਟ ਦਾ ਥੋੜਾ ਮਸਲਾ ਹੈ ਔਰ ਉਹ ਤੁਸੀਂ ਫੈਸਲਾ ਇਸ ਤੇ ਕਰਨਾ ਹੈ ਇਹ ਨਹੀਂ ਕਿਹਾ ਕਿ ਤੁਸੀਂ ਕਰੋ ਔਰ ਇਹ ਸਾਡਾ ਸਾਡਾ ਇੱਕ ਕੋਈ ਸਾਡੀ ਜਿਹੜੇ ਅਸੀਂ ਸਾਡੀ ਕਮੇਟੀ ਹੈ ਉਹਦਾ ਇਹ ਫੈਸਲਾ ਹੈ ਫੈ ਨਹੀਂ ਕਿਹਾ ਇਹ ਕਹਿੰਦਾ ਇਹ ਸਾਡੀ ਸੁਜੈਸ਼ਨਸ ਨੇ ਉਹ ਫਿਰ ਦੇਖਾਂਗੇ ਜਿਆਦਾ ਕਰਾਂਗੇ ਲੇਕਿਨ ਜ਼ਰੂਰ ਤਾਂ ਹੀ ਮੈਂ ਹੈ ਕੋਈ ਥੋੜੀ ਕੋਈ ਤੁਹਾਡੇ ਟੂਬਲ ਦੀ ਬਿਜਲੀ ਨਹੀਂ ਬੰਦ ਕਰੂਗਾ ਤੁਸੀਂ ਚੱਲਦੇ ਰਹੋ ਜੈਸਾ ਚੱਲ ਗਿਆ ਇਹ ਸਾਡਾ ਮੈਨੀਫੈਸਟੋ ਚ ਵੀ ਵੈਨਾ ਸੀ ਔਰ ਅੱਜ ਵੀ ਮੈਂ ਤੁਹਾਡੇ ਨਾਲ ਕਰਦਾ ਹਾਂ ਤੁਹਾਡਾ ਮੈਂ ਤਨਵਾਦੀ ਹੈ ਕਿ ਤੁਸੀਂ ਇਹ ਸਵਾਲ ਕਰਦੇ ਰਹਿੰਦੇ ਹੋ ਔਰ ਮੇਰਾ ਕੋਸ਼ਿਸ਼ ਹੈ ਹਰ ਵੇਲੇ ਕੋ ਥੋੜਾ ਜਵਾਬ ਦੇਣ ਦੀ ਔਰ ਇਹ ਵੀ ਕਿ ਤੁਸੀਂ ਹੁਣ ਕੋਵਿਡ ਵਿੱਚ ਤੁਸੀਂ ਮੇਰੀ ਗੱਲ ਮੰਨਿਓ ਥੋੜੀ ਮਹਿਮਾਨਦਾਨਾ ਪਰ ਤੁਸੀਂ ਮੇਰੀ ਗੱਲ ਮੰਨਿਆ ਕਰਿਓ ਔਰ ਇਹ ਕੋਵਿਡ ਨੂੰ ਆਪਾਂ ਪੰਜਾਬ ਨੂੰ ਕੱਢੀ ਐ ਇਸ ਦੇ ਵਿੱਚੋਂ ਔਰ ਤੁਸੀਂ ਅ ਜੇ라 ਤੁਸੀਂ ਕਰੋਗੇ ਔਰ ਤੁਸੀਂ ਮੇਰੀ ਆਖੇ ਲਗੋਗੇ ਔਰ ਅਗਰ ਆਪਾਂ ਤੁਹਾਨੂੰ ਮੈਂ ਤੁਹਾਨੂੰ ਬਚਾ ਸਕਦਾ ਐ ਗੱਲਾਂ ਕਰਕੇ ਔਰ ਤੁਸੀਂ ਆਪਣੇ ਪਰਿਵਾਰ ਨੂੰ ਗਵਾਂਡਿਆਂ ਨੂੰ ਦੋਸਤਾਂ ਨੂੰ ਮਹੱਲੇਦਾਰਾਂ ਨੂੰ ਸਾਰੇ ਬਚਾ ਸਕਦੇ ਹੋ ਤਾਂ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ ਬੜੀ ਖੁਸ਼ੀ ਹੋਈ ਐ ਅਗਲੇ ਹਫਤੇ ਫੇਰ ਆਪਾਂ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈ